ਕੀ ਤੁਸੀਂ ਇਦਾਂ ਜ਼ਰਾ ਤੀ ਫਾਈਲਾਂਚ ਕੀ ਦੇਖ ਲਿਆ ਕਿ ਤੁਸੀਂ ਨਾ ਤਿੰਨੀ ਰੇਚ ਖੜੇ ਹੋਗੇ ਸਾਡੇ ਨੂੰਵੇਂ ਕਹਤਾ ਇਹਨਾਂ ਦੇ ਵੀਜ਼ੇ ਨਹੀਂ ਲੱਗਣੇ ਜਿਹੜਾ ਮੈਂ ਨਹੀਂ ਦੇਖ ਪਾਇਆ ਮੈਂ ਸਿੱਖਣਾ ਚਾਹੁੰਨਾ ਕਹਿੰਦਾ ਤੂੰ ਪਹਿਲੇ ਜਿਹੜਾ ਵੀਜ਼ਾ ਲੱਗਣਾ ਉਹ ਤੂੰ ਸ਼ਿੱਦਤ ਨਾਲ ਕਿਸੇ ਦੀ ਹੈਲਪ ਕਰ ਰਿਆ ਸੀ ਤੈਨੂੰ ਲਾਲਚ ਨਹੀਂ ਸੀ ਹੋਇਆ ਆ ਹੁਣ ਇੱਕ ਸਾਲ ਤੋਂ ਜੋ ਕਰ ਰਿਆ ਨਾ ਕਿ ਤੂੰ ਰੁਪਈਏ ਕਮਾਣ ਦੀ ਖਾਤਰ ਕਰ ਰਿਹਾ ਮੈਂ ਵੈਰੀ ਡੀਪ ਮੈਂ ਕਹਾਂ ਭਾਜੀ ਦੁਬਾਰਾ ਬ ਫਰਕ ਕੀ ਹੈ ਦੋਵਾਂ 'ਚ ਤੇ ਬਈ ਜਿਹੜਾ ਪੰਜਾਬ 'ਚ ਪਿੱਛੇ ਮੁੱਦਾ ਚੱਲਿਆ ਸੀ ਤੁਹਾਨੂੰ ਪਤਾ ਜਦੋਂ ਏਜੰਟਾਂ ਨੇ ਪੈਸੇ ਕਿਸੇ ਦੇ ਰੱਖ ਲਏ ਕੋਈ ਭੱਜ ਗਏ ਜਾਲੀ ਵੀਜ਼ਾ ਲਵਾਤਾ ਤੇ ਅੱਜ ਕੱਲ ਉਹ ਬੜਾ ਚੱਲ ਰਿਹਾ ਉਦੋਂ ਤੋਂ ਲੋਕ ਬਚਣ ਕਿਵੇਂ ਮੈਂ ਕਿਵੇਂ ਏਜੰਟ ਪਤਾ ਕਰਾਂ ਕਿ ਮੈਂ ਜਿਹਦੇ ਸਹੀ ਹੱਥਾਂ 'ਚ ਜਾਵਾਂ ਇਦਾਂ ਦੇ ਲੋਕੀ ਬੈਠੇ ਇਦਾਂ ਦੀਆਂ ਕਾਉਂਸਲਰਸ ਬੈਠੀਆਂ ਉਹ ਵਿਚਾਰੀਆਂ ਝੀੜੂ ਪੁੱਲ ਨਹੀਂ ਟੱਪੀਆਂ ਹੁੰਦੀਆਂ ਹੂੰ ਉਹ ਕਹਿਣਗੇ ਹਮ ਆਪਕਾ ਕੈਰੀਅਰ ਬਣਾ ਦੇਂਗੇ ਬਿਲਕੁਲ ਪਰਵਾ ਕਿਦਾਂ ਕੈਰੀਅਰ ਬਣਾ ਦੇਂਗੀ ਤੂੰ ਤੂੰ ਤੇ ਆਪ ਸਟਰਗਲ ਕਰ ਰਹੀ ਉਹ ਜਦ ਤੱਕ ਉਮੀਦ ਟੁੱਟਦੀ ਨਹੀਂ ਤਦ ਤੱਕ ਉਹ ਗੱਲ ਨਹੀਂ ਕਰਦਾ ਫਿਰ ਉੱਪਰਨੇ ਸਿੱਧੂ ਵੀਰ ਉਹ ਨਾ ਹੋ ਜਾਂਦਾ ਹੂੰ ਉਹ ਬਹੁਤ ਮੁੱਦਾ ਚੱਕਿਆ ਸੀ ਜੀ ਜ ਸਾਡੇ ਕੋ ਆਠ ਅੱਗੇ ਕਈ ਲੋਕਾਂ ਦਾ ਇਦਾਂ ਮੰਨਣਾ ਹੈ ਕਿ ਸਾਡੇ ਦਫ਼ਤਰਾਂ ਚ ਰਸ਼ ਲੱਗਾ ਰਹੇਗਾ ਨਾ ਇਮੀਗ੍ਰੇਸ਼ਨ ਦਾ ਦਫ਼ਤਰ ਹੈ ਜੇ ਤੇ 20 ਬੰਦੇ ਬੈਠੇ ਹੋਣਗੇ ਤੇ ਹੋਊਗਾ ਕਿ ਉਹ ਕੰਮ ਇੱਥੋਂ ਦੇ ਆ ਜਦੋਂ ਆ ਗਿਆ ਤੇ ਬਹੁਤ ਕੁਤਕਲੇਸ਼ ਹੋਇਆ ਕਰੇ ਕਿ ਹੁਣ ਤੋਂ ਕਬੂਤਰਬਾਜੀ ਕਰਨੀ ਆ ਹੁਣ ਤੋਂ ਇਹ ਕਰਨਾ ਹੈ ਮਤਲਬ ਤੂੰ ਸੋਚ ਹੀ ਨਹੀਂ ਸਕਦਾ ਉਦੋਂ ਇਸ ਕੰਮ ਨੂੰ ਇੰਨਾ ਗੰਦਾ ਕਿਉਂ ਸਮਝਦੇ ਸੀ ਕਿਉਂਕਿ ਉਦੋਂ ਇਹ ਜਿਹੜੇ ਦਲੇਰ ਮਹਿੰਦੀ ਦੇ ਉੱਤੇ ਕਬੂਤਰਬਾਈ ਦਾ ਪਰਚਾ ਆਇਆ 2002 ਹਰ ਬੰਨਿਓ ਜੁੱਤੀਆਂ ਪੈਰੀਆਂ ਸੀ ਹਰ ਬੰਨਿਓ ਜੁੱਤੀਆਂ ਜੋ ਕੰਮ ਕਰਨ ਜਾਂਦਾ ਸੀਗਾ ਪੁੱਠਾ ਪੈਂਦਾ ਸੀ ਜ਼ਿੰਦਗੀ ਦੇ ਵਿੱਚ ਵਫਾਦਾਰ ਯਾਰ ਮਿਲਣਾ ਜਾਂ ਵਫਾਦਾਰ ਕੋਈ ਰਿਸ਼ਤਾ ਮਿਲਣਾ ਤੁਹਾਡੇ ਚੰਗੇ ਕਰਮਾਂ ਦੀ ਨਿਸ਼ਾਨੀ ਹੈ ਉਸ ਵਫਾਦਾਰ ਯਾਰ ਦਾ ਬੇਵਫਾ ਹੋ ਜਾਣਾ ਤੁਹਾਡੇ ਮਾੜੇ ਕਰਮਾਂ ਦੀ ਨਿਸ਼ਾਨੀ ਹੈ ਸਵਾਗਤ ਹੈ ਜੀ ਇੱਕ ਵਾਰੀ ਫੇਰੇ ਕਿ ਟਾਕ ਸ਼ੋਤੇ। ਇਹ ਪੋਡਕਾਸਟਿੰਗ ਦਾ ਬਹੁਤ ਮਜ਼ਾ ਆ ਰਿਹਾ ਔਰ ਤੁਹਾਡੇ ਮੈਂ ਫੀਡਬੈਕਸ ਕਮੈਂਟਸ ਦੇ ਵਿੱਚ ਪੜਦਾ ਰਹਿਣਾ ਤੇ ਐਦਾਂ ਹੀ ਤੁਸੀਂ ਆਪਣਾ ਪਿਆਰ ਦਿੰਦੇ ਰਹੋ ਔਰ ਚੰਗੀਆਂ ਚੀਜ਼ਾਂ ਕੰਜ਼ਿਊਮ ਕਰਦੇ ਰਹੋ। ਜਿਵੇਂ ਜਿਵੇਂ ਅਸੀਂ ਜੋ-ਜੋ ਖਾਂਦੇ ਆ ਉਦਾਂ ਦੀ ਬਾਡੀ ਬਣ ਜਾਂਦੀ ਹੈ ਨਾ ਓਵੇਂ ਜਿਹੜਾ ਆ ਦਿਮਾਗ ਆਪਣਾ ਇਹਦੀ ਖੁਰਾਕ ਵੀ ਇੱਕ ਚੰਗਾ ਕੰਟੈਂਟ ਹੈ, ਚੰਗਾ ਸੁਣਨਾ ਹੈ ਔਰ ਜਿਹੜੇ ਲੋਕ ਵੀ ਚੰਗਾ-ਚੰਗਾ ਕੰਟੈਂਟ ਬਣਾ ਰਹੇ ਨੇ ਉਹਨਾਂ ਨੂੰ ਦੱਬ ਕੇ ਸਪੋਰਟ ਕਰਿਆ ਕਰੋ ਕਿਉਂਕਿ ਚੰਗੇ ਕੰਟੈਂਟ ਨੂੰ ਹੱਲਾਸ਼ੇਰੀ ਸਪੋਰਟ ਘੱਟ ਮਿਲਦੀ ਹੈ, ਮਾੜੇ ਕੰਟੈਂਟ ਲੋਕਾਂ ਨੂੰ ਆਦਤ ਪਈ ਹੋਈ ਹੈ ਕਿ ਕੁਝ ਮਸਾਲੇ ਵਾਲਾ ਦੇਖਣ ਦੀ ਕਿਸੇ ਦਾ ਘਰ ਟੁੱਟਦਾ ਦੇਖਣ ਦੀ ਕਿਸੇ ਨੂੰ ਕੋਈ ਗਾਲਾਂ ਕੱਢ ਰਿਹਾ ਉਹ ਦੇਖਣ ਦੀ 노 ਡਾਊਟ ਜ਼ਮਾਨਾ ਬਦਲ ਰਿਹਾ ਅੱਜ ਲੋਕਾਂ ਨੂੰ ਸਮਝ ਆ ਰਹੀ ਹੈ ਕਿ ਸੀ ਕੀ ਸੁਣਨਾ ਹੈ ਕੀ ਸਾਡੇ ਲਈ ਵਧੀਆ ਸੁਣਨ ਲਈ ਅੱਜ ਵਾਲਾ ਜਿਹੜਾ ਪੌਡਕਾਸਟ ਹੈ ਮੇਰੇ ਵੱਡੇ ਵੀਰ ਗੁਰਿੰਦਰ ਭੱਟੀ ਜੀ ਨਾਲ ਇਮੀਗ੍ਰੇਸ਼ਨ ਦੇ ਕਿੰਗ ਨੇ ਤੇ ਆਲਦੋ ਮੈਂ ਖੁਦ ਜਿਹੜਾ ਵਿਚਾਰ ਹਮੇਸ਼ਾ ਰੱਖਦਾ ਰਹਿਣਾ ਕਿ ਮੈਂ ਯੂਥ ਨੂੰ ਤਾਂ ਚਾਹਨਾ ਕਿ ਇੱਥੇ ਹੀ ਕੰਮ ਕਰਨ ਪਰ ਫਿਰ ਵੀ ਜਿੱਦੀ ਬਹੁਤ ਗਰਾਰੀ ਹੈ ਕਿ ਮੈਂ ਬਾਹਰ ਜਾਣਾ ਹੀ ਜਾਣਾ ਤੇ ਅੱਜ ਬੜੀ ਡਿਟੇਲਡ ਚ ਪੋਡਕਾਸਟ ਕੀਤਾ ਔਰ ਬੜੇ ਟਾਪਿਕਸ ਤੇ ਗੱਲ ਕੀਤੀ ਅਸੀਂ ਕਿ ਬਾਹਰ ਕਿੱਦਾਂ ਜਾਣਾ ਚਾਹੀਦਾ ਕਿਉਂ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਤੇ ਬੜੇ ਪੁਆਇੰਟਸ ਨੇ ਪਰਸਨਲ ਲਾਈਫ ਬਾਰੇ ਉਹਨਾਂ ਦੇ ਡਿਸਕਸ ਡਿਸਕਸ਼ਨ ਹੋਈ ਹੈ ਕਿਵੇਂ ਸਾਈਕਲ ਤੋਂ ਅਜਿੰਨਾ ਵੱਡਾ एंपਾਇਰ ਹੈ ਔਰ ਕਿਵੇਂ ਖਾਸ ਕਰਕੇ ਜਿਹੜੇ ਪੰਜਾਬ ਦਾ ਸਭ ਤੋਂ ਅਹਿਮ ਮੁੱਦਾ ਕੀ ਏਜੰਟ ਨੇ ਜਿਹੜੇ ਲੋਕਾਂ ਕੋਲ ਲੁੱਟ ਕਰ ਰਹੇ ਨੇ ਪੈਸੇ ਖਾ ਰਹੇ ਨੇ ਵਾਪਸ ਨਹੀਂ ਕਰ ਰਹੇ ਬਾਅਦ ਚ ਆਪਣੀ ਜਗ੍ਹਾ ਬਦਲ ਲੈਂਦੇ ਨੇ ਇਹਨਾਂ ਬਾਰੇ ਡਿਟੇਲ ਕਨਵਰਸੇਸ਼ਨ ਹੋਈ ਹੈ ਜਰੂਰ ਸੁਣਿਓ ਬਹੁਤਾ ਟਾਈਮ ਨਹੀਂ ਮੈਂ ਤੁਹਾਡਾ ਲੈਂਦਾ ਸਿੱਧਾ ਪੋਡਕਾਸਟ 'ਤੇ ਲੈ ਕੇ ਚੱਲਦਾ ਆਜੋ ਬਾਈ ਸਵਾਗਤ ਹੈ ਜੀ ਥੈਂਕ ਯੂ ਵੈਰੀ ਮੱਚ ਅਨਮੋਲ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਾਸ੍ਰੀ ਗੱਲ ਉਮੀਦ ਕਰਦਾ ਤੁਸੀਂ ਸਾਰਿਆਂ ਨੇ ਚੜਦੀ ਕਲਾ ਚ ਹੋਗੇ ਤੰਦਰੁਸਤ ਹੋਗੇ ਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਹੋਗੇ ਬਈ ਤੁਸੀਂ ਮੈਰਿਡ ਹੋ ਹਾਂਜੀ ਬਿਲਕੁਲ ਮੈਰਿਡ ਹੈ ਜੀ ਮੈਂ ਇਹ ਸਵਾਲ ਕਿਉਂ ਪੁੱਛਿਆ ਮੈਨੂੰ ਤੁਹਾਡਾ ਹੈਅ ਸਟਾਈਲ ਬਹੁਤ ਪਸੰਦ ਹੈ ਅੱਛਾ ਜੀ ਮੈਂ ਤੁਹਾਡਾ ਕਾਪੀ ਕੀਤਾ ਮੈਨੂੰ ਇਹ ਲੱਗਦਾ ਕਿ ਜਿਵੇਂ ਇਹ ਪੋਡਕਾਸਟ ਮੇਰਾ ਹੋਣਾ ਮੈਂ ਤੁਹਾਡਾ ਪੋਡਕਾਸਟ ਨਹੀਂ ਕਰ ਪਾਉਂਗਾ ਨਹੀਂ ਨਹੀਂ ਕਿਉਂ ਪਰ ਥੈਂਕ ਯੂ ਤੁਸੀਂ ਅੱਜ ਮੈਨੂੰ ਟਾਈਮ ਦਿੱਤਾ ਥੈਂਕ ਯੂ ਵੈਰੀ ਮਚ ਮੈਂ ਇਨ ਐਕਸਾਈਟਿਡ ਕਿਉਂ ਸੀ ਤੁਹਾਡਾ ਪੋਡਕਾਸਟ ਕਰਨ ਨੂੰ ਬਿਨਾਂ ਯਾਦਾਂ ਕੀ ਵੀ ਉਹ ਤੁਹਾਡੀ ਜੈਨਰੋਸਿਟੀ ਹੈ ਕਿ ਵੀ ਤੁਸੀਂ ਐਕਸਾਈਟਿਡ ਸੀਗੇ ਐਂਡ ਮੈਨ ਯਾਦ ਹੈ ਜਦੋਂ ਤੁਸੀਂ ਪੋਡਕਾਸਟ ਚਾਲੂ ਕੀਤਾ ਸੀਗਾ ਐਂਡ ਵੀ ਹੈਡ ਅ ਵਰਡ ਐਂਡ ਤੇ ਯਾਰ ਤੂੰ ਆਣਾ ਮੈਂ ਕਿਹਾ ਜੀ ਹਾਂਜੀ ਜ਼ਰੂਰ ਆਉਂਗਾ ਉਕਰਦੇ ਕਰਾਂਦੇ ਜਦੋਂ ਯਾਰ ਕੀ ਯੂਕੇ ਸੀ ਥੈਨ ਵੀ ਸਟਾਰਟਿਡ ਯੂ نو ਟਾਕਿੰਗ ਔਨ ਸਮ ਟਾਪਿਕ ਤੇ ਉਹ ਨਾਲ ਹੀ ਫਿਰ ਆ ਗਿਆ ਕਿ ਯਾਰ ਹੁਣ ਜਦੋਂ ਇੰਡੀਆ ਆਣਾ ਤੇ ਤੈਨੂੰ ਮੇਰੀ ਸੌਤੂ ਆਣਾ ਜੀ ਤੇ ਉਹ ਇੱਕ ਮੇਰਾ ਖਿਆਲ ਹੈ ਜਿੰਨੀ ਤੁਹਾਡੇ ਚ ਐਕਸਾਈਟਮੈਂਟ ਔਰ ਤੋਂ ਜ਼ਿਆਦਾ ਮੇਰੇ ਕੋਲ ਐਕਸਾਈਟਮੈਂਟ ਹੈ ਕਿ that we are talking today ਬਹੁਤ ਜ਼ਿਆਦਾ ਐਕਸਾਈਟਡ ਹਾਂ ਭਾਈ ਮੈਨੂੰ ਲੱਗੇ ਤੁਹਾਡੇ ਕੋਲ ਤਜਰਬਾ ਬਹੁਤ ਹੈ ਤੁਹਾਡੇ ਕੋਲ ਪੰਡਾਰ ਬਹੁਤ ਹੈ ਤੁਸੀਂ ਬਹੁਤ ਕ੍ਰੂਸ਼ੀਅਲ ਟਾਈਮ 'ਚ ਆਪਣੇ ਜ਼ਿੰਦਗੀ 'ਚੋਂ ਨਿਕਲੇ ਹੋ ਇੱਕ ਟਾਈਮ ਤੁਹਾਡਾ ਸੀਗਾ ਜਦੋਂ ਸਾਈਕਲ ਵੀ ਨਹੀਂ ਸੀਗਾ ਸਾਈਕਲ ਤੋਂ ਅੱਜ ਦੁਨੀਆ ਦੀ ਹਰ ਸ਼ੈ ਖਰੀਦ ਸਕਦੇ ਹੋ ਕਿਵੇਂ ਲੱਗ ਰਿਹਾ ਅੱਜ ਆਪਣੇ ਪੱਲੇ ਕੁਝ ਵੀ ਨਹੀਂ ਹੁੰਦਾ ਅਨਮੋਲ ਇਹ ਜਿਹੜੀ ਚੀਜ਼ ਨਾ ਹੋਵੇ ਕਿ ਵੀ ਆਪ ਖਰੀਦ ਸਕਦੇ ਆ ਇਹ ਹੀ ਉਹ ਮੈਂ ਕਹਿੰਦਾ ਕਿ ਵੀ ਤੁਹਾਡਾ ਇੱਕ ਵਿਸ਼ੇ ਸਰਕਲ ਹੈ ਜੇ ਬੰਦਾ ਉਰਚ ਫਸ ਜੇ ਤੇ ਉਹ ਮੁੱਕ ਜਾਂਦਾ ਅੱਜ ਵੀ ਔਕਾਤ ਜਾਂ ਵਜੂਦ ਮੈਂ ਕਹਿਣਾ ਕੀ ਹੋਈ ਹੈ ਕਿ ਇੱਕ ਕੁੜਤਾ ਤੇ ਜੀਨ ਇਹ ਦੋ ਚੀਜ਼ਾਂ ਪਾ ਕੇ ਘਰੋਂ ਨਿਕਲਿਆ ਇਹ ਤੇ 3000 ਰੁਪਿਆ ਲਿੱਤਾ ਸੀ ਉਹ ਵੀ ਵਿਆਜੀ ਉਸ ਟਾਈਮ ਦੇ ਨਾ ਉਹ ਹੁੰਦਾ ਸੀ ਦਿੱਲੀ ਦਾ ਵਿਆਜ ਹੁੰਦਾ ਸੀ 100 ਰੁਪਿਆ ਦਿੱਲੀ ਦਾ ਦੇਣਾ ਜਾਂ 50 ਰੁਪਿਆ ਦਿੱਲੀ ਦਾ ਦੇਣੇ ਉਹ ਮੇਰੇ ਛੋਟੇ ਬ੍ਰਦਰ ਨੇ ਮੈਨੂੰ 3000 ਰੁਪਿਆ ਅੰਮ੍ਰਿਤਸਰ ਤੋਂ ਇਕੱਠਾ ਕਰਕੇ ਦਿੱਤਾ ਹੈ ਤੇ ਉਹ ਮੈਨੂੰ ਯਾਦ ਆ ਕਿ ਮੈਂ ਉਹ ਜੀਨ ਤੇ ਕੁੜਤਾ ਅੱਜ ਵੀ ਸਾਮ ਕੇ ਰੱਖਿਆ ਹੈ ਤੇ ਕਿ ਵੀ ਉਹਨੂੰ ਦੇਖ ਕੇ ਸਿਰਫ ਇੱਕੋ ਚੀਜ਼ ਮਿਲਦੀ ਇਹ ਇੱਥੋਂ ਚਾਲੂ ਹੋਏ ਸੀ ਇਹ ਆਪਣੀ ਔਕਾਤ ਜਿੱਥੇ ਮਰਜੀ ਉਹ ਕਹਿ ਲੋ ਕਿ ਵੀ ਰੱਬ ਨੇ ਭਾਗ ਲਾਇਆ ਹੈ ਮਿਹਨਤ ਨੇ ਰੰਗ ਲਿਆਂਦਾ ਬੇਬੇ ਦੀਆਂ ਅਰਦਾਸਾਂ ਅਹੀਂ ਤੇ ਸਾਰਾ ਦਿਨ ਰਾਤ ਟਰੈਵਲ ਕਰਦੇ ਰਹੀਦਾ ਹੈ ਉਹ ਘਰੇ ਬੈਠੇ ਬਸ ਗੁਟਕਾ ਫੜ ਕੇ ਅਰਦਾਸ ਹੀ ਕਰੀਦਾ ਹੈ ਉਹਨਾਂ ਦਾ ਫੋਨਾਂ ਦਾ ਕਿੱਥੇ ਪਹੁੰਚ ਗਿਆ ਰੋਟੀ ਖਾ ਲਈਏ ਤੋ ਇਹ ਪਲੱਸ ਉਰਤੋਂ ਵੀ ਵੱਡੀ ਚੀਜ਼ ਹੈ ਕਿ ਵੀ ਜਿਹੜੇ ਲੋਕਾਂ ਦੀਆਂ ਸੀਸਾਂ ਤੋ ਚੰਗਾ ਮੜਾ ਹਰ ਕਿਸੇ ਬੰਦੇ ਬਾਰੇ ਬੁੱਲਿਆ ਜਾਂਦਾ ਤੇ ਬੜੀ ਜਿੰਨੀ ਆ ਸੀਸਾ ਹੈ ਨਾ ਜਦੋਂ ਕਿਸੇ ਦੇ ਢਿੱਡੋਂ ਸੀਸ ਨਿਕਲਦੀ ਹੈ ਕਿ ਜਾਗਾ ਕਦਰ ਪਲਾਉਗੇ ਉਹ ਚੀਜ਼ਾਂ ਤੁਹਾਨੂੰ ਵੱਡੇ ਤੋਂ ਵੱਡੇ ਭਵੰਡਰ ਤੋਂ ਜਾਂ ਤੂਫਾਨ ਜਿਹੜੇ ਤੁਹਾਡੀ ਜ਼ਿੰਦਗੀ ਜਾਂਦੇ ਆ ਹਰ ਕਿਸੇ ਦੇ ਆਂਦੇ ਔਰ ਚੁੱਕਾ ਦਿੰਦੀ ਹੈ ਤੋਂ ਇਹ ਚੀਜ਼ਾਂ ਹੋਈਆਂ ਜੇ ਕਹੇ ਕਿ ਜੀ ਕਿੱਦਾਂ ਦੀ ਫੀਲ ਹੁੰਦੀ ਹੈ ਅੱਜ ਵੀ ਉਦੋਂ ਦੀ ਫੀਲ ਅਜੂ ਵੀ ਉਦਾਂ ਹੀ ਤੁਰੇ ਫਿਰਦਾ ਤੇ ਉਹ ਮੇਰੇ ਨਾਲ ਦੇ ਜਿਹੜੇ ਬੰਦੇ ਐ ਮਤਲਬ ਫਰੈਂਡ ਸਰਕਲ ਸਕੂਲ ਦਾ ਇਹ ਜਿਨ੍ਹਾਂ ਨੇ ਨਾਲ ਕਰੀਅਰ ਸ਼ੁਰੂ ਕੀਤਾ ਸੀਗਾ ਉਹ ਯਾਰ ਬਸ ਕਰੀਏ ਹੁਣ ਰਿਟਾਇਰ ਹੋ ਜੀਆ ਮੈਨੂੰ ਕਿੰਨਾ ਤਾਂ ਲੱਗਦਾ ਯਾਰ ਕਰੀਅਰ ਹੀ ਹੁਣ ਸ਼ੁਰੂ ਆਇਆ 40 ਕਿਤੇ ਬਾਅਦ ਬਿਲਕੁਲ ਉਹ ਮਤਲਬ ਜ਼ਿੰਦਗੀ ਹੁਣ ਚੱਲੂ ਹੋਈ ਹੈ ਸਮਝ ਹੁਣ ਨਾ ਨਹੀਂ ਸ਼ੁਰੂ ਹੋਈ ਹੈ ਕਿ ਵੀ ਪਹਿਲੇ ਤਾਂ ਮੈਨੂੰ ਲੱਗਦਾ ਕਿ ਅਲੜ ਬੁਣਾ ਕਿ ਵੀ ਅਲੜ ਬੁਨੇ ਤੁਸੀਂ ਬਹੁਤ ਗਲਤੀਆਂ ਕਰਦੇ ਹੋ ਜਦੋਂ ਘਰੋਂ ਨਿਕਲਦੇ ਹੋ ਕੰਮ ਕਰਦੇ ਹੋ ਕੰਮ ਕਰੋਗੇ ਤਾਂ ਗਲਤੀਆਂ ਹੋਣਗੀਆਂ ਇਹ ਨਹੀਂ ਕਹਿ ਸਕਦੇ ਗਲਤੀਆਂ ਨਹੀਂ ਆ ਬਹੁਤ ਗਲਤੀਆਂ ਕੀਤੀ ਹੋਣੀਆਂ ਜ਼ਿੰਦਗੀ ਦੇ ਵਿੱਚ ਐਂਡ ਗੱਲ ਇਹ ਗਲਤੀਆਂ ਤੋਂ ਸਿੱਖਿਆ ਕਿ ਨਹੀਂ ਸਿੱਖਿਆ ਉਹ ਤੁਹਾਡਾ ਐਕਸਪੀਰੀਅੰਸ ਹੁੰਦਾ ਹੈ ਗਲਤੀਆਂ ਕਰ ਲੀਆਂ ਛੱਡ ਗਏ ਮੁੱਕ ਗਏ ਨਿਕਲ ਗਏ ਤੇ ਉਹ ਫਿਰ ਦੁਬਾਰਾ ਰਿਪੀਟ ਹੁੰਦੀਆਂ ਰਹਿਣੀਆਂ ਉਹ ਕਦੀ ਵੀ ਤੁਸੀਂ ਸਿੱਖ ਨਹੀਂ ਪਾਉਂਦੇ ਉਹਨਾਂ ਤੋਂ ਸੋ ਜਿਹੜਾ ਤੁਹਾਡਾ ਸਵਾਲ ਸੀਗਾ ਕਿ ਵੀ ਕਿੱਦਾਂ ਦਾ ਫੀਲ ਹੁੰਦਾ ਹੈ ਦਿਨ ਰਾਤ ਉਸ ਪਰਮਾਤਮਾ ਦਾ ਸ਼ੁਕਰੀਆ ਦਾ ਕਰੀਦਾ ਕਿੱਦਾਂ ਤੇ ਐਡੇ ਜੋਗੇ ਨਹੀਂ ਸੀ ਜਿੱਥੇ ਬਾਤਾਈ ਬਸ ਦਿਮਾਗ ਔਰ ਜ਼ੁਬਾਨ ਤੇ ਬਿਰਾਜਮਾਨ ਰਹੋ ਜੋ ਕਰ ਰਹੇ ਹੋ ਤੁਸੀਂ ਕਰ ਰਹੇ ਹੋ ਤੁਹਾਡਾ ਪੱਲਾ ਫੜ ਕੇ ਤੁਰਿਆ ਬਾਪੂ ਨੇ ਇੱਕ ਚੀਜ਼ ਕਹੀ ਸੀ ਕਹਿੰਦੇ ਜਦੋਂ ਜਦੋਂ ਜ਼ਿੰਦਗੀ ਚ ਪ੍ਰੋਬਲਮ ਆਣੀ ਹੈ ਨਾ ਉਹਨੂੰ ਡਟ ਕੇ ਫੇਸ ਕਰਨਾ ਹੈ ਪੈਨਿਕ ਕਿ ਘਬਰਾਉਣਾ ਨਹੀਂ ਕਿ ਇਹ ਉਹ ਤੇ ਬਟ ਆਬੀਅਸ ਹੈ ਜਦੋਂ ਕੋਈ ਮੁਸੀਬਤ ਪੈਂਦੀ ਹੈ ਆ ਹੁਣੇ ਕੋਈ ਆਜੇ ਬੰਬ ਵੱਜੇ ਜਾਂ ਕੋਈ ਅਟੈਕ ਕਰਨ ਆਵੇ ਤੇ ਇੱਕ ਵਾਰੀ ਤਾਂ ਬੰਦਾ ਪੈਨਿਕ ਹੋਊਗਾ ਡਟ ਕੇ ਤੁਸੀਂ ਪ੍ਰੋਬਲਮ ਨੂੰ ਫੇਸ ਕਰੋਗੇ ਨਾ ਜ਼ਿੰਦਗੀ 'ਚ ਤੇ ਦਰਦ ਤਕਲੀਫ ਤੇ ਹੋਣੀ ਹੀ ਹੋਣੀ ਹੈ ਜਦੋਂ ਪੈਨਿਕ ਕਰੋਗੇ ਉਦੋਂ ਤੁਹਾਡੇ ਨਾਲਦਿਆਂ ਨੂੰ ਵੀ ਹੋਣੀ ਹੈ ਬੜੇ ਜੇ ਤੁਸੀਂ ਇੱਕ ਇੱਕ ਪਲ ਲੱਗਦਾ ਇੱਕ ਪਲ ਕਿ ਜਦੋਂ ਤੁਸੀਂ ਐਕਸੈਪਟ ਕਰਦਾ ਤੁਹਾਡਾ ਦਿਮਾਗ ਕਿ ਚੁੱਕੇ ਮੈਂ ਕਰ ਲੂ ਮੈਨੇਜ ਦੇਖ ਲਾਂਗੇ ਉਹ ਪ੍ਰਮਾਤਮਾ ਨੇ ਦਿੱਤੀ ਹੈ ਨਾ ਅਸੀਂ ਕਹਿੰਦੇ ਹਾਂ ਕਿ ਉਰੀ ਰਜਾ ਤੋਂ ਬਿਨਾਂ ਤੇ ਅਸੀਂ ਸਾਹ ਵੀ ਨਹੀਂ ਲੈ ਸਕਦੇ ਬਿਲਕੁਲ ਫਿਰ ਮੈਂ ਕੌਣ ਜੇਹੀ ਉਰੀ ਰਾਜਾ ਤੋਂ ਬਿਨਾ ਸਾਹ ਵੀ ਨਹੀਂ ਲੈ ਸਕਦੇ ਤੇ ਉਹਨੇ ਪ੍ਰੋਬਲਮ ਵੀ ਉਹਨੂੰ ਦਿੱਤੀ ਹੈ ਨਾ ਕਿ ਨਾਲ ਦੇ ਨਾਲ ਜਿਹਦੇ 'ਚ ਸ਼ਮਤਾ ਹੈ ਜਿਹਦੇ 'ਚ ਬਲ ਹੈ ਉਹ ਵੀ ਉਹਨੇ ਦਿੱਤਾ ਹੈ ਉਹ ਤੁਹਾਡੇ ਅੰਦਰ ਹਿੱਡਨ ਹੈ ਉਹਨੇ ਪ੍ਰੋਬਲਮ ਵੀ ਉਹਨੂੰ ਦੇਣੀ ਹੈ ਕਿ ਵੀ ਜਿਹੜਾ ਉਹਨੂੰ ਫੇਸ ਕਰ ਸਕਦਾ ਹੈ ਐਂਡ ਉਹ ਪ੍ਰੋਬਲਮ ਦਾ ਵੀ ਰੀਜ਼ਨ ਹੈ ਔਰ ਉਹ ਉਦੋਂ ਹੀ ਪਤਾ ਲੱਗਦਾ ਜਦੋਂ ਤੁਸੀਂ ਉਹਨੂੰ ਫੇਸ ਕਰਕੇ ਨਿਕਲਦੇ ਹੋ ਤੇ ਨਿਕਲ ਜਾਂਦੇ ਹੋ ਨਾ ਤੇ ਫਿਰ ਤੁਸੀਂ ਮੁੜ ਕੇ ਤੱਕਦੇ ਹੋ ਤੇ ਤੁਹਾਡਾ ਉਹਦਾ ਜੋ ਪ੍ਰੋਬਲਮ ਫੇਸ ਕਰਨ ਤੋਂ ਪਹਿਲੇ ਸੀ ਔਰ ਪ੍ਰੋਬਲਮ ਨੂੰ ਟੂ ਫੇਸ ਕਰਨ ਤੋਂ ਬਾਅਦ ਜਰਾ 10 ਗੁਣਾ ਵੱਧ ਗਿਆ ਹੁੰਦਾ ਹੈ ਔਰ ਉਸੇ ਵਰਡ ਨੂੰ ਕਹਿੰਦੇ ਆ ਤਜਰਬਾ ਉਸੇ ਵਰਡ ਨੂੰ ਕਹਿੰਦੇ ਐਕਸਪੀਰੀਅੰਸ ਸੋ ਜਿਹੜੀ ਫੀਲਿੰਗ ਹੈ ਕਿ ਜਿੱਥੋਂ ਚਾਲੂ ਹੋਈ ਹੀ ਕਿ ਸਾਈਕਲ ਵੀ ਕਰਾਇ ਤੇ ਲਈਦਾ ਸੀਗਾ ਤੇ ਉਹ ਵੀ ਬਹੁਤ ਵਧੀਆ ਦਿਨ ਸੀਗੇ ਉਹ ਵੀ ਦਿਨ ਅੱਜ ਭੁੱਲਦੇ ਨਹੀਂ ਅੱਜ ਉਹੀਓ ਗਲੀਆਂ ਦੇ ਵਿੱਚ ਦੁਬਾਰਾ ਕਿਸੇ ਵੇਲੇ ਜਾਈਦਾ ਤੇ ਯਾਦ ਕਰੀਦੀਆਂ ਸਾਰੀਆਂ ਚੀਜ਼ਾਂ ਉਹ ਘਰ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਹੈ ਅੰਮ੍ਰਿਤਸਰ ਵਾਲਾ ਤੇ ਜਿੱਥੇ ਅਸੀਂ ਆਪਣਾ ਬਚਪਨ ਖੇਡਿਆ ਐਨ ਓਕਾਰ ਵੀ ਜਿੱਥੇ ਦਿਓੜੀ ਚ ਬੈ ਕੇ ਤਿੰਨੋਂ ਭੈਣ ਭਰਾ ਇਹ ਪਿਆਜ਼ ਦੀਆਂ ਤੇ ਉਹ ਟਮਾਟਰ ਦੀਆਂ ਤੜਕੇ ਨਾਲ ਮਾਤਾ ਸੁਰੇ ਸੁਰੇ ਪਰੌਂਟੀਆਂ ਖਾਂਦੀ ਹੁੰਦੀ ਸੀ ਸੋ ਉਹ ਚੀਜ਼ਾਂ ਤੁਹਾਨੂੰ ਸਿਖਾਉਂਦੀਆਂ ਉਹ ਤੁਹਾਡੀ ਅਸਲੀ ਔਕਾਤ ਹੈ ਉਹ ਨਹੀਂ ਭੁੱਲਣੀ ਚਾਹੀਦੀ ਐਨ ਉਹ ਕੌਨਫੀਡੈਂਸ ਫਿਰ ਆਪਣੇ ਆਪ ਫੁੱਲਫਿਲਮੈਂਟ ਵਰਡ ਉਹ ਅੰਦਰ ਅੰਦਰ ਤੇ ਫਿਰ ਤੁਹਾਨੂੰ ਹੋਰ ਕੁਝ ਕਰਨ ਦੀ ਕੁਝ ਨਵਾਂ ਕਰਨ ਦੀ ਕੁਝ ਹੋਰ ਨਵਾਂ ਕਰਨ ਦੀ ਉਹ ਜਿਹੜੀ ਆਗ ਹੈ ਨਾ ਉਹ ਠੰਡੀ ਨਹੀਂ ਹੁੰਦੀ ਉਹ ਬਲਦੀ ਰਹਿੰਦੀ ਹੈ ਨੀਵਿਆਂ ਵੱਲ ਵੇਖ ਕੇ ਜਿਓ ਤੇ ਅਸਮਾਨ ਤੋਂ ਉੱਚੀ ਸੋਚ ਰੱਖੋ ਇਹ ਬੇਬੇ ਸਖਾਂਦੀ ਹੁੰਦੀ ਤੇ ਉਦੋਂ ਸਮਝ ਨਹੀਂ ਆਉਂਦਾ ਹੁੰਦਾ ਕਿ ਇਹ ਕੀ ਬੋਲਦੇ ਪਏ ਵਈ ਤੁਸੀਂ ਇਮੀਗ੍ਰੇਸ਼ਨ ਕਿੰਗ ਹੋ ਅੱਜ ਤੋਂ 20 ਸਾਲ ਕਿੰਗ ਨਹੀਂ ਸਿਰਫ ਇਮੀਗ੍ਰੇਸ਼ਨ 'ਚ ਕੰਮ ਕਰੀਦਾ ਇਮੀਗ੍ਰੇਸ਼ਨ ਇੰਡਸਟਰੀ 'ਚ ਕੰਮ ਕੀਤਾ ਐਂਡ ਅੱਜ 20 ਸਾਲ ਹੈ 20 ਸਾਲ ਹੋ ਗਏ ਕੰਮ ਕਰਦੇ ਹੋਏ ਬਈ ਕੀ ਸੋਚ ਕੇ ਸ਼ੁਰੂ ਕੀਤਾ ਸੀ ਕਿ 20 ਸਾਲ ਪਹਿਲਾਂ ਤੁਹਾਨੂੰ ਪਤਾ ਸੀਗਾ ਕਿ ਅੱਜ ਇਹਦਾ ਇੰਨਾ ਦੌਰ ਆਏਗਾ ਕਿ ਅੱਜ ਘਰ-ਘਰ ਦੇ ਵਿੱਚ ਇਮੀਗ੍ਰੇਸ਼ਨ ਦਾ ਕੰਮ ਲੋਕ ਖੋਲ ਕੇ ਬੈਠੇ ਨੇ ਬੁੜੇ ਮੰਚ 'ਚ ਮੇਰੇ ਸਵਾਲ ਨੇ ਅੱਜ ਮੈਂ ਸਾਰੇ ਅਕਸੀਡੈਂਟਲੀ ਆਇਆ ਮੈਂ ਹਰਮੋਲ ਜਿਹੜੇ ਤੇ ਮੈਨੂੰ ਜਾਣਦੇ ਉਹਨਾਂ ਨੂੰ ਪਤਾ ਹੈ ਮੈਂ ਨਾ ਲੰਡਨ ਸੀਗਾ ਤੇ ਇੰਨਾ ਕੀ ਕਮਰਾ ਹੋਏਗਾ ਇਹ ਤੋਂ ਵੀ ਛੋਟਾ ਹੋਏਗਾ ਤੇ ਉੱਥੇ ਮੈਂ ਤੇ ਦੋਸਤ ਬਾਦਲ ਲਿਟੇ ਉਹ ਕਹਿੰਦਾ ਤੂੰ ਕਿੱਦਾਂ ਹੈ ਮੈਂ ਕਿਹਾ ਸਟੂਡੈਂਟ ਵੀਜ਼ੇ ਤੇ ਕਹਿੰਦਾ ਜਾਚਾ ਮੈਂ ਕਿਹਾ ਭਰਾਵਾ ਹੋਰ ਕਿੱਦਾਂ ਆਈਦਾ ਕਹਿੰਦਾ ਤੇਰੇ ਕੋਲ ਪਾਸਪੋਰਟ ਮੈਂ ਕਿਹਾ ਯਾਰ ਔਰ ਗੈਸ ਕਾਪੀ ਤੇ ਵੀਜ਼ਾ ਲੱਗਦਾ ਕਹਿੰਦਾ ਤੇਰਾ ਵੀਜ਼ਾ ਵੀ ਲੱਗਾ ਉੱਠ ਕੇ ਬੈਗਾਂਗੇ ਤੂੰ ਪਾਗਲ ਹਾ ਦੇ ਕਹਿੰਦਾ ਇਹ ਤੇ ਜੰਗਲਾਂ ਦੇ ਰਸਤੇ ਆਇਆ ਮੇਰੇ ਅਸਤੇ ਉਹ ਸ਼ੌਕ ਸੀਗਾ ਕਿ ਜੰਗਲਾ ਦੇ ਰਸਤੇ ਆਏ ਉਹ ਕਿਦਾ ਡੌਂਕੀ ਕਹਿੰਦੇ ਜਿੰਨੂੰ ਬਈ ਉਹ ਮੈਨੂੰ ਮੇਰੀ ਜ਼ਿੰਦਗੀ ਚ ਪਹਿਲੀ ਵਾਰੀ ਪਤਾ ਲੱਗਾ ਸੀ ਉਦੋਂ ਮੈਂ ਕਹੂੰ ਕਿਵੇਂ ਕਹਿੰਦਾ ਯਾਰ ਇਦਾਂ ਇਦਾਂ ਅਸੀਂ ਨਾ 27 ਦਿਨ ਕਿ 17 ਦਿਨ ਅਸੀਂ ਉਹ ਜੰਗਲਾਂ ਚੋਂ ਨਿਕਲ ਕੇ ਆਏ ਆ ਤੇ ਪੱਤੇ ਖਾ ਕੇ ਵੀ ਗੁਜ਼ਾਰਾ ਕੀਤਾ ਤੇ ਇੱਕ ਰਾਤ ਇਦਾਂ ਦੀ ਵੀ ਸੀ ਕਿ ਮਰ ਗਏ ਬਟ ਮਾਲਕ ਨੇ ਇੱਥੋਂ ਤੱਕ ਪਹੁੰਚਾਤਾ ਤੇ ਮੈਂ ਕਹਾ ਅੱਜ ਕਿਹੜਾ ਵੀਜ਼ਾ ਤੇਰੇ ਕੋ ਕਹਿੰਦਾ ਕੋਈ ਵੀਜ਼ਾ ਨਹੀਂ ਪੇਪਰ ਪਾਏ ਹੋਏ ਹੋ ਜਾਣਗੇ ਦੱਕ ਸਾਲ ਲੱਗਣਗੇ ਪੱਕੇ ਉਦੋਂ 7 ਸਾਲ ਲੱਗਦੇ 7 ਸਾਲ ਲੱਗਣਗੇ ਪੱਕੇ ਹੋ ਜਾਣਗੇ ਚਲੋ ਕਹਿੰਦਾ ਯਾਰ ਤੂੰ ਜੇ ਵੀਜ਼ੇ ਤੇ ਆਇਆ ਵੀਜ਼ਾ ਕਿਦਾਂ ਲਵਾਇਆ ਮੈਂ ਕਿਹਾ ਆਪਣਾ ਆਪੇ ਲਵਾਇਆ ਮੈਂ ਕਿਹਾ ਮੇਰਾ ਮਨਾ ਹੋ ਗਿਆ ਸੀਗਾ ਦੋ ਵਾਰੀ ਮਨਾ ਹੋ ਗਿਆ ਸੀਗਾ ਤੇ ਮੈਂ ਕਿਹਾ ਮੈਂ ਫਿਰ ਅਪੀਲ ਕੀਤੀ ਤੇ ਮੈਨੂੰ ਐਕਸਪੀਰੀਅੰਸ ਆ ਕਿ ਵੀ ਕਿਦਾਂ ਕਰੀਦਾ ਤੇ ਮੇਰਾ ਵੀਜ਼ਾ ਲੱਗ ਗਿਆ ਕਹਿੰਦਾ ਯਾਰ ਤੂੰ ਮੇਰੀ ਨਾਲ ਦੀ ਨੂੰ ਬੁਲਾ ਲੇਗਾ ਮੈਂ ਕਿਹਾ ਹੁਣ ਬਾਦਲ ਮੇਰੇ ਇੱਥੇ ਕੁਝ ਲਿਖਿਆ ਥੁੜੀਆ ਹੈ ਦੇਖਣ ਨੂੰ ਜਿੱਦਾਂ ਦਾ ਮਰਜ਼ੀ ਆ ਬਟ ਐਦਾਂ ਨਾ ਕਰਨਾ ਤੂੰ ਤੂੰ ਮੈਨੂੰ ਉਹਨੇ ਕਿਹਾ ਕਿ ਮੈਨੂੰ ਇੱਥੇ ਆਏ ਅੱਜ 7-8 ਸਾਲ ਹੋ ਗਏ ਹੁਣੇ ਤੂੰ ਕਹਿੰਦੇ ਮੈਨੂੰ ਨਾਲ ਦੀ ਨੂੰ ਤੇਰੀ ਉਮਰ ਹੈ ਤਹੀ ਕਿ ਸਾਲ ਤੂੰ ਮਤਲਬ 16 ਸਾਲ ਦਾ ਹੀ ਜਦੋਂ ਤੂੰ ਵਿਆਹਿਆ ਗਿਆ ਨਾਲਦੀ ਤੇ ਹੋਈ ਹੁੰਦੀ ਆ ਕਹਿੰਦੇ ਸਾਡੇ ਪਿੰਡਾਂ ਚ ਨਾ ਫੋਟੋ ਦਿਖਾ ਕੇ ਰਿਸ਼ਤਾ ਹੋ ਜਾਂਦਾ ਤੇ ਮੇਰਾ ਪਿਛਲੇ ਸਾਲ ਹੀ ਮੇਰੇ ਘਰਦਿਆਂ ਨੇ ਫੋਟੋ ਵਹਾ ਕੇ ਕੁੜੀ ਦਾ ਰਿਸ਼ਤਾ ਕੀਤਾ ਕਿਉਂਕਿ ਉਦੋਂ ਕੋਈ ਮੋਬਾਈਲ ਨਹੀਂ ਸੀ ਵੀਡੀਓ ਕਾਲ ਨਹੀਂ ਸੀ ਮੈਂ 2002 ਦੀ ਗੱਲ ਕਰ ਰਿਹਾ ਚੋ ਮੈਂ ਕਿਮਨੀ ਯਕੀਨ ਨੀਗਾ ਕਿ ਤੁਸੀਂ ਫੋਟੋ ਵੇਖ ਕੇ ਕੁੜੀ ਨਾਲ ਤੁਸੀਂ ਉਹ ਕਰ ਲੋਗੇ ਕਹਿੰਦਾ ਹਾਂ ਮੈਂ ਕਿਹਾ ਤਾਂ ਨਾ ਫਿਰ ਉਹ ਕੁੜੀ ਬਾਦਲ ਕੀ ਜਿਹਨੇ ਤੇਰੇ ਰਗੇ ਦੀ ਫੋਟੋ ਵੇਖ ਕੇ ਮੰਨ ਗਈ ਮਤਲਬ ਮੁੰਡੇ ਮੁੰਡੇ ਆਪਸ ਚ ਗੱਲਾਂ ਕਰਦੇ ਹਨ ਉਹ ਕਹਿੰਦਾ ਯਾਰ ਮੇਰੇ ਨਾਲ ਦੀ ਦਾ ਵੀਜ਼ਾ ਲਵਾ ਦੇ ਮੈਂ ਕਿਹਾ ਕਾਗਜ਼ ਮੰਗਾ ਚਲੋ ਜੀ ਉਦੋਂ ਕੋਈ ਵਟਸਐਪ ਤੇ ਕਾਗਜ਼ ਉਸੇ ਲੈਣੇ ਜਾਂਦੇ ਉਹ ਕੋਰੀਅਰ ਆਇਆ ਮੈਂ ਆਪਣੀ ਯੂਨੀਵਰਸਿਟੀ ਗਿਆ ਆਫਰ ਲੈਟਰ ਲਈਤੀ ਉਦੋਂ ਆਫਰ ਲੈਟਰ ਤੁਹਾਨੂੰ ਉਸੇ ਵੇਲੇ ਉਹ ਦੇ ਦਿੰਦੇ ਹੁੰਦੇ ਸੀਗਾ ਉਹ ਅਸੀਂ ਉਥੋਂ ਪੋਸਟ ਕਰਤੀ ਉਹ ਇੱਥੇ ਪਹੁੰਚ ਗਈ ਤੇ ਭਾਬੀ ਨਾਲ ਮੈਂ ਬੂਥ ਤੇ ਜਾ ਕੇ ਫੋਨ ਤੇ ਗੱਲਾਂ ਕਰਦਾ ਸੀ ਉਹਨਾਂ ਨੂੰ ਦੱਸਿਆ ਕਿ ਆ ਮੇਰੀ ਵੀਜ਼ਾ ਫਾਈਲ ਮੈਂ ਕਿਸੇ ਨੂੰ ਘਰੇ ਕਿਹਾ ਔਰੇ ਘਰੇ ਜਾ ਕੇ ਮੇਰੀ ਵੀਜ਼ਾ ਫਾਈਲ ਦੀ ਕਾਪੀ ਦੇ ਕੇ ਕਿ ਇਦਾਂ ਦੀ ਵੀਜ਼ਾ ਫਾਈਲ ਬਣਾ ਲਓ ਵੀਜ਼ਾ ਅਫਸਰ ਨੇ ਜੋ ਜੋ ਸਵਾਲ ਪੁੱਛਨੇ ਮੈਂ ਕਹਿੰਦੀ ਮੈਂ ਤੁਹਾਨੂੰ ਦੱਸ ਦਿੰਨਾ ਬਸ ਆ ਚੀਜ਼ਾਂ ਦਾ ਖਿਆਲ ਰੱਖਣਾ ਜਿੱਦਨ ਉਹਰੀ ਇੰਟਰਵਿਊ ਸੀ ਉਹ ਇੰਡੀਆ ਦੇ ਸਵੇਰੇ 8 ਵਜੇ ਸੀ ਤੇ ਅਸੀਂ ਉੱਥੇ ਸਾਢੇ 5 ਘੰਟੇ ਪਿੱਛੇ ਸੀਗੇ ਤੇ ਮਤਲਬ ਬਾਰਿਸ਼ ਹੋ ਰਹੀ ਸੀ ਠੰਡ ਦੇ ਦਿਨ ਮਤਲਬ ਅਸੀਂ ਉਹ ਬੂਥ ਤੇ ਜਾ ਕੇ ਦੋਵੇਂ ਜਾਣੇ ਫੋਨ ਤੇ ਹੀ ਲੱਗੇ ਹੁੰਦੇ ਸੀ ਕਿ ਯਾਰ ਇਹਨਾਂ ਨੂੰ ਪਤਾ ਲੱਗੇ ਅੱਛਾ ਹੁਣ ਉਹ ਫੋਨ ਦੀ ਵੇਟ ਕਰਦੇ ਸੀ ਕਿ ਹੁਣ ਅੰਦਰ ਚਲ ਗਏ ਪੀਸੀਓ ਤੋਂ ਫੋਨ ਕਰਕੇ ਗਏ ਹੁਣ ਅੰਦਰੋਂ ਫੋਨ ਆਊਗਾ ਕਿਉਂਕਿ ਅੰਬੈਸੀ ਦੇ ਅੰਦਰ ਫੋਨ ਕਾਲ ਉਹ ਹਗਾਸੀ ਪੀਸੀਓ ਕਿਉਂਕਿ ਮੈਂ ਆਪ ਇੰਟਰਵਿਊ ਦੇ ਕੇ ਆਇਆ ਸੀ ਆਪਣੀ ਮੈਨੂੰ ਕੋਨੇ-ਕੁਨੇ ਦਾ ਪਤਾ ਸੀ ਕਿੱਥੇ ਕਿਰੀ-ਕਰੀ ਚੀਜ਼ ਹੈ ਅਈ ਉੱਤੇ ਹੀ ਖੜੇ ਵੇਟ ਕਰੀ ਜਾਂਦੇ ਸੀ ਜੀ ਫੋਨ ਆਇਆ ਕਿ ਜੀ ਉਹਨਾਂ ਨੇ ਮੇਰਾ ਪਾਸਪੋਰਟ ਰੱਖ ਲਿਆ 4 ਵੇ ਆਨੂ ਕਿ ਮੇਗਾ ਵੀਜ਼ਾ ਲੱਗ ਗਿਆ ਇਦਾਂ ਇਦਾਂ ਹੀ ਕਹਤਾ ਨਹੀਂ ਨਹੀਂ ਉਹ ਇਦਾਂ ਹੀ ਹੁੰਦਾ ਸੀ ਕਿ ਜਦੋਂ ਪਾਸਪੋਰਟ ਰੱਖ ਲੈਂਦੇ ਸੀ ਨਾ ਤੇ ਕਹਿੰਦੇ ਜੀ 4 ਵੇ ਆਓ ਮਤਲਬ ਵੀਜ਼ਾ ਗਿਆ ਉਸੇ ਵੇਲੇ ਸਟੈਂਪ ਕਰਕੇ ਸ਼ ਉਰੇ ਬਾਚੂ ਜੀ ਇਹਨਾਂ ਨੇ ਮੈਨੂੰ ਜਫੀ ਪਾ ਲਈ ਉਹ ਪਹਿਲਾ ਵੀਜ਼ਾ ਸੀ ਬਈ ਤੁਹਾਡੀ ਜ਼ਿੰਦਗੀ ਦਾ ਵੀਜ਼ਾ ਕੀ ਸੀ ਮੈਂ ਥੋੜੀ ਲਵਾਇਆ ਮੈਂ ਤੇਰੀ ਹੈਲਪ ਕੀਤੀ ਨਾ ਮੈਂ ਇੱਕ ਗਾਈਡ ਕੀਤਾ ਆ ਕਿ ਵੀ ਮੈਂ ਆਪਣੇ ਪ੍ਰੋਸੈਸ ਤੋਂ ਨਿਕਲੇ ਕਿ ਚੱਲ ਯਾਰ ਜਿੱਕੇ ਦਾ ਘਰ ਬੰਦਾ ਤੇ ਬਣ ਜਾਏ ਹੋ ਗਿਆ ਜੀ ਤੇ ਲੋ ਜੀ ਉਹਨੇ ਅਗਲੇ ਦਿਨ ਮੈਨੂੰ ਮੇਰੇ ਜਿਹੜਾ ਰੈਂਟ ਸੀ ਉਹ ਪੇ ਕਰਤਾ ਮੈਨੂੰ ਉਹਨੇ ਕੁਝ ਪੈਸੇ ਦੇ ਦਿੱਤੇ ਮੈਂ ਆਪਣੀ ਯੂਨੀਵਰਸਿਟੀ ਜਦੋਂ ਉੱਥੇ ਪਹੁੰਚੇ ਕੱਟ ਦਾ ਸਟੋਰੀ ਸ਼ਾਟ ਕਿ ਵੀ ਜਦੋਂ ਉੱਥੇ ਪਹੁੰਚੇ ਭਾਬੀਆਂ ਨੇ ਉਹ ਯੂਨੀਵਰਸਿਟੀ ਲੈਣੇ ਵੀ ਮੈਨੂੰ ਪੈਸੇ ਦੇਤੇ ਚੈੱਕ ਦੇ ਦਿੱਤਾ ਇਹ ਅਰੇ ਸਿਸਟਮ ਸਮਝ ਨਹੀਂ ਆ ਮਤਲਬ ਪੂਰਾ ਹਫਤਾ 7 ਦਿਨ ਕੰਮ ਕਰੀਦਾ ਐ ਐਂ ਤਿੰਨ ਸ਼ਿਫਟਾਂ ਲਾਈਦੀਆਂ ਓਰੇ ਬਾਅਦ ਚੋਂ ਜਾ ਕਰਕੇ 800000 ਪੁਆਇੰਟ ਬੰਦਾ ਤੇ ਤੁਹੀਂ 12-1300 ਪੁਆਇੰਟ ਹੋਣੇ ਦੇ ਹੀ ਜਾਂਦੇ ਓ ਤੇ ਮੈਂ ਕੀਤਾ ਕੀ ਐ ਮੈਂ ਤਾਂ ਕੁਛ ਨਹੀਂ ਕੀਤਾ ਉਹਨੇ ਮੈਨੂੰ ਬਿਠਾ ਕੇ ਸਮਝਾਇਆ ਕਹਿੰਦਾ ਤੈਨੂੰ ਪਤਾ ਕੀ ਪੰਜਾਬ ਚ ਕਿੰਨੀ ਜਨਤਾ ਕਿੰਨ ਨੂੰ ਇੰਨਾ ਪਤਾ ਪੰਜਾਬ ਤੋਂ ਸਟੂਡੈਂਟ ਵੀ ਜੇ ਤੋ ਕਿੰਨੇ ਆਉਂਦੇ ਮੈਂ ਕਹਿੰਦਾ ਨਹੀਂ ਕਹਿੰਦਾ ਕਿੰਨੇ ਕਿ ਲੋਕ ਕੀ ਸਮਝਦਾ ਕਿ ਜਿਹੜੇ ਤੇਰੇ ਵਰਗੇ ਹੋਣਗੇ ਜਿਨ੍ਹਾਂ ਨੂੰ ਆਪਣੇ ਆਪ ਅਪਲਾਈ ਕਰ ਸਕਦੇ ਆ ਮੈਨੂੰ ਪਤਾ ਨਹੀਂ ਮੈਂ ਕਿ ਮੇਰ ਨਾਲ ਇੱਕ ਕੁੜੀ ਸੀ ਗੁਰਦਾਸਪੁਰ ਦੀ ਉਹਨੇ ਅਪਲਾਈ ਕੀਤਾ ਸੀਗਾ ਉਹਦਾ ਤੇ ਪਹਿਲੀ ਵਾਰ ਚ ਲੱਗਿਆ ਸੀ ਮੇਰਾ ਰਿਫਿਊਜ਼ ਹੋਇਆ ਸੀ ਮੈਂ ਦੂਜੀ ਵਾਰੀ ਗਿਆ ਫਿਰ ਮੇਰਾ ਤੀਜੀ ਵਾਰੀ ਜਾ ਕੇ ਲੱਗਾ ਕਹਿੰਦਾ ਮੈਂ ਤੈਨੂੰ ਇੱਕ ਸਲਾਹ ਦਿੰਦਾ ਇਹ ਤੂੰ ਇੱਥੇ ਛੱਡ ਤੇ ਇੰਡੀਆ ਚੱਲ ਜਾ ਜਾ ਕੇ ਕੰਮ ਕਰ ਲੋਕਾਂ ਨੂੰ ਵੇਅਰ ਕਰ ਮੇਰਾ ਵੀਜ਼ੇ ਨੂੰ 2 ਦਿਨ ਸੀ ਮੈਂ ਵਾਪਸ ਆਮਾ ਕਿ ਉੱਥੇ ਵਰਕ ਪਰਮਿਟ ਅਪਲਾਈ ਕਰਾਂ ਤੇ ਉਦੋਂ ਚੌਥੇ ਸਾਲ ਪੀਆਰ ਮਿਲ ਜਾਂਦੀ ਹੈ ਕਿ ਪੀਆਰ ਲੈ ਕੇ ਸਿਟੀਜ਼ਨ ਹੋਈਏ ਬਿੱਲੇ ਹੋਈਏ ਲੋ ਜੀ ਹੁਣ ਮੈਂ ਘਰੇ ਫੋਨ ਕੀਤਾ ਤੇ ਕਰੋ ਲੰਬੀਆਂ ਲੰਬੀਆਂ ਗਾਲਾਂ ਬਾਪੂ ਦੀਆਂ ਮਤਲਬ ਜੋ ਬਾਪੂ ਬੋਲ ਸਕਦਾ ਪੁੱਤ ਨੂੰ ਤੁਸੀਂ ਇਦਾਂ ਲਵ ਯੂ ਉਹ ਲਵ ਯੂ ਲਵ ਯੂ ਪੂਰਾ ਆਇਆ ਜੀ ਪੂਰਾ ਲਵ ਯੂ ਲਵ ਯੂ ਆ ਤੇ ਮੈਂ ਫੋਨ ਰੱਤਾ ਫਿਰ ਮੈਂ ਬੀਬੇ ਦੀ ਢੀਕ ਕੀਤੀ ਕਿ ਹੁਣ ਬਾਪੂ ਜਾਵੇ ਕਰੋ ਤੇ ਫਿਰ ਕਰ ਲੈਣ ਲਾਈਨ ਤੇ ਫੋਨ ਕਰਾਂ ਫਿਰ ਫੋਨ ਕੀਤਾ ਤੇ ਮਾਤਾ ਨੇ ਕਿਹਾ ਤੂੰ ਮੇਰੀ ਗੱਲ ਸੁਣ ਜੋ ਤੇਰਾ ਪਿਓ ਕਹਿੰਦਾ ਉਹਨੂੰ ਸਮਝ ਲੈ ਮੈਂ ਕਿਹਾ ਤੁਸੀਂ ਤੇ ਕਰਨੀ ਹੋਰੀ ਗੱਲ ਨਾ ਹੂੰ ਮੈਂ ਕਿਹਾ ਮੈਂ ਦੇਖਦਾ ਮੈਂ ਕੀ ਕਰਨਾ ਕੋਈ ਗਲਤੀ ਨਾ ਕਰੀ ਮੁਰਤੋਂ ਨਾ ਗਈਂ ਕਿ ਵੀ ਤੇਰੇ ਪਿਓ ਨੇ ਤੇ ਨਾ ਕੀ ਕੀਤਾ ਉਹੀ ਸਾਡੀ ਤੇ ਜਾਨ ਨਿਕਲ ਦਿੰਦੀ ਐ ਵੀ ਬਾਪੂ ਨੇ ਕਹਿ ਦਿੱਤਾ ਉਹ ਪੱਥਰ ਤੇ ਲਕੀਰ ਹੈ ਚਲੋ ਜੀ ਆਪਾਂ ਗੁਰਦੁਆਰੇ ਗਏ ਮੈਂ ਕਿਹਾ ਹੁਣ ਮੈਂ ਵੱਡੇ ਬਾਪੂ ਕੋਲ ਜਾਣਾ ਗੁਰਦੁਆਰੇ ਗਿਆ ਮੈਂ ਦੋ ਪਰਚੀਆਂ ਪਾਈਆਂ ਇੰਡੀਆ ਯੂਕੇ ਧਿਆਨ ਤੇ ਇੰਡੀਆ ਵਾਲੀ ਪਰਚੀ ਤੇ ਹੀ ਫੇਰ ਵੀ ਅੱਖਾਂ ਬੰਦ ਕੀਤੀਆਂ ਪਰਚੀ ਚੁੱਕੀ ਤੇ ਉਹ ਇੰਡੀਆ ਹੀ ਆਇਆ ਉਹ ਆਈ ਪੜਿਆ ਮੈਂ ਪਰਚੀ ਵੀ ਨਹੀਂ ਪੂਰੀ ਖੁੱਲੀ ਆਪਾਂ ਟਿਕਟ ਕਰਾਈ ਇੰਡੀਆ ਵੀਜ਼ਾ ਖਤਮ ਸਟੋਰੀ ਉਨਿੱਥੋਂ ਸ਼ੁਰੂ ਹੁੰਦੀ ਹੈ ਜਦੋਂ ਆ ਗਿਆ ਤੇ ਬਹੁਤ ਕੁਤਕਲੇਸ਼ ਹੋਇਆ ਕਰੇ ਕਿ ਹੁਣ ਤੋਂ ਕਬੂਤਰਬਾਜੀ ਕਰਨੀ ਹੈ ਹੁਣ ਤੋਂ ਇਹ ਕਰਨਾ ਹੈ ਮਤਲਬ ਤੂੰ ਸੋਚ ਹੀ ਨਹੀਂ ਸਕਦਾ ਉਦੋਂ ਇਸ ਕੰਮ ਨੂੰ ਇੰਨਾ ਗੰਦਾ ਕਿਉਂ ਸਮਝਦੇ ਸੀ ਕਿਉਂਕਿ ਉਦੋਂ ਇਹ ਜਿਹੜੇ ਦਲੇਰ ਮਹਿੰਦੀ ਦੇ ਉੱਤੇ ਕਬੂਤਰਬਾਜੀ ਦਾ ਪਰਚਾ ਆਇਆ ਸੀ 2002 ਚ 3 3 ਠੀਕ ਹੈ ਜੀ ਉਦੋਂ ਕੀ ਮਾਹੌਲ ਸੀ ਬਈ ਪੰਜਾਬ ਦਾ ਉਦੋਂ ਵੀ ਯੂਥ ਐਂ ਕ੍ਰੇਜ਼ੀ ਸੀ ਜਾਨ ਨੂੰ ਕਿ ਇਸ ਤੋਂ ਘੱਟ ਸੀ ਅੱਜ ਜ਼ਿਆਦਾ ਦਿਸਦੀ ਹੈ ਓਕੇ ਅੱਜ ਅਨਮੋਲ ਨੰਬਰਸ ਆਫਕੋਰਸ ਵੱਧ ਗਏ ਨੰਬਰ ਆਫਕੋਰਸ ਵੱਧ ਗਏ ਬਟ ਅੱਜ ਦਿਸਦਾ ਹੈ ਕਿਉਂ ਦਿਸਦਾ ਹੈ ਕਿਉਂਕਿ ਸੋਸ਼ਲ ਮੀਡੀਆ ਦਾ ਜਮਾਨਾ ਹੈ ਅੱਜ ਪੂਰੀ ਦੁਨੀਆ ਸਾਡੇ ਹੱਥ ਚ ਹੈ ਉਹ ਰਿਲਾਇੰਸ ਦਾ ਕਹਾਸਾ ਨਾ ਕਰ ਲਓ ਦੁਨੀਆ ਮੁਠੀ ਮੇ ਜਦੋਂ ਇਹ ਮੋਬਾਈਲ ਲਾਂਚ ਹੋਈ ਸੀ ਸੋ ਅੱਜ ਉਹ ਦੁਨੀਆ ਐਕਚੁਅਲੀ ਮੁਠੀ ਦੇ ਵਿੱਚ ਹੀ ਹੈ ਮਤਲਬ ਤੁਹਾਡੇ ਹੱਥ ਚ ਹੈ ਵਾਟਐਵਰ ਇਜ਼ ਹੈਪਨਿੰਗ ਇਨ ਦ ਵਰਲਡ ਯੂ ਗੈਟ ਟੂ ਨੋ ਓਨ ਯੂਅਰ ਫੋਨ ਓਨਲੀ ਸੋ ਇਸ ਕਰਕੇ ਹਰ ਬੰਦੇ ਨੂੰ ਪਤਾ ਹੈ ਹਰ ਚੌਥੀ ਪੋਸਟ ਜਦੋਂ ਅਸੀਂ ਵੀਜ਼ੇ ਦੀ ਦੇਖਦੇ ਆਂ ਤਾਂ ਸਾਨੂੰ ਐਂ ਲੱਗਦਾ ਕਿ ਵੀ ਪੂਰਾ ਪੰਜਾਬ ਹੀ ਚੱਲਿਆ ਬਟ ਜ਼ਿਕਰ ਮੈਂ ਪੰਜਾਬ ਦੇ ਰੇਲ ਨੰਬਰ ਦੀ ਗੱਲ ਕਰਨਾ ਪੰਜਾਬ ਚ 30 ਸਾਲ ਦਾ 40-50 ਹਜ਼ਾਰ ਤੋਂ ਜ਼ਿਆਦਾ ਬੰਦੇ 40-50 ਹਜ਼ਾਰ ਵੀ ਮਸ਼ਹਰ ਜ਼ਿਆਦਾ ਕਹਿਤਾ ਬਹੁਤ ਜ਼ਿਆਦਾ ਕਹਿਤਾ ਟੋਟਲ ਨੰਬਰਸ ਜਿਹੜੇ ਹੈਗੇ ਆ ਕੰਟਰੀ ਵਾਈਜ਼ ਸਟੈਟਸ ਹਰ ਸਾਲ ਆਂਦੇ ਆ ਬਟ ਰੋਲਾ ਇੱਥੇ ਤੁਸੀਂ ਦੇਖੋ ਕਿ ਵੀ ਇਹ ਹੈ ਕਿ ਜੀ ਪਤਾ ਨਹੀਂ ਲੱਖਾਂ ਬੰਦੇ ਜਾਈ ਜਾ ਰਹੇ ਲੱਖਾਂ ਬੰਦੇ ਜਾਈ ਜਾ ਰਹੇ ਅਸੀਂ ਸੁਣਿਆ ਸੀ ਕਿ ਸਾਲ ਦੋ 2.5 ਲੱਖ ਬੰਦੇ ਦੀ ਜਾਂਦੇ ਬਾਹਰ ਹਰ ਸਾਲ ਕਿੱਥੋਂ ਇੰਡੀਆ ਚ ਅਪਾਤੇ ਪੰਜਾਬ ਦੀ ਗੱਲ ਕਰ ਰਹੇ ਸੀ। ਬਿਲਕੁਲ। ਸੋ ਇੰਡੀਆ ਤੋਂ 2.5 ਲੱਖ ਬੰਦੇ ਜਾਂਦਾ ਹੋਊਗਾ। ਕੋਈ ਇਹਰੇ ਚੋ ਨਹੀਂ ਹੈ। ਠੀਕ ਹੈ। 2.5 ਦਾ ਵੀ ਤਿੰਨ ਹੀ ਜਾਂਦਾ ਹੋਏਗਾ। ਬਟ ਜੇਕਰ ਅਸੀਂ ਪੰਜਾਬ ਦੀ ਗੱਲ ਕਰ ਲਈ ਪੰਜਾਬ ਦਾ ਅੰਕੜਾ 40-50 ਹਜ਼ਾਰ ਤੋਂ ਜ਼ਿਆਦਾ ਦਾ ਨਹੀਂ ਹੈ। ਇਹ ਵੀ ਮੇਸ਼ਾ ਜ਼ਿਆਦਾ ਉਹ ਦੱਸ। ਐਸ ਕੰਪੇਅਰ ਟੂ ਬਾਕੀ ਸਟੇਟਸ ਭਾਜੀ। ਐਸ ਕੰਪੇ ਨਹੀਂ ਮੈਂ ਪੂਰੇ ਇੰਡੀਆ ਦੀ ਗੱਲ ਕਰ ਰਿਹਾ। ਨਹੀਂ ਨਹੀਂ ਪੰਜਾਬ ਨੂੰ ਕੰਪੈਰੀਸ਼ਨ ਕੰਪੈਰੀਸ਼ਨ ਕਰ ਰਹੇ ਆਪਾਂ। ਪੰਜਾਬ ਐਂ ਗੁਜਰਾਤ ਆਰ ਦਾ ਨੰਬਰ 2 1 ਐਂ 2 ਸਟੇਟਸ। ਉਹ ਗੁਜਰਾਤ ਚੋ ਵੀ ਸੇਮ ਵੋਲਿਊਮ ਜਾਂਦਾ ਹੈ। ਪੰਜਾਬ ਚ ਗੁਜਰਾ ਕਿਉਂਕਿ ਗੁਜਰਾਤ ਸਟੇਟ ਵਾਈਜ਼ ਪੰਜਾਬ ਤੋਂ ਵੱਡੀ ਹੈ ਸੋ ਇਸ ਕਰਕੇ ਗੁਜਰਾਤ ਤੋਂ ਹੋ ਸਕਦਾ ਨੰਬਰ ਜ਼ਿਆਦੇ ਜਾਂਦੇ ਹੋਣ ਸੋ ਵੀ ਡੋਨਟ ਹੈਵ ਪ੍ਰੈਜ਼ੈਂਸ देयर ਸੋ ਮੈਨੂੰ ਉੱਥੋਂ ਦੇ ਸਟੈਟਸ ਬਾਰੇ ਅਜੇ ਇੰਨੀ ਜਾਣਕਾਰੀ ਨਹੀਂ ਬਟ ਜਿੱਤੇ ਵੀ ਤੁਸੀਂ ਚਲ ਜਓ ਤੁਹਾਨੂੰ ਗੁਜਰਾਤੀ ਮਿਲਣਗੇ ਪੰਜਾਬੀ ਮਿਲਣਗੇ ðiਸ ਆਰ ਦਾ ਟੂ ਕਮਿਊਨਿਟੀਜ਼ ਵਿਚ ਡੋਮਿਨੇਟ ਲਾਈਕ ਯੂ نو ਏਵਰੀਵੇਅਰ ਇਨ ਦਾ ਵਰਲਡ ਟੂਡੇ ਸੋ ਅੱਜ ਦਾ ਜਿਹੜਾ ਕ੍ਰੇਜ਼ ਹੈ ਉਹ ਕ੍ਰੇਜ਼ ਹੈ ਅੱਜ ਫੈਸ਼ਨ ਬਣ ਗਿਆ ਬਾਹਰ ਜਾਣਾ ਅੱਜ ਫੈਸ਼ਨ ਹੈ ਉਸ ਟਾਈਮ ਤੇ ਲੋਟ ਸੀ ਮਜਬੂਰੀ ਉਸ ਟਾਈਮ ਤੇ ਲੋਟ ਸੀ ਅੱਜ ਫੈਸ਼ਨ ਹੈ ਲੂਡ ਅੱਜ ਵੀ ਕਾਫੀਆਂ ਦੀ ਹੈ ਬਟ ਫੈਸ਼ਨ ਜ਼ਿਆਦਾ ਹੋ ਗਿਆ ਹੂੰ ਉਸ ਟਾਈਮ ਦੇ ਜਿਹੜੇ ਬੰਦੇ ਜਾਂਦੇ ਸੀਗੇ ਬਾਹਰ ਉਹਨਾਂ ਨੂੰ ਵੈਲਿਊ ਸੀ ਕਿ ਮੇਰੇ ਬਾਪੂ ਨੇ ਰੁਪਈਆ ਉਦੋਂ ਤੇ ਖਰਚਾ ਹੀ 4 ਲੱਖ 6 ਲੱਖ 8 ਲੱਖਾਂ ਦਾ ਹੀ ਹਿੱਸੇ ਤੋਂ ਜ਼ਿਆਦਾ ਖਰਚਾ ਨਹੀਂ ਜਾਂਦਾ ਕਿੰਨੇ ਪੈਸੇ ਖਰਚੇ ਮੈਂ ਇੱਕ ਜਾ ਕੇ ਰੁਪਈਏ ਦਾ ਡਾਲਰ ਦਾ ਜਾਂ ਪੌਂਡ ਦਾ ਕੱਚਾ ਵੀ ਨਹੀਂ ਲੈਣਾ ਹੂੰ ਮੈਂ ਪਹਿਲੇ ਪੈਸੇ ਪੂਰੇ ਕਰਨੇ ਐਂਡ ਮੈਂ ਜਿੰਦੀ ਜਾਦ ਦੀ ਐਗਜ਼ਾਮਪਲ ਆ ਮੈਂ 2 ਸਾਲ ਕਿਤੇ ਮਰ ਰੋਟੀ ਨਹੀਂ ਕੋਈ ਦੋਸਤ ਨਹੀਂ ਕੋਈ ਔਰਤ ਸੱਜੇ ਕੱਬੇ ਨਹੀਂ ਕਿ ਮੇਰੇ ਪਿਓ ਨੇ ਪੈਸੇ ਲਾ ਕੇ ਭੇਜੇ ਮੇਰੇ ਪਿਓ ਨੇ 3 ਲੱਖ ਲਾ ਕੇ ਭੇਜਿਆ ਸੀ ਤੁਸੀਂ 3 ਲੱਖ ਕਿੱਥੇ ਲਾਇਆ ਸੀ ਬਾਈ ਆਪਣੀ ਸਟੱਡੀਜ਼ ਉੱਤੇ ਮੇਰੀ ਜਿਹੜੀ ਫੀਸ ਭਰੀ ਸੀਗੀ ਟਿਕਟਸ ਫੀਸ ਫੀਸ ਟਿਕਟ 300.9 ਲੱਖੇ ਗਿਆ ਸੀ ਸੋ ਇਹ ਸਾਰਾ ਖਰਚਾ ਜਿਹੜਾ ਹੋਇਆ ਸੀਗਾ ਕਿੰਨੇ ਸਾਲ ਤੁਸੀਂ ਰਹੇ ਫਿਰ ਉੱਥੇ 2 ਸਾਲ 2 ਸਾਲ ਚ ਪੂਰੇ ਕਰ ਲਏ ਪੈਸੇ ਪੈਸੇ ਤਾਂ ਪਹਿਲੇ ਹੀ ਪੂਰੇ ਕਰ ਲਏ ਸੀਗੇ ਮਤਲਬ ਪਹਿਲੇ 4-6 ਮਹੀਨੇ ਮਤਲਬ ਜੇ ਮੈਂ ਟੋਟਲ ਆਪਣੇ ਉਸ ਆંકੜੇ ਦੀ ਗੱਲ ਕਰਾਂ ਮੇਰੇ ਖਿਆਲ ਨਾਲ ਮੈਂ 20 ਲੱਖ ਰੁਪਈਆ 2 ਸਾਲ ਚ ਕ ਕਿ 3 ਲੱਖ ਲੱਗਾਈ ਬਾਕੀ ਤੇ ਹੈਗੇ ਸੀਗੇ ਬਟ ਮੈਂ ਆ ਗਿਆ ਸੀਗਾ ਵਾਪਿਸ ਜਦੋਂ ਇੱਥੇ ਆ ਕੇ ਕੰਮ ਸ਼ੁਰੂ ਕੀਤਾ ਨਾ ਸਾਰੇ ਆਟਸ ਦੇ ਅਗੇਂਸਟ ਜਾ ਕੇ ਉਹ ਮੇਰੀ ਜ਼ਿੰਦਗੀ ਦਾ ਬੜਾ ਪੇਨਫੁਲ ਟਾਈਮ ਸੀਗਾ ਹਰ ਬੰਨਿਓ ਜੁੱਤੀਆਂ ਪਹਿਰੀਆਂ ਸੀਗੀਆਂ ਹਰ ਬੰਨਿਓ ਜੁੱਤੀਆਂ ਜੋ ਕੰਮ ਕਰਨ ਜਾਂਦਾ ਸੀਗਾ ਪੁੱਠਾ ਪੈਂਦਾ ਸੀ ਮੈਂ ਵੀਜ਼ੇ ਅਪਲਾਈ ਕੀਤੇ ਮਤਲਬ ਬੰਦਾ ਪਹਿਲੇ ਕਹਿੰਦਾ ਨਾ ਕਿ ਵੀ ਉਹ ਘਰੋਂ ਹੀ ਸ਼ੁਰੂ ਕਰਦਾ ਆਪਣੇ ਘਰ ਦੇ 2 4 5 ਕੇਸ ਮੱਲੇ ਦੇ ਦੋ ਚਾਰ ਪੰਜ ਕੀ ਰਿਸ਼ਤੇਦਾਰੀ ਹੈ ਦੋਸਤੀ ਲਿੰਕ ਸਰਕਲ ਠੀਕ ਹੈ ਕਿਉਂਕਿ ਐਡੂਡ ਤੇ ਉਸ ਟਾਈਮ ਤੇ ਸਵੇਰੇ 4 ਵਜੇ ਜਾ ਕੇ ਅਖਬਾਰਾਂ ਚ ਮਾ ਫਲਾਇਰ ਵੰਡਦਾ ਹੁੰਦਾ ਸੀ ਉਦੋਂ ਕਿਸ ਨਾਮ ਤੋਂ ਤੁਸੀਂ ਸ਼ੁਰੂ ਕੀਤਾ ਸੀ ਬਈ ਯੀਐਸਐਸ ਤੇ ਇਹ ਚੱਲਦੇ ਸੀਗੇ ਠੀਕ ਹੈ ਸੋ ਉਹ ਚੱਲਦਾ ਰਿਹਾ ਜੀ ਸੌਰੀ ਯੀਐਸਐਸ ਦੀ ਫੁੱਲ ਫਾਰਮ ਕੀ ਹੈ ਐਕਸਪ੍ਰੈਸ ਸਟੂਡੈਂਟ ਸਰਵਿਸਿਜ਼ ਇਹ ਪਹਿਲੇ ਕੰਪਨੀ ਹੁੰਦੀ ਸੀਗੀ ਫਿਰ ਉਹ ਇਹਨੂੰ ਜਦੋਂ ਯੂਕੇ ਬੰਦ ਹੋਇਆ ਫਿਰ ਅਸੀਂ ਇਹਨੂੰ ਗਲੋਬਲ ਕਰਤਾ ਕਿਉਂਕਿ ਉਹਦਾ ਡੋਮੇਨ ਹੁੰਦਾ ਸੀ study.uk.com ਓਕੇ ਅਸੀਂ ਸਿਰਫ ਯੂਕੇ ਕੀਤਾ 2012 ਤੱਕ ਓਕੇ 2012 ਤੋਂ ਬਾਅਦ ਜਦੋਂ ਯੂਕੇ ਡਾਊਨ ਹੋਇਆ ਕਿ ਯਾਰ ਅੱਜ ਦਾ ਟਾਈਮ ਹੈ ਕਿ ਵੀ ਇਟਸ ਨੋਟ ਓਨਲੀ ਅਬਾਊਟ ਯੂਕੇ ਠੀਕ ਹੈ ਮੈਂ ਯੂਕੇ ਤਾਂ ਹੋ ਗਿਆ ਮੈਨੂੰ ਯੂਕੇ ਦਾ ਚੱਪਾ ਚੱਪਾ ਪਤਾ ਹੈ ਬਟ ਯੂਕੇ ਤੋਂ ਇਲਾਵਾ ਹੋਰ ਕੀ ਕਿ ਉਦੋਂ ਫਿਰ ਰੋਹਿਤ ਨੇ ਆ ਕੇ ਜੁਆਇਨ ਕੀਤਾ ਅਸੀਂ ਮੈਂ ਰੋਹਿਤ ਨੂੰ ਆਸਟ੍ਰੇਲੀਆ ਸਿੱਖਿਆ ओके दैन पंद्रह सोलह मैं कैनेडा वाले बने ध्यान देना शुरू किया सो वी लर्न टिट एंड दैन अज वी आर अवेयर वी आर राइट सो so दो हज़ार तेई दे अज अं बैठे हुए हैं सो यस एस ग्लोबल यू नेम इट लाइक चाहे स्टूडेंट वीजाज है चाहे कोई भी है मतलब सो वी डोंट वॉन्ट टू टॉक अबाउट दैट बट हाँ मतलब अब मल्टी वो हर कंट्री दो पेनफुल टाइम से मेरे में मैं कोई एक साल अनमोल कितने एक केस फड़िया हैल्प की एंड वीजा लग गया एक साल ਮੇਰਾ ਖਿਆਲ ਹੈ ਮੈਂ 5 7 10 ਕਿਸ ਇਕੱਠੇ ਕੀਤੇ ਇੱਕ ਵੀ ਵੀਜ਼ਾ ਨਹੀਂ ਮਲਵਾ ਪਾਇਆ ਹੂੰ 1 ਸਾਲ ਪੂਰਾ 1 ਸਾਲ ਪੂਰਾ ਇੱਕ ਵੀ ਵੀਜ਼ਾ ਨਹੀਂ ਮਲਵਾ ਪਾਇਆ ਮੈਨੂੰ ਕੋ ਬੰਦਾ ਮਿਲਿਆ ਨਿਲੇਸ਼ ਟੰਡਨ ਉਹ ਅੱਜ ਵੀ ਮੇਰੇ ਨਾਲ ਹੈ ਉਹਨਾਂ ਨੂੰ ਮੈਂ ਆਪਣਾ ਗੁਰੂ ਕਹਿੰਦਾ ਉਹ ਉਹਨਾਂ ਨੇ ਫਾਈਲਾ ਫੁਲੀਆਂ ਦੇਖੀਆਂ ਕਹਿੰਦਾ ਇਨਕੇ ਨਹੀਂ ਵੀਜ਼ੇ ਲੱਗਣੇ ਮੇਰਾ ਦਿਲ ਕਿਤਨਾ ਮ ਰੈਪਟਾ ਛਟਾ ਕਿ ਮੈਂ ਇਨੀ ਮਿਹਨਤ ਕਰਕੇ ਆਇਆ ਕਿ ਭਰਾਵਾ ਵੀਜ਼ਾ ਨਹੀਂ ਲੱਗਣਾ ਉਹ ਕੌਣ ਸੀ ਮੈਂ ਭਾਜੀ ਉਹ ਉਹਨਾਂ ਦੀ ਕੰਪਨੀ ਸੀ BCS ਉਸ ਟਾਈਮ ਦਨਜੀ ਮੈਂ ਅਗਲੇ ਦਿਨ ਵੈਸੀ ਉਹਨਾਂ ਨੂੰ ਲੈ ਕੇ ਸਾਰਿਆਂ ਦੇ ਵੀਜ਼ਾ ਰਿਫਿਊਜ਼ ਮੈਂ ਇਹਨਾਂ ਨੂੰ ਫੋਨ ਕੀਤਾ ਮੈਂ ਮਿਲਣਾ ਮੈਂ ਇਹਨਾਂ ਦੇ ਦਫ਼ਤਰ ਕਿ ਤੁਸੀਂ ਇਦਾਂ ਦਾ ਰਤੀਫਾਈਲਾਂ ਚ ਕੀ ਦੇਖ ਲਿਆ ਕਿ ਤੁਸੀਂ ਨਾ ਤਿੰਨ ਹੀਰੇ ਚ ਖੜੇ ਹੋਗੇ ਸਾਡੇ ਨੋਵੇਂ ਹੀ ਕਹਤਾਂ ਇਹਨਾਂ ਦੇ ਵੀਜ਼ਾ ਨਹੀਂ ਲੱਗਣੇ ਜਿਹੜਾ ਮੈਂ ਨਹੀਂ ਦੇਖ ਪਾਇਆ ਮੈਂ ਸਿੱਖਣਾ ਚਾਹੁੰਨਾ ਉਹ ਕਹਿੰਦੇ ਉਰਲੀ ਤੈਨੂੰ ਸਾਡੇ ਲਈ ਕੰਮ ਕਰਨਾ ਪਏਗਾ ਮੈਂ ਕਿਹਾ ਮੈਨੂੰ ਮਨਜ਼ੂਰ ਹੈ ਚਲੋ ਮੈਨੂੰ ਉਹਨਾਂ ਨੇ ਕੀ ਚੀਜ਼ ਸਮਝਾਈ ਮੈਂ ਕਿਹਾ ਮੈਂ ਰੋਇਆ ਮੈਂ ਕਿਹਾ ਭਾਜੀ ਯਾਰ ਮੈਂ ਉੱਥੇ ਕਿਸੇ ਦੀ ਹੈਲਪ ਕੀਤੀ ਉਰੇ ਵੀਜ਼ਾ ਹੁੰ ਲੱਗ ਗਿਆ ਇੰਨੀ ਮੈਂ ਕਿੰਨੇ ਜੀ ਤੋੜ ਮਿਹਨਤ ਕੀਤੀ ਹੈ ਸ਼ਾਨੇ ਪੰਜਾਬ ਸਰੇ 6 ਵਜੇ ਉੱਥੋਂ ਅੰਮ੍ਰਿਤਸਰੋਂ ਨਿਕਲਦਾ ਹੁੰਦਾ ਸੀ 2 ਵਜੇ ਇੱਥੇ ਪਹੁੰਚਦੀ ਸੀ ਕੰਮ ਕਰਦਾ ਸੀ ਰਾਤ ਦੀ ਫਿਰ ਮੈਂ ਟ੍ਰੇਨ ਲੈ ਕਰਕੇ ਵਾਪਸ ਲੁਧਿਆਣਾ ਹੁੰਦੇ ਸੀ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਕਿੱਥੇ ਜਾਂਦੇ ਸੀ ਦਿੱਲੀ ਓਕੇ ਦਿੱਲੀੋਂ ਫਿਰ ਵਾਪਸ ਮੈਂ ਕੀ ਯਾਰ ਮੈਂ ਇੰਨੀ ਜੀ ਤੋੜ ਮਿਹਨਤ ਕਰਦਾ ਪਿਆ ਕੋਈ ਗੱਡੀ ਗੁੱਡੀ ਨਹੀਂ ਹੁੰਦੀ ਮੈਂ ਬੱਸਾਂ ਟ੍ਰੈਵਲ ਕੀਤਾ ਆ ਕਿ ਫੇਰ ਵੀ ਮੇਕੇ ਮੈਨੂੰ ਸਕਸੈਸ ਕਿਉਂ ਨਹੀਂ ਮਿਲੀ ਇੱਕ ਸਾਲ ਹੋ ਗਿਆ ਮੇਰੇ ਪਿਓ ਨੇ ਮੈਨੂੰ ਮਤਲਬ ਉਹ ਪਾਰਖਤੀ ਦੇ ਨਹੀਂ ਸਿੱਧੀ ਸਿੱਧੀ ਹੁਣ ਤੇ ਮੈਂ ਕਿਹਾ ਮੇਰੇ ਰਿਸ਼ਤੇਦਾਰਾਂ ਨੇ ਕਹਿਤਾ ਇਹ ਨਿਕਮਾ ਹੈ ਕੀ ਕਾਹੀ ਜੋਗਾ ਨਹੀਂ ਹੀ ਇਜ਼ ਗੁੱਡ ਫॉर ਨਥਿੰਗ ਮਤਲਬ ਇਹ ਮੇਰਾ ਟੈਗ ਮੈਨੂੰ ਮਿਲ ਗਿਆ ਆ ਸੀ ਕਿ ਜਿਹੜਾ ਮੁੰਡਾ ਜੀ ਬਾਹਰ ਜਾ ਕਰਕੇ ਪਿਓ ਦੇ ਪੈਸੇ ਬਰਬਾਦ ਕਰਕੇ ਵਾਪਸ ਆ ਗਿਆ ਹੁਣ ਅਹੀਂ ਢੰਡੋਰਾ ਤੇ ਨਹੀਂ ਪਟਣਾ ਨਾ ਕਿ ਜੀ ਇੰਨੇ ਬੈ ਕਮਾ ਕੇ ਵੀ ਆਇਆ ਮੁੰਡਾ ਕੀ ਇਹ ਪਿਓ ਦੇ ਪੈਸੇ ਨਾਮ ਬਰਬਾਦ ਕਰਤਾ ਇੰਨੇ ਜੱਗੇ ਦਾ ਇੰਨੇ ਇਦਾਂ ਕਰਤਾ ਇੰਨੇ ਉਦਾਂ ਕਰਤਾ ਮਤਲਬ ਵੋਟ ਨਾਟ ਉਸ ਟਾਈਮ ਤੇ ਮੈਂ ਜਿਹੜੀ ਕੁੜੀ ਦੇ ਨਾਲ ਮਤਲਬ ਮੇਰਾ ਅਫੇਅਰ ਕਹਿ ਲੋ ਜਾਂ ਕੁਝ ਕਹਿ ਲੋ ਕਿ ਜਿੱਤੇ ਮਰਦਾ ਸੀਗਾ ਜ਼ਿੰਦਗੀ ਦਾ ਪਹਿਲਾ ਪਿਆਰ ਹੈ ਨਾ ਉੱਥੋਂ ਵੀ ਜਵਾਬ ਹੋ ਗਿਆ ਕਿ ਜੀ ਯੂ ਆਰ ਗੁੱਡ ਫॉर ਨਥਿੰਗ ਕਿ ਜੀ ਤੂੰ ਹੀ ਜਾ ਕੇ ਜਿੱਥੇ ਸੈਟਲਮੈਂਟ ਦੁਨੀਆ ਮਰਦੀ ਹੈ ਕਿ ਸਾਡਾ ਵੀਜ਼ਾ ਲੱਗ ਜਾਏ ਔਰ ਤੇਰਾ ਤੇ ਰੱਬ ਨੇ ਅਰਦਾਸਾਂ ਦੇਖ ਤੂੰ ਕਿੰਨੀਆਂ ਕੀਤੀਆਂ ਤੈਨੂੰ ਵੀਜ਼ੇ ਦੀ ਵੈਲਿਊ ਨਹੀਂ ਤੂੰ ਜ਼ਿੰਦਗੀ 'ਚ ਹੋਰ ਕਰਨਾ ਕੀ ਹੈ ਤਾਂ ਉਹੀ ਕੋ ਟੈਗ ਆ ਗਿਆ ਯੂ ਆਰ ਗੁੱਡ ਫॉर ਨਥਿੰਗ ਬਹੁਤ ਰੋਇਆ ਮੈਂ ਨੇ ਲੈ ਸਰਦ ਕੇ ਮੈਂ ਕਿਹਾ ਯਾਰ ਮੈਂ ਸੱਚੀ ਇਹ ਕੰਮ ਸਿੱਖਣਾ ਚਾਹੁੰਦਾ ਮੈਂ ਕਿੱਥੇ ਗਲਤੀ ਕਰ ਰਿਹਾ ਉਹਨੇ ਮੈਨੂੰ ਗੱਲ ਸਮਝਾਈ ਉਹ ਮੇਰੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਸੀ ਗਨਮੋਲ ਕਹਿੰਦਾ ਤੂੰ ਪਹਿਲੇ ਜਿਹੜਾ ਵੀਜ਼ਾ ਲੱਗਾ ਨਾ ਉਹ ਤੂੰ ਸ਼ਿੱਦਤ ਨਾਲ ਕਿਸੇ ਦੀ ਹੈਲਪ ਕਰ ਰਿਹਾ ਸੀ ਤੈਨੂੰ ਲਾਲਚ ਨਹੀਂ ਸੀ ਕੋਈ ਆ ਹੁਣ 1 ਸਾਲ ਤੋਂ ਜੋ ਕਰ ਰਿਹਾ ਨਾ ਇਹ ਤੂੰ ਰੁਪਈਏ ਕਮਾਣ ਦੀ ਖਾਤਰ ਕਰ ਰਿਹਾ ਮੈਂ ਬੇਰੀ ਡੀਪ ਮੈਂ ਕਹਾਂ ਭਾਜੀ ਦੁਬਾਰਾ ਬੋਲੋ ਫਰਕ ਕੀ ਦੁਆ ਚ ਕਹਿੰਦੇ ਮਨੇ ਇਹ ਦੱਸ ਤੈਨੂੰ ਪਤਾ ਸੀ ਕਿ ਬਾਦਲ ਦੀ ਵੋਟੀ ਦਾ ਵੀਜ਼ਾ ਲੱਜੂਗਾ ਤੈਨੂੰ ਪੈਸੇ ਮਿਲਣਗੇ ਮੈਂ ਕਹਾਂ ਆਪਣੇ ਆ ਮਿਲਣਾ ਮੈਂ ਕਹਾ ਹਾਂ ਕਹਿੰਦੇ ਅੱਜ ਤੇ ਤੂੰ ਜਦੋਂ ਕੇਸ ਬੁੱਕ ਕੀਤਾ ਤੇ ਪੈਸੇ ਟੱਕ ਕੇ ਕੀਤਾ ਤੇ ਤੇਰੀ ਕੈਲਕੂਲੇਸ਼ਨ ਲੱਗੀ ਹੋਈ ਹੈ ਕਿ ਇਹਨੇ ਪੈਸੇ ਆਣਗੇ ਮੈਂ ਹਾਂ ਕਰੂੰਗਾ ਔਰ ਕੀ ਕਰਨਾ ਹੈ ਮੈਂ ਕਹ ਆਪਣੇ ਪਿਓ ਦਾ ਮੂੰਹ ਬੰਦ ਕਰਨਾ ਕਹਿੰਦੇ ਤੇਰਾ ਹੰਕਾਰ ਹੈ ਉਹ ਹੰਕਾਰ ਉੱਥੇ ਟੁੱਟ ਗਿਆ ਪਹਿਲੇ ਤਾਂ ਮੈਂ ਬੈਸਿਆ ਇਹ ਕੀ ਕਿਦਾਂ ਦਾ ਹੰਕਾਰ ਹੈ ਯਾਰ ਮੈਂ ਤਾਂ ਮਿਹਨਤ ਕਰ ਰਿਹਾ ਨਹੀਂ ਤੈਨੂੰ ਲੱਗਦਾ ਤੇਰੀ ਇੰਟੈਂਸ਼ਨ ਕੀ ਹੈ ਉਸ ਦਿਨ ਮੈਨੂੰ ਜ਼ਿੰਦਗੀ ਚੀਜ਼ ਸਮਝ ਆਈ ਕਲੀਅਰ ਯੋਰ ਵਾਈ ਕਿ ਜ਼ਿੰਦਗੀ ਚ ਜੇ ਕੋਈ ਕੰਮ ਕਰਨਾ ਹੈ ਕਰਨਾ ਹੀ ਕਿਉਂ ਹੈ ਪਹਿਲੇ ਤੇ ਆਪਣਾ ਕਿਉਂ ਕਲੀਅਰ ਕਰ ਲਓ ਜਦੋਂ ਤੁਹਾਡਾ ਕਿਉਂ ਕਲੀਅਰ ਹੋ ਗਿਆ ਨਾ ਹਾਊ ਆਪਣੇ ਆਪ ਆਜੂਗਾ ਤੇ ਦੋ ਵਰਡਸ ਹੀ ਤੁਹਾਡੀ ਪੂਰੀ ਜ਼ਿੰਦਗੀ ਨੂੰ ਡਰਾਈਵ ਕਰ ਰਹੇ ਹੈ ਵਾਈ ਐਂਡ ਹਾਊ ਅੰਜੀ ਜੀ ਜੀ ਕੰਡੀਸ਼ਨ ਚ ਵਾਈ ਐਂਡ ਹਾਊ ਕਲੀਅਰ ਨਹੀਂ ਉੱਥੇ ਕਲੇਸ਼ ਹੈ ਉੱਥੇ ਰਿਸ਼ਤੇ ਖਤਮ ਹੋ ਗਏ ਕੀ ਕਿਉਂ ਕੀਤਾ ਜਾਂ ਕਿਉਂ ਕਰਨਾ ਹੈ ਕਿਉਂ ਨਹੀਂ ਦੱਸਿਆ ਕੀ ਕਰਨਾ ਹੈ ਔਰ ਕਿਵੇਂ ਕਰਨਾ ਸੋ ਉਹ ਛੱਤ ਤੇ ਖੜੇ ਸੀਗੇ ਮੈਂ ਕਿਹਾ ਬਾਜੀ ਮੈਨੂੰ ਕੰਮ ਸਿੱਖਣਾ ਜੋ ਤੁਸੀਂ ਕਰੋਗੇ ਮੈਂ ਤੁਹਾਡੇ ਟੂਵਰਡ ਸਰੈਂਡਰ ਜੋ ਕਹੋਗੇ ਮੈਂ ਉਹ ਕਰਾਂਗਾ ਕਹਿੰਦੇ ਜੇ ਕੰਮ ਸਿੱਖਣਾ ਅੱਜ ਕਿੰਨੇ ਰਿਫਿਊਜ਼ ਹੋਏ ਮੈਂ ਕਹਾਂ ਜੀ 5 ਕਹਿੰਦਾ ਰਿਫਿਊਜ਼ ਲੈਟਰ ਪੜ੍ਹ ਕਿਉਂ ਹੈ ਮੈਂ ਕਹਾਂ ਹੀ ਵਾਸ ਨਾਟ ਸੈਟੀਸਫਾਈਡ ਉਹਨੇ ਮੈਨੂੰ ਜਵਾਬ ਦੇ ਕਹਿੰਦਾ ਥਿਸ ਇਜ਼ ਅ ਬੁੱਲਸ਼ਿਟ ਹੀ ਇਸ ਨਾਟ ਸੈਟੀਸਫਾਈਡ ਇਹ ਤੂੰ ਲਾਸਟ ਲਾਈਨ ਪੜ ਰਹਾ ਡੋਨਟ ਐਕਟ ਲਾਈਕ ਅ ਕਲੈਂਟ ਕਿਉਂ ਸੈਟੀਸਫਾਈ ਨਹੀਂ ਆ ਕਿਉਂ ਸੈਟੀਸਫਾਈ ਨਹੀਂ ਆ ਮੈਂ ਕਹਾਂ ਹੁਣ ਤੂੰ ਦੱਸ ਤੈਨੂੰ ਕੀ ਦਿਸੇ ਕਹਿੰਦਾ ਇਹਨਾਂ ਦੀ ਬਾਡੀ ਲੈਂਗੁਏਜ ਹੀ ਨਹੀਂ ਸੀ ਮੈਂ ਫਾਈਲ ਤੇ ਕਹਿੰਦਾ ਦੇਖੀ ਨਹੀਂ ਇਹਨਾਂ ਦੀ ਬਾਡੀ ਲੈਂਗੁਏਜ ਦੇਖੀ ਸੀ ਜਿਹੜੇ ਫਾਈਲ ਲੈ ਕੇ ਜਾ ਰਹੇ ਸੀ ਛੇ ਵੀ ਹੁੰਦਾ ਕਿਉਂਕਿ ਤੁਸੀਂ ਪ੍ਰੈਜੈਂਟ ਕਰ ਰਹੇ ਹੋ ਨਾ ਅੱਜ ਨੂੰ ਅੱਜ ਪਤਾ ਲੱਗਿਆ ਯੂਐਸਐਮ ਬੇਸਿਕ ਹਾਊ ਯੂ ਵਰਕਿੰਗ ਟੂਵਰਡਸ ਦੈਟ ਉਹ 90 80% ਤੇ ਉਹ ਥ੍ਰੀ ਡਿਸਾਈਡ ਹੋ ਜਾਂਦਾ ਮੈਂ ਤੁਹਾਡੇ ਨਾਲ ਬੈਠਾ ਹਾਂ ਉਹ ਕੰਮ ਕਰੇ ਜਾਂ ਬੈਠ ਜਾਂ ਤੇ ਮਤਲਬ ਉਹ ਕੀ ਹੈ ਕਿ ਵੀ ਤੁਹਾਨੂੰ ਸਮਝ ਨਹੀਂ ਮੰਡ ਰਿਹਾ ਮੈਂ ਮੈਂ ਇਹ ਸ਼ੌਕਡਾਂ ਚੀਜ਼ ਸੁਣ ਕੇ ਕਿ ਬਹੁਤ ਜਨਤਾ ਸ਼ੌਕਡ ਹੋ ਗਈ ਕਿ ਬੜੇ ਲੋਕਾਂ ਨੂੰ ਨਹੀਂ ਪਤਾ ਬਾਡੀ ਲੈਂਗੁਏਜ ਤੁਸੀਂ ਕਿਸੇ ਵੀ ਇੰਟਰਵਿਊ ਤੇ ਚਲੇ ਜਾਓ ਕਿੱਥੇ ਵੀ ਜ਼ਿੰਦਗੀ ਦੀ ਇੰਟਰਵਿਊ ਤੇ ਚਲੇ ਨਹੀਂ ਭਾਈ ਬਾਡੀ ਲੈਂਗੁਏਜ ਦਾ ਬਾਹਰ ਜਾਣ ਨਾਲ ਕੀ ਲੈਣਾ ਦੇਣਾ ਉਹਨਾਂ ਦੀ ਕੰਟਰੀ ਕਿਉਂਕਿ ਐਂਬੈਸੀ ਜਾ ਰਹੇ ਨਾ ਇੰਟਰਵਿਊ ਵਾਸਤੇ ਅਨਮੋਲ ਉਸ ਟਾਈਮ ਤੇ ਤੇ ਐਂਬੈਸੀ ਚ ਆਪਣੀ ਫਾਈਲ ਆਪ ਲੈ ਕੇ ਜਾਂਦੇ ਸੀ ਕੋਈ ਵੀਐਫਐਸ ਥੋੜੀ ਹੁੰਦੀ ਹੁੰਦੀ ਸੀ ਉਹ ਜਮਾਨੇ ਚ ਇਹ ਮੈਂ 2003 ਦੀਆਂ ਗੱਲਾਂ ਕਰ ਰਿਹਾ ਤੇ ਮੈਂ ਕਿਹਾ ਠੀਕ ਜੀ ਥੈਨ ਆਈ ਰੀਕਾਲਡ ਗੱਲ ਤੇ ਬਿਲਕੁਲ ਠੀਕ ਹੈ ਜੋ ਕਪੜੇ ਪਾ ਕੇ ਗਏ ਜਿਸ ਤਰੀਕੇ ਨਾਲ ਉਹਨਾਂ ਨੇ ਪ੍ਰੈਜ਼ੈਂਟ ਕੀਤਾ ਭਾਈ ਉਹ ਤੇ ਉਹੀ ਹੈ ਯੂ ਆਰ ਰਾਈਟ ਫਿਰ ਮੈਂ ਰਿਫਿਊਜ਼ਲ ਲੈਟਰ ਪੜ੍ਹਦਿਆਂ ਸ਼ੁਰੂ ਕੀਤੀਆਂ एंड उस दिन मैं एक चीज़ धार ली यार कितों बचे दस हज़ार कितों बचे रुपया तो कितों बचे लाख वो मेहनत जी है ना कंसिस्टेंसी वो जरूरी है जे जितना एंड उस तो बाद वो मेरी जिंदगी टर्निंग पॉइंट से दैन आई री स्टार्टिड अगेन विद निलेसर दो हज़ार तीन चार नवंबर नहीं पहली नवंबर दो हज़ार तीन लुधियाना पखोवाल रोड ते रणजीत टावर ਸੈਕਿੰਡ ਫਲੋਰ ਤੇ ਆਫਿਸ ਹੁੰਦਾ ਹੈ। ਥੈਨ ਫਿਰ ਹੁੱਲੀ 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 ਚੱਲ ਸੋ ਚੱਲ ਚੱਲ ਸੋ ਬਾਈ ਹੁਣ ਤੱਕ ਕਿੰਨੇ ਬੱਚੇ ਵੇਚ ਚੁੱਕੇ ਹੋ ਬਾਹਰ ਤੁਸੀਂ ਪੰਜਾਬ ਚੋਂ ਪੰਜਾਬ ਤੋਂ ਬਾਹਰ ਹੋਏ ਵੇਚ ਚੁੱਕੇ ਹਾਂ ਹਾਂਜੀ ਕਿੰਨੇ ਬੱਚੇ ਵੇਚ ਚੁੱਕੇ ਬਾਈ ਟੋਟਲ ਕੋਈ ਗਿਣਤੀ ਨਹੀਂ ਕੋਈ ਗਿਣਤੀ ਨਹੀਂ ਕੋਈ ਗਿਣਤੀ ਨਹੀਂ ਰੀਸਾਈਕਲਿੰਗ ਬਹੁਤ ਹੈ ਮਤਲਬ ਰੀਸਾਈਕਲਿੰਗ ਤੋਂ ਮਤਲਬ ਹੈ ਹੁਣੇ ਮਤਲਬ ਮੇਰੇ ਰੀਸੈਂਟ ਸੈਮੀਨਾਰਸ ਹੋਏ ਸੀਗੇ ਇੱਕ ਨਹੀਂ ਮਲਟੀਪਲ ਇਦਾਂ ਦੇ ਕੇਸਿਸ ਹੈ ਕਿ ਜੀ ਮੈਂ ਗਿਆ ਸੀ ਹੁਣ ਮੈਂ ਆਪਣੇ ਮੁੰਡੇ ਨੂੰ ਤੁਹਾਡੇ ਕੋਲੋਂ ਪੇਂਦਾ ਆਵਾਜ਼ ਆ ਜੀ ਵੱਲੋ ਸੈਕਿੰਡ ਜਨਰੇਸ਼ਨ ਨੂੰ ਜਾਣੀ ਸ਼ੁਰੂ ਤੁਹਾਨੂੰ ਹੀ ਕਿਉਂ ਚੂਜ਼ ਕਰਦੇ ਨੇ ਭਾਈ ਇਮੀਗ੍ਰੇਸ਼ਨ ਚਾਜ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਡਿਸਕਸ ਕੀਤਾ ਕਿ ਅੱਜ ਘਰ ਘਰ ਦੇ ਵਿੱਚ ਇਮੀਗ੍ਰੇਸ਼ਨ ਸੈਂਟਰ ਖੁੱਲ ਗਏ ਵਾਈ ਪੀਪਲ ਚੂਜ਼ ਯੂ ਸਾਰਿਆਂ ਨੂੰ ਨਹੀਂ ਪਤਾ ਕਿਉਂਕਿ ਤੁਸੀਂ ਸਾਰਿਆਂ ਨਾਲ ਪਰਸਨਲੀ ਨਹੀਂ ਬੈਠਦੇ ਕਿਉਂਕਿ ਮੈਂ ਤਾਂ ਚਲੋ ਦੱਸ ਸਕਦਾ ਕਿ ਵਾਈ ਯੂ ਮਿਲੇ ਨਹੀਂ ਪਾਂਦੇ ਹਾਂਜੀ ਇਹ ਅਕਰਿੰਸ ਦਾ ਖੇਡ ਹੁੰਦਾ ਤੁਸੀਂ ਮੈਨੂੰ ਚੰਗਾ ਸਮਝਦੇ ਹੋ ਬੜੇ ਨਹੀਂ ਚੰਗਾ ਸਮਝਦੇ ਹੋਣਗੇ ਤਾਂ ਨਹੀਂ ਵੀ ਸਮਝਦੇ ਹੋਣਗੇ ਮੈਨੂੰ ਮੈਂ ਤੈਨੂੰ ਛੋਟਾ ਭਰਾ ਕਹਿੰਦਾ ਮੈਂ ਮਹਿਲੀ ਅਨਮੋਲ ਘੈਂਟ ਰੱਬ ਦਾ ਬੰਦਾ ਇਹ ਵਖਰੀ ਸੋਲ ਹੈ ਬਾਕੀ ਕੁਝ ਹੋਰ ਐਨ ਜੀਓਜ਼ ਜਾਂ ਜਿਹੜੇ ਤੁਹਾਨੂੰ ਨਹੀਂ ਚੰਗਾ ਸਮਝਦੇ ਉਹ ਕਹਿੰਦੇ ਹੋਣੇ ਕਿ ਇਹ ਨਹੀਂ ਇਹ ਟਿਕ ਟੋਕ ਹੈ ਜੀ ਇਹ ਕੋਈ ਵਿੱਚ ਗੀਮ ਹੈ ਜਿਹਦੀ ਨਹੀਂ ਪਤਾ ਸੋ ਅਕਰੈਂਸ ਦੀ ਖੇਡ ਹੈ ਅਕਰੈਂਸ ਨਾਲ ਜ਼ਿੰਦਗੀ ਚ ਇੱਡਾ ਇੰਪੋਰਟੈਂਟ ਰੋਲ ਅਦਾ ਕਰਦੀ ਹੈ ਜੇਕਰ ਸੀ ਆਪਣੀ ਲਾਈਫ ਚ ਪ੍ਰੈਜ਼ੈਂਟ ਹੋਈ ਹੈ ਉਹੀ ਜਨਾਨੀ ਹੈ ਉਹੀ ਬੰਦਾ ਹੈ ਜਿਹਨੂੰ ਤੁਸੀਂ ਆਈ ਲਵ ਯੂ ਕਹਿੰਦੇ ਹੋ ਤੇ ਉਹੀ ਇੱਕ ਸਟੇਜ ਆ ਜਾਂਦੀ ਹੈ ਜਦੋਂ ਕਹਿੰਦੇ ਕਿਰਾ ਮਾੜਾ ਟਾਈਮ ਸੀ कि ਜਦੋਂ ਮੈਂ ਤੇਰੇ ਤੇ ਵਿਸ਼ਵਾਸ ਕੀਤਾ ਪਹਿਲਾਂ ਮੈਨੂੰ ਪਹਿਲਾਂ ਮੈਨੂੰ ਇਹ ਦੱਸੋ ਹੋਇਆ ਕਿ ਹੋਇਆ ਕਿ ਅਕਰਨਸ ਚੇਂਜ ਹੋਈ ਪਹਿਲਾਂ ਮੈਨੂੰ ਇਹ ਦੱਸੋ ਜਿਹੜੀ ਉਹ ਕੁੜੀ ਜਿਹੜੀ ਤੁਹਾਨੂੰ ਜਵਾਬ ਦੇਗੀ ਸੀ ਜਦੋਂ ਸਾਰਾ ਉਹ ਉਹਨਾਂ ਨਾਲ ਵਿਆਹ ਹੋਇਆ ਕਿ ਫਿਰ ਨਹੀਂ 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 ਓਏ ਹੋਏ ਆਮ ਸੌਰੀ ਮੈਂ ਦੱਸਿਆ ਕਿ ਉਹ ਕਹਿੰਦਾ ਯੂ ਆ ਗੁੱਡ ਫॉर ਨਥਿੰਗ ਕਿਉਂ ਟੁੱਟ ਗਿਆ ਸੀ ਬਾਈ ਕਿਉਂਕਿ ਉਹਨਾਂ ਨੂੰ ਦਿਖ ਗਿਆ ਸੀਗਾ ਯੂ ਆ ਗੁੱਡ ਫॉर ਨਥਿੰਗ ਅ ਬਿਲ ਕੋਈ ਰਿਗਰਟ ਤਾਂ ਨਹੀਂ ਬਈ ਉਹਦਾ ਨਾ ਨਾ ਕੋਈ ਰਿਗਰਟ ਠੀਕ ਹੋਇਆ ਜੋ ਜਿੱਦਾਂ ਅਪ ਕਹਿੰਦੇ ਐਂਡ ਚ ਬਾਅਦ ਚ ਮਾਲਕ ਜੋ ਕਰਦਾ ਵਧੀਆ ਕਰਦਾ ਨਾ एवरीथिंग ਹੈਪਨਸ ਫॉर ਅ ਰੀਜ਼ਨ ਅੱਜ ਮੈਂ ਹਮੇਸ਼ਾ ਕਹਿੰਦਾ ਨੇਚਰ ਇਜ਼ ਯੋਰ ਬੈਸਟ ਫਰੈਂਡ ਅੱਜ ਨੇਚਰ ਤੁਹਾਡੇ ਨਾਲ ਜੋ ਕਰ ਰਿਹਾ ਸਾਨੂੰ ਜਦੋਂ ਜਦੋਂ ਚੇਂਜ ਆਣਾ ਨਾ ਜ਼ਿੰਦਗੀ ਚੇਂਜ ਉਦੋਂ ਪੇਨ ਹੁੰਨੀ ਹੈ ਹੂੰ ਦੁੱਖ ਨਹੀਂ ਹੁੰਦਾ ਅਸੀਂ ਨਾ ਮ ਉਹਨੂੰ ਦੁੱਖ ਦਾ ਦਿੰਨੇ ਆ ਕਿ ਇਹ ਸਾਡਾ ਔਖਾ ਟਾਈਮ ਹੈ ਨੋ 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 ਉਦੋਂ ਤਕਲੀਫ ਚੋਂ ਨਿਕਲ ਰਿਹਾ ਤੇ ਜਦੋਂ ਜਦੋਂ ਬੰਦਾ ਤਕਲੀਫ ਚੋਂ ਨਿਕਲ ਰਿਹਾ ਉਹ ਰਾੜਾ ਹੋ ਰਿਹਾ ਹੂੰ ਉਹ ਵਧੀਆ ਹੋ ਰਿਹਾ ਸਕਿਲਸ ਆਪਣੇ ਡਿਵੈਲਪ ਕਰ ਰਿਹਾ so the more painful journey you have the more success you will enjoy so jida in a nature toade nal kuch bhi kar ri hai ore toanu vadhia hi result milan ge all you need to do is consistency effort toade zaruri hai jo bhi tusi kar re ho give up nahi karna e sab to matlab i ma apni life te hi das re ha ki ajj je itthe baitha hoya han that is only the consistency ajj vi odda hi traveling hai 2003 ਚ ਵੀ ਹੁੰਦਾ ਸੀ ਉਹ ਜਿਆਦਾ ਬਈ ਤੁਹਾਡੀ ਟਰੈਵਲਿੰਗ ਆ ਉਦੋਂ ਵੀ ਮੇਰੀ ਉਦੋਂ ਚਲੋ ਜਦੋਂ ਸ਼ੁਰੂ ਕੀਤਾ ਉਹ ਤਾਂ ਗੱਡੀ ਨਹੀਂ ਬਟ ਮੈਂ ਗੱਡੀ ਮੈਨੂੰ ਮਿਲੀ 2004 ਚ ਆਈ ਬਲੀ ਆ 4 ਚ ਮਿਲ ਗਈ ਸੀ ਮੈਂ ਇੱਥੇ ਬਾਬਾ ਜੀ ਉਹਨਾਂ ਦੀ ਗੱਡੀ ਲਿੱਤੀ ਸੀ ਤੇ ਮੈਂ ਕਿਹਾ ਜੀ ਆਸ਼ੀਰਵਾਦ ਦਿਓ ਜੀ ਕਿਤੋਂ ਉਹ ਬਹੁਤ ਛੋਟਾ ਬੱਚਾ ਸੀਗਾ ਮੈਂ ਉਸ ਟਾਈਮ ਤੇ ਤੇ ਆਸ਼ੀਰਵਾਦ ਲਿੱਤਾ ਤੇ ਮਾਚੀਆੜੇ ਉੱਰ ਜਾ ਕੇ ਅਸੀਂ ਗੱਡੀ ਲੈ ਕੇ ਆਏ ਲੈਂਸਰ 3 4 5 ਨੰਬਰ ਸੀਗਾ ਉਹ ਤੇ 3 ਲੱਖ ਰੁਪਏ ਦੀ ਉਸ ਟਾਈਮ ਤੇ ਗੱਡੀ ਮਿਲੀ ਸੀ ਤੇ ਉਦੋਂ ਵੀ ਲਗ 100 ਕਿਲੋਮੀਟਰ ਸਾਲ ਦੀ ਚਲਦੀ ਸੀ ਅੱਜ ਮੇਰੇ ਖਿਆਲ ਲਗ ਦੀ ਸਵਾ 1.5 ਚਲਦੀ ਹੋएगी ਤੋਂ ਮਤਲਬ ਉਹ ਚਲਣੀ ਹੈ ਬਈ ਕਿਹੜੀ ਉਮਰ ਚ ਤੁਸੀਂ ਕੰਮ ਸ਼ੁਰੂ ਕਰਤਾ ਸੀ ਪਹਿਲਾ ਪਹਿਲੀ ਕਮਾਈ ਕਿਹੜੀ ਸੀ ਤੁਹਾਡੀ ਕਿਹੜੀ ਉਮਰ ਚ ਸੀ ਮੇਰਾ ਖਿਆਲ ਹੈ 1.5 ਸਾਲ ਦਾ ਸੀਗਾ ਕਿ 16 ਸਾਲ ਦਾ ਪੜਾਈ ਛੱਡਤੀ ਸੀ ਨਹੀਂ ਨਹੀਂ ਪੜਾਈ ਤੇ ਕਰਦੇ ਸੀ ਕੀ ਕਮਾਈ ਸੀ ਮੇਰੀ ਬੇਬੇ ਗਈ ਮੇਰੇ ਮਾਮੇ ਦੇ ਘਰੇ ਤੇ ਉਹ ਮਾਮਾ ਜੀ ਅਮੀਰ ਸੀ ਤੇ ਉਹ ਜਿਹੜਾ ਵੈ ਕਿ ਵੀ ਡੱਲਬ ਦੇ ਗੱਦੇ ਸੀਗੇ ਤੇ ਮੰਮੀ ਉੱਥੇ ਜਾ ਕੇ ਬੈਠੇ ਤੇ ਉਹਨਾਂ ਨੇ ਉਹ ਪੜ ਕੇ ਤੇ ਮੈਂ ਉੱਥੇ ਬਾਹਰ ਹੀ ਖੜਾ ਜਦੋਂ ਕਮਰੇ ਚ ਐਂਟਰ ਕੀਤੇ ਆ ਸੁਣੀ ਦੇਖ ਯਾਰ ਮਤਲਬ ਕਿੱਡੇ ਸੌਫਟ ਗੱਦੇ ਆ ਨਾ ਸਾਡੇ ਘਰੇ ਨੂੰ ਵਾਲੇ ਗੱਦੇ ਸੀ ਤੇ ਉਸ ਟਾਈਮ ਤੇ ਉਹ ਡੱਲਬ ਦੇ ਗੱਦੇ ਨਾ 6000 ਰੁਪਏ ਦੇ ਸੀ ਤੇ ਮੈਨੂੰ ਅਗਾ ਸੀਗਾ ਮਾਤਾ ਦਾ ਉਹਨਾਂ ਬੱਡੇ ਆ ਰਹੇ ਤੇ 6000 ਰੁਪਿਆ ਕਿੱਥੋਂ ਲੈ ਕੇ ਆਣਾ ਉਸ ਟਾਈਮ ਤੇ ਜੀ ਉੱਥੇ ਕੁਝ ਹੈਗਾ ਨਹੀਂ ਉਹ ਮੇਰੇ ਵਾਸਤੇ ਪਹਿਲੀ ਕਮਾਈ ਕਿੱਦਾਂ ਕਰਨੀ ਸਾਡਾ ਪੀਸੀ ਹੁੰਦਾ ਸੀ ਅੰਮ੍ਰਿਤਸਰ ਤੇ ਮੈਂ ਮੰਮੀ ਨਾਲ ਸਵੇਰੇ ਸਵੇਰੇ ਪੀਸੀ ਉਹ ਖੁਲਣਾ ਪਾਪਾ ਦੀ ਕੇਬਲ ਹੁੰਦੀ ਸੀ ਕੇਬਲ ਦੀ ਗੁرائی ਨਾਲ ਕਰਨੀ ਮੈਂ ਜਿੱਦੇ ਬੈ ਕੇ ਕਰਕੇ ਜੀ ਉਹ ਇੱਕ ਘਿਉ ਮੰਡੀ ਕੇਬਲ ਸੀ ਉਹ ਮਿਲਦੀ ਸੀ ਮੈਂ ਕਿਹਾ ਜੀ ਮੈਨੂੰ ਇਹ ਕੇਬਲ ਲੈਣੀ ਹੈ ਤੂੰ ਬਾਹਰ ਜਾਣਾ ਕਿਉਂਕਿ ਉਹ ਛੋਟੇ ਹੁੰਦੇ ਤਾਂ ਈ ਸੀ ਭੂਆ ਬਾਹਰ ਸੀ ਬਾਹਰ ਜਾਣਾ ਓਕੇ ਜੀ ਬਾਹਰ ਜਾਣਾ ਮੈਂ ਕਿਹਾ ਮੈਨੂੰ ਪਤਾ ਜੀ ਤੂੰ ਮੇਰੇ ਘਰ ਦੇਣ ਡਰਾਏ ਕਿ ਤੂੰ 10ਵੀਂ ਕਰੂੰਗਾ ਤੇਰਾ ਪਾਸਪੋਰਟ ਬੰਨਾ ਤੇ ਉਹ ਮੇਰੇ ਖਿਆਲ ਹੈ ਉਹ ਜਿੱਦ ਪੈ ਕਰਕੇ ਮੈਂ ਉਹ ਕੀਤਾ ਉਦੋਂ ਲਾਸ ਮੇਕਿੰਗ ਸੀਗਾ ਉੱਥੇ ਵੀ ਬਹੁਤ ਕੜੀ ਮਿਹਨਤ ਕੀਤੀ ਸਕੂਲੋਂ ਸਿੱਧਾ ਹੀ ਉੱਥੇ ਪਹੁੰਚ ਜਾਣਾ ਤੇ 2 ਵਜੇ ਉੱਥੇ ਬੈਠਣਾ ਬੈਠ ਕੇ ਫਿਰ ਆਪਾਂ ਮਤਲਬ ਰਾਤੀ 10 ਵਜਨ 11 ਵਜਨ 12 ਵਜਨ ਮਤਲਬ ਕਿਓ ਮੰਡੀ ਵਾਲੀ ਸਾਰੀ ਕੇਬਲ ਕੀਤੀ ਆਪਣੇ ਹੱਥੀ ਪੌੜੀ ਚੱਕ ਕੇ ਤਾਰਾਂ ਪਾਈਆਂ ਹੀ ਆ ਉਹ ਜਿਹੜੇ ਸਿਗਨਲ ਕਿਦਾਂ ਉਹ ਚੋਰੀ ਕਰੀਦੇ ਆ ਜਾਂ ਸਿਗਨਲ ਕਿਦਾਂ ਉਹਨੂੰ ਫਾਈਨ ਟਿਊਨ ਕਰੀਦਾ ਉਸ ਟਾਈਮ ਤੇ ਮਲਬਾਂਦੇ ਸੀਗੇ ਤੇ ਉਹ 6000 ਰੁਪਏ ਮੈਨੂੰ ਕਮਾਉਣਾ ਸੀਗਾ ਉਹ ਮੇਰੇ ਅਸਤੇ ਬਹੁਤ ਜ਼ਰੂਰੀ ਸੀ ਇਮਮੀ ਦਾ ਬਰਥਡੇ ਹੁੰਦਾ 6 ਨਵੰਬਰ ਨੂੰ ਉਹਨਾਂ ਨੂੰ ਬਰਥਡੇ ਵਾਲੇ ਦਿਨ ਮੈਡਨ ਲਵ ਦੇ ਗੱਦੇ ਲੈ ਆ ਕੇ ਦਿੱਤੇ ਐਂਡ ਉਹ ਜਿਹੜੀ ਮੇਰੀ ਮਾਤਾ ਦੇ ਅੱਖਾਂ ਦੇ ਹੰਝੂ ਸੀ ਨਾ ਉਹਨੇ ਮੈਨੂੰ ਉਹ ਅੱਗ ਉਹ એનર્ਜੀ ਉਹ ਸਭ ਕੁਝ ਦਿੱਤਾ ਫਿਰ ਉਹਰੇ ਬਾਅਦ ਵਿੱਚ ਕੁਝ ਕਰਾਂਗਾ ਮੈਂ ਕਿ ਇਸ ਘਰ ਦੇ ਵਿੱਚ ਮਤਲਬ ਜੋ ਤੁਸੀਂ ਕਹਿ ਦੋਗੇ ਨਾ ਉਹ ਚੀਜ਼ ਹੋਏਗੀ ਅੱਜ ਵੀ ਮੇਰੀ ਮਾਂ ਮੇਰੇ ਇਸ ਤਰ੍ਹਾਂ ਉਰੇ ਮੂਜੋ ਕੋਈ ਚੀਜ਼ ਨਿਕਲ ਜੇ ਉਹ ਸਤ ਬਚਨਾ ਗੁ ਜਵਾਬ ਕੋਈ ਕੋਈ ਕੁਸਚਨ ਨਹੀਂ ਅਸੀਂ ਕਰ ਸਕਦੇ ਮਤਲਬ ਕਰਨ ਨਹੀਂ ਸਕਦੇ ਚਾਹੁੰਦੇ ਨਹੀਂ ਕੋਈ ਕੁਸਚਨ ਕਰਨਾ ਵਾਹ ਜੀ ਵਾਹ ਕਿ ਜੋ ਇਹਨਾਂ ਨੇ ਕਹਿ ਤਾ ਉਹ ਸਤ ਬਚਨਾ ਹੈ ਬਈ ਪੰਜਾਬ ਚੋਂ ਬਾਹਰ ਜਾਣ ਦਾ ਸਿਲਸਿਲਾ ਕਿਉਂ ਸ਼ੁਰੂ ਹੋਇਆ ਕਿੱਥੋਂ ਸ਼ੁਰੂ ਹੋਇਆ ਜਿਵੇਂ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਮੇਰੇ ਵਰਗੇ ਖਾਸ ਕਰਕੇ ਕਹਿੰਦੇ ਨੇ ਕਿ ਜੇ ਅੰਗਰੇਜ਼ਾਂ ਕੋਲ ਜਾਣ ਦੀ ਇੰਨੀ ਕਾਹਲ ਸੀ ਫਿਰ ਉਹਨਾਂ ਨੂੰ ਇੱਥੋਂ ਭਜਾਣ ਲਈ ਸਾਡੇ ਸ਼ਹੀਦਾਂ ਦੀਆਂ ਨਿਸ਼ੀਦੀਆਂ ਕੋ ਦਿੱਤੀਆਂ ਕਿਉਂ ਕਿਉਂ ਜਾਣਾ ਪੈਂਦਾ ਬਾਹਰ ਪੰਜਾਬੀਆਂ ਨੂੰ ਬੜੇ ਮਲਟੀਪਲ ਫੈਕਟਰਸ ਹੈ ਤੁਹਾਡਾ ਦੋ ਤਿੰਨ ਸਵਾਲ ਤੁਸੀਂ ਇਕੱਠੇ ਪੁੱਛ ਲੇ ਪਹਿਲਾ ਸਵਾਲ ਕੀ ਵੀ ਕਦੋਂ ਸਿਲਸਿਲਾ ਚੱਲੂਆ 80s ਤੋਂ 80s ਤੋਂ ਵੀ ਪਹਿਲੇ ਕੀ ਦੁਆਬੇ ਤੋਂ ਸ਼ੁਰੂ ਹੋਇਆ ਕਿਉਂਕਿ ਪਾਣੀ ਦਾ ਜਿਹੜਾ ਪੱਧਰ ਬਹੁਤ ਘੱਟ ਸੀਗਾ ਤੇ ਲੋਕਾਂ ਨੂੰ ਇਹ ਦਿਸਦਾ ਸੀਗਾ ਕਿ ਯਾਰ ਇੱਥੇ ਰੋਜ਼ਗਾਰ ਨਹੀਂ ਠੀਕ ਉਹਨੇ ਪੰਜਾਬ ਚ ਹਾਂ ਤੇ ਇਸ ਕਰਕੇ ਲੋਕੀ ਕਾਫੀ ਮੂਵ ਕੀਤੇ ਉਦੋਂ ਨੂੰ ਬਲੈਤ ਗਈਦਾ ਸੀਗਾ ਠੀਕ ਹੈ ਥੈਨ ਉਹਰੇ ਬਾਅਦ ਚੋਂ ਅ ਅਤਵਾਦ ਦਾ ਟਾਈਮ ਆ ਉਹ ਡਰਨੇ ਪਹਿਲੇ ਆ ਗਈ ਮਜਬੂਰੀ ਫਿਰ ਆ ਗਿਆ ਡਰ ਡਰ ਤੋਂ ਬਾਅਦ ਆ ਗਈ ਲੋੜ ਕਿ ਜੀ ਹੁਣ ਲੋੜ ਹੈ ਕਿਉਂ ਜਿਹੜੇ ਆਲਰੈਡੀ ਗਏ ਉਹ ਤੋਂ ਮੈਸੇਜ ਸੁਖਾਲਵੇਂ ਆਣੇ ਸ਼ੁਰੂ ਹੋ ਗਏ ਸੀ ਕਿ ਉੱਥੇ ਵਧੀਆ ਕਮਾਈ ਹੈ ਠੀਕ ਹੈ ਉਦੋਂ ਨਵੇਂ-ਨਵੇਂ ਜਾਣੇ ਸ਼ੁਰੂ ਹੋਏ ਫਿਰ ਸਾਮ-ਦਾਮ ਦੰਡਬੀਤ ਕਿ ਵੀ ਸਹੀ ਗਲਤ ਤਰੀਕੇ ਦੀ ਕੋਈ ਡੈਫੀਨੇਸ਼ਨ ਨਹੀਂ ਹੁੰਦੀ ਜਦੋਂ ਲੋੜ ਆ ਜਾਂਦੀ ਹੈ ਕਿ ਜਦੋਂ ਡਰ ਆ ਜਾਂਦਾ ਹੈ ਕਿਉਂਕਿ ਉਦੋਂ ਬੰਦਾ ਕਹਿੰਦਾ ਪੇ ਯਾਰ ਮਰਦੇ ਤੇ ਪਈਆਂ ਮਰਦੇ ਕੀ ਨਹੀਂ ਕਰਦੇ ਤੇ ਲੜਕੀ ਮਰਦੇ ਆਂ ਇੱਕ ਵਾਰ ਕੋਸ਼ਿਸ਼ ਕਰ ਲਈ ਕਿਤੇ ਇਹ ਨਾ ਰਹੇ ਕਿ ਕੋਸ਼ਿਸ਼ ਨਹੀਂ ਕੀਤੀ ਬਿਲਕੁਲ ਸੋ ਉਤੋਂ ਇਹ ਸਿਲਸਿਲਾ ਚੱਲੂ ਆਇਆ ਜਿੱਤੇ ਮੈਂ ਪਹਿਲੇ ਵੀ ਦੱਸਿਆ ਕਿ ਅੱਜ ਫੈਸ਼ਨ ਬਣ ਗਿਆ ਲੋਡ ਵੀ ਹੈ ਬਟ ਅੱਜ ਫੈਸ਼ਨ ਜ਼ਿਆਦਾ ਹੈ ਅੱਜ ਦੀ ਡੇਟ 'ਚ ਜਿਹੜਾ ਤੁਸੀਂ ਇਹ ਕਿਹਾ ਕਿ ਯਾਰ ਇੱਕ ਕਹਾਵਤ ਹੈ ਜੀ ਕਿ ਵੀ ਜੇ ਗੋਰਿਆਂ ਕੋਈ ਜਾ ਕੇ ਨੌਕਰੀਆਂ ਕਰਨੀਆਂ ਫਿਰ ਉਹਨਾਂ ਨੇ ਭਜਾਇਆ ਕਿਉਂ ਇਹ ਮੇਰੇ ਖਿਆਲ ਨਾਲ ਇੱਕ ਗੱਲ ਕਰਨ ਨੂੰ ਚੰਗੀ ਲੱਗਦੀ ਹੈ ਇਹ ਲੁਕਿੰਗ ਗੁੱਡ 'ਚੋਂ ਲੁਕਿੰਗ ਗੁੱਡ ਸਮਝਦੇ ਹੋ ਕਿ ਲੁਕਿੰਗ ਗੁੱਡ ਮਤਲਬ 90% ਲੋਕਾਂ ਨੂੰ ਲੁਕਿੰਗ ਗੁੱਡ ਦੀ ਬਿਮਾਰੀ ਹੈ ਉਹ ਬਿਮਾਰੀ ਕੀ ਹੈ ਡਿਜ਼ੀਜ਼ ਹੈ ਲੁਕਿੰਗ ਗੁੱਡ ਕਿ ਚੰਗੇ ਬਣ ਕੇ ਰਹਿਣਾ ਹੂੰ ਬਿਲਕੁਲ ਅਸੀਂ ਕਿਸੇ ਵੀ ਨਵੇਂ ਬੰਦੇ ਨੂੰ ਮਿਲਦੇ ਆ ਅਈ ਉਹਨਾਂ ਬੜੀਆਂ ਚੰਗੀਆਂ ਚੰਗੀਆਂ ਮਿੱਠੇ ਮਿੱਠੇ ਗੱਲਾਂ ਕਰਦੇ ਆ ਬਿਲਕੁਲ ਬਿਲਕੁਲ ਉਹ ਤਾਂ ਸਾਡੇ ਘਰ ਦੇ ਨੂੰ ਪੁੱਛ ਕੇ ਦੇਖੋ ਉਹ ਤੁਹਾਨੂੰ ਦੱਸਣਗੇ ਕਿ ਇਹ ਕੀ ਆਈਟਮ ਹੈ ਆਪਣੀ ਬੁਰਾਈ ਕੋਈ ਵੀ ਨਹੀਂ ਦੱਸਦਾ ਉਹ ਤੇ ਖੋਲੀ ਲਈ ਰਾਹ ਪਿਆ ਜਾਂਦੇ ਤੇ ਬਾਹ ਪਿਆ ਜਾਂਦੇ ਸੋ ਲੁਕਿੰਗ ਗੁੱਡ ਚੋਂ ਇਹ ਸਟੇਟਮੈਂਟ ਆ ਰਹੀ ਹੈ ਕਿ ਓਕੇ ਜੀ ਇਹ ਇਦਾਂ ਕੀਤਾ ਅੱਜ ਦੀ ਡੇਟ ਦੇ ਵਿੱਚ ਜਿਹੜੇ ਲੋਕੀ ਬਾਹਰ ਜਾ ਰਹੇ ਨੇ ਜਿਹੜੇ ਤੇ ਫੈਸ਼ਨ ਨੂੰ ਜਾ ਰਹੇ ਚੰਗੇ ਘਰਾਂ ਤੋਂ ਮਾੜੇ ਘਰਾਂ ਤੋਂ ਨਹੀਂ ਜਾ ਰਹੇ ਐਕਸਪੋਜ਼ਰ ਲੈ ਰਹੇ ਐਂ ਵਾਪਸ ਆ ਰਹੇ ਸਾਡੇ ਕੋਲ ਗਿਣਤੀ ਹੈ ਕਿ ਇੱਥੋਂ ਬੰਦੇ ਜਾ ਕਿੰਨੇ ਰਹੇ ਇਹ ਗਿਣਤੀ ਨਹੀਂ ਕਿ ਉੱਥੋਂ ਆ ਕਿੰਨੇ ਰਹੇ ਕਿਉਂਕਿ ਹੈ ਤੇ ਉਹ ਇੰਡੀਅਨ ਸੀ ਉਹ ਡਾਟਾ ਤੇ ਕਿਸੇ ਕੋਲ ਵੀ ਨਹੀਂ ਕਿ ਹਾਊ ਮੈਨੀ ਪੀਪਲ ਆਰ ਕਮਿੰਗ ਬੈਕ ਵੀ ਓਨਲੀ ਟਾਕ ਅਬਾਊਟ ਇਹ ਨੰਬਰ ਜਾ ਰਿਹਾ ਹੈ ਨੰਬਰ ਤੇ ਆ ਰਿਹਾ ਆ ਵੀ ਰਿਹਾ రివర్స్ మైగ్రేషన్ ਕਿਨੂੰ ਕਹਿੰਦੇ ਹੈ ਬਿਲਕੁਲ ਓਕੇ ਤੁਸੀਂ ਕੋਵਿਡ ਤੋਂ ਬਾਅਦ ਇੱਕ ਚੀਜ਼ ਨੋਟਿਸ ਕਰੋ ਕਿ 에어ਪੋਰਟਸ ਦੇ ਉੱਤੇ ਇੰਨਾ ਕ ਜਿਆਦਾ ਰਸ਼ ਹੋ ਚੁੱਕਾ ਹੈ ਇੰਨਾ ਕ ਜਿਆਦਾ ਰਸ਼ ਹੋ ਚੁੱਕਾ ਹੈ ਕਿ ਮੈਂ ਕਦੀ ਵੀ ਐਕਸਪੀਰੀਅੰਸ ਇਹਨਾਂ ਦਾ ਰਸ਼ ਨਹੀਂ ਸੀ ਕੀਤਾ ਬਾਹਰ ਜਾਣ ਵਾਲਿਆਂ ਦਾ ਟਰੈਵਲਿੰਗ ਓਕੇ ਮਤਲਬ ਕੱਲਾ ਬਾਹਰ ਸੈਟਲਮੈਂਟ ਨਹੀਂ ਟਰੈਵਲਿੰਗ ਵਨ ਪਲੇਸ ਟੂ ਅਨਦਰ ਮੈਨੂੰ 21 ਚ ਲੱਗਾ ਕਿ ਰਿਵੈਂਜ ਬਾਇੰਗ ਹੋ ਰਹੀ ਹੈ ਯਾਰ ਬੀਚ ਘਰਾਂ ਚ ਬੈਠੇ ਯਾਰ ਇੱਥੇ ਦੇਖ ਲਿਆ ਮਤਲਬ ਮੁੱਕ ਸਕਦੀ ਜ਼ਿੰਦਗੀ ਖਰਚੋ ਬਈ ਜਰ ਲਾਈ ਜੋ ਹੈ ਕਿ ਨਹੀਂ mobility ਵੱਧ ਗਈ ਕਿ ਵੀ ਜਿਹੜੀ ਟਰੈਵਲਿੰਗ ਹੈ ਉਹ ਬਹੁਤ ਜਿਆਦਾ ਵੱਧ ਗਈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਹੁਣ ਆ ਜੰਨੇ ਆ ਕਨਕਲੂਜਨ ਦੇ ਉੱਤੇ ਕਦੀ ਸੋਚਿਆ ਅਨਮੋਲ ਕਿ ਵੀ ਚੰਗਾ ਭਲਾ ਪੁੱਤ ਸੀ ਹਾਂ ਸੋਨਾ ਸੰਖਣਾ ਬੋਡੀ ਵੀ ਚੰਗੀ ਮਾਂ ਪਿਓ ਦਾ ਇਕੱਲਾ ਇਕੱਲਾ ਪੁੱਤ ਠੀਕ ਹੈ ਹੁਣ ਮਾਂ ਪਿਓ ਤੇ ਮਤਲਬ ਜਿਹੜਾ ਹੈ ਬੱਚਾ ਘਰ ਚ ਸੌ ਕੁਤ ਕਲੇਜ ਪਿਆਰ ਮੁਹੱਬਤ ਦਿਨ ਤੇਾਰ ਸਭ ਕੁਝ ਹੁੰਦਾ ਬੀ ਹੋ ਸਕਸੈਸਫੁਲ ਵਿਆਹ ਹੋ ਗਿਆ ਮੁੰਡੇ ਦਾ ਹੁਣ ਜਦੋਂ ਵਿਆਹ ਹੋ ਗਿਆ ਤੇ ਜਵਾਈ ਦਾ ਜਾਜੀ ਆਓ ਜੀ ਬੈਠੋ ਜੀ ਪੁੱਤਰ ਜੀ ਇਹ ਜੀ ਹੁਣ ਜਵਾਈ ਦਾ ਜਾਣੇ ਇੱਕ ਦਿਨ ਡੈਡੀ ਨੂੰ ਆਪਣੇ ਕਿਹਾ ਡੈਡੀ ਆਪਾਂ ਕਰੀਏ ਕੰਮ ਤੇ ਡੈਡੀ ਕਹਿੰਦਾ ਬਹਿ ਜਾ ਯਾਰ ਟਿੱਕੇ ਮੈਨੂੰ ਪਤਾ ਕੀ ਕਰਨਾ ਹੂੰ ਤੈਨੂੰ ਜੋ ਕਹਿਣਾ ਤੂੰ ਕਰ ਇਹ ਰਿਐਲਿਟੀ ਹੈ ਹੂੰ ਬਿਲਕੁਲ ਉਹ ਗਿਆ ਜੀ ਆਪਣੇ ਸਹੁਰਿਆਂ ਕੋ ਸਹੁਰਾਂ ਜਾ ਕੇ ਕਹਿੰਦਾ ਡੈਡੀ ਉਹਨੂੰ ਸਹੁਰੇ ਨੇ ਪੁੱਛੇਗੀ ਯਾਰ ਇਹ ਕੰਮ ਬਾਰੇ ਕੀ ਹੈ ਉਹ ਮੈਂ ਸੋਚਿਆ ਯਰੀ ਆਈਡੀਆ ਤਾਂ ਮੈਂ ਘਰੇ ਵੀ ਦਿੱਤਾ ਇਹ ਆ ਕਰ ਸਕਦੇ ਹੋ ਉਹਨਾਂ ਨੇ ਉਹ ਇੰਪਲੀਮੈਂਟ ਕੀਤਾ ਉਹ ਮੱਥਾ ਚੁੰਮਿਆ ਜਵਾਈ ਦਾ ਇਹ ਘੈਂਟ ਜਵਾਈ ਹੈ ਆਪਣੀ ਧੀ ਨੂੰ ਵੀ ਕਿਹਾ ਕਿਆ ਮੁੰਡਾ ਪਸੰਦ ਕੀਤਾ ਯਾਰ ਤੂੰ ਸਵਾਦ ਲੈਣ ਦਾ ਇੰਨਾ ਇੰਟੈਲੀਜੈਂਟ ਉਹ ਬੰਦਾ ਬੈਠ ਕੇ ਕੀ ਸੋਚੇਗਾ ਨਮੂਲ ਉਹ ਤਾਂ ਬੜੀ ਸੁੱਚੀ ਗਿਆ ਯਾਰ ਮੈਂ ਆਪਣੇ ਘਰਦਿਆਂ ਨੂੰ ਆਈਡੀਆ ਦਿੱਤਾ ਇਹਨਾਂ ਨੂੰ ਸਾਰਿਆਂ ਨੂੰ ਮੇਰੀ ਬੁੱਕਤ ਨਹੀਂ ਇਹ ਕੋਈ ਬੇਵਕੂਫ ਥੋੜੀ ਇਹਨਾਂ ਨੇ ਤਾਂ ਧੀ ਵੀ ਥੋੜੀ ਹਾਂ ਬਿਲਕੁਲ ਇਹਨਾਂ ਨੂੰ ਕਦਰ ਨਹੀਂ ਉਹ ਬਾਜੂ ਮੇਰੀ ਕਦਰ ਕਿੰਨੀ ਕਰਦੇ ਆ ਮੈਨੂੰ ਸਿਰ ਤੇ ਚੁੱਕ ਚੁੱਕੇ ਰੱਖਦੇ ਮਤਲਬ ਮੈਂ ਨਹੀਂ ਆ ਯਾਰ ਮੈਂ ਬੇਕੂਫ ਨਹੀਂ ਆ ਬਿਲਕੁਲ ਸਹੀ ਗੱਲ ਹੈ ਮੈਂ ਵੀ ਅਰਾਗਰਾ ਨਹੀਂ ਆਏ ਮੇਰੇ ਘਰ ਦੇ ਇਹਨਾਂ ਨੂੰ ਕਦਰ ਨਹੀਂ ਮੈਨੂੰ ਗਰੰਟੀਡ ਲੈਂਦੇ ਆ ਤਾਂ ਉਹ ਫਿਰ ਉਹ ਮਾਪਿਓ ਕਹਿਣਗੇ ਆਪਣੇ ਰਿਸ਼ਤੇਦਾਰਾਂ ਜਾ ਕੇ ਹੁਣ ਨਾਈ ਕੱਲ ਨਾ ਸਹਰਿਆਂ ਦੀ ਚੁੱਕ ਚਾ ਹੂੰ ਇਦਾਂ ਹੀ ਹੁੰਦਾ ਬਿਲਕੁਲ ਇਦਾਂ ਹੀ ਕਨਕਲੂਜਨ ਕੀ ਹੈ ਰ ਕਿ ਜਦੋਂ ਸਾਨੂੰ ਆਪਣੇ ਘਰੋਂ ਇੱਜ਼ਤ ਨਹੀਂ ਮਿਲੂਗੀ ਪਿਆਰ ਨਹੀਂ ਮਿਲੂਗਾ ਤੇ ਉਹੀ ਇੱਜ਼ਤ ਔਰ ਪਿਆਰ ਲੱਭਣ ਬੰਦਾ ਬਾਹਰ ਜਾਂਦਾ ਵਾਹ ਇਹ ਹਰ ਪਾਸੋਂ ਗੱਲ ਬੜੀ ਰਿਲੇਟ ਹੋ ਰਹੀ ਹੈ ਕਿਸੇ ਰਿਸ਼ਤੇ ਚ ਨੂੰ ਇੰਪਲੀਮੈਂਟ ਹਰ ਪਾਸੋਂ ਰਿਲੇਟ ਹੋ ਰਹੀ ਹੈ ਹਰ ਕਿਸੇ ਵੀ ਰਿਸ਼ਤੇ ਚ ਨੂੰ ਇੰਪਲੀਮੈਂਟ ਕਰ ਲਓ ਬਾਜੀ ਤੁਹਾਨੂੰ ਪਹਿਲੇ ਘਰ ਕਿਹਾ ਜਾਂਦਾ ਜੀ ਤੁਹਾਨੂੰ ਪਹਿਲੇ ਘਰ ਕਿਹਾ ਜਾਂਦਾ ਕਹਿੰਦੇ ਨੇ ਚੋਰ ਪਹਿਲੀ ਚੋਰੀ ਕਰੇ ਕਰਦਾ ਹੂੰ ਤੋ ਸਪਹਿਲੀ ਚੀਜ਼ ਲੜਾਈ ਪਹਿਲੀ ਗਾਲ ਪਹਿਲਾ ਸਭ ਕੁਝ ਕਰੋ ਹੀ ਸਿੱਖਣ ਨੂੰ ਮਿਲਦਾ ਹੈ ਮਾਪੇ ਤੋਂ ਹੀ ਸਿੱਖਣ ਨੂੰ ਮਿਲਦਾ ਜਿੰਨਾ ਚ ਬੱਚਾ ਵੱਡਾ ਆ ਉਹਦੇ ਚ ਹੀ ਉਹਨੂੰ ਸਿੱਖਣ ਨੂੰ ਮਿਲਦਾ ਹੈ ਸ਼ਾਇਦ ਇਹਨੂੰ ਹੀ ਪਰਵਰਿਸ਼ ਦਾ ਨਾਮ ਦਿੱਤਾ ਜਾਂਦਾ ਹੈ ਅੱਜ ਕੱਲ ਪਰਵਰਿਸ਼ ਦੀਆਂ ਬਹੁਤ ਡੈਫੀਨੇਸ਼ਨਸ ਹੋ ਗਈ ਜੀ ਪਰਵਰਿਸ਼ ਦਾ ਨਾਮ ਇਹ ਨਹੀਂ ਦਿੱਤਾ ਜਾਂਦਾ ਇਹਹੀ ਪਰਵਰਿਸ਼ ਹੁੰਦੀ ਹੈ ਜਦੋਂ ਉਹਨੂੰ ਘਰ ਚੋਂ ਇੱਜ਼ਤ ਨਹੀਂ ਮਿਲਦੀ ਤਾਂ ਉਹ ਬਾਹਰ ਜਾਂਦਾ ਹੈ ਦੂਸਰਾ ਉਹਦਾ ਦੋਸਤ ਜਦੋਂ ਦੇਖਦਾ ਯਾਰ ਇਹ ਠੀਕ ਰਿਹਾ ਪਿਓ ਦਾ ਘਰ ਛੱਡ ਕੇ ਨਾ ਉਹਨੇ ਸੋਰੇ ਦੇ ਘਰ ਚਲਾ ਗਿਆ ਇਹ ਠੀਕ ਰਿਹਾ ਅੱਜ ਦੇਖ ਮਸੀਦੀ ਹੁੰਦਾ ਪਿਆ ਆਪਾਂ ਵੀ ਕਰੀਏ ਆਪਣਾ ਵੀ ਸੂਤ ਸੌਰੀਆ ਵਾਲੀ ਜਾ ਕੇ ਆਣਾ ਆਪਣਾ ਵੀ ਹਾਲ ਇਦਾਂ ਦੀ ਹੈ ਚਾਹੇ ਉਹ ਉਹਨੇ ਕੀ ਦਾ ਫਰਕ ਨਹੀਂ ਜਮੀਨੇ ਸਮਾਨ ਦਾ ਫਰਕ ਹੋ ਸਕਦਾ ਦੋਸਤੀ ਸਿਚੁਏਸ਼ਨ ਚ ਕਿਉਂਰੇ ਘਰ ਦੇ ਸ਼ਾਇਦ ਉਹਨੂੰ ਗਰੰਟੀ ਨਹੀਂ ਲੈਂਦੇ ਹੋਣ ਔਰ ਸਕਿਲਜ਼ ਦੀ ਵੈਲਿਊ ਹੋਵੇ ਬਟ ਉਹਨੂੰ ਮਸੀਦੀ ਦਿਸਪੀ ਬਿਲਕੁਲ ਸਹੀ ਗੱਲ ਇਹਨੂੰ ਫੈਸ਼ਨ ਕਹਿੰਦੇ ਆ ਇਹੀ ਅੱਜ ਦਾ ਦੌਰ ਦੇ ਵਿੱਚ ਚੱਲ ਰਿਹਾ ਹੈ ਲੋਡ ਨਹੀਂ ਹੈ और बावजूद दूजे को के माँ बाप भेज रहे माँ बाप की भेज रहे कि यार बहर चल जाए अभी बहुत किस्से देखे है जी कि बहर सैटल्ड है बहर कोई मतलब फॉरन कंट्रीज़ नॉट अ बैड ऑफरोसिस यार अज जिन्ना ट्रैफिक बहर है मैं किनू कह रहा ये दो दिन पहले दल है हाँ मेरा दोस्त मतलब वो चंगा भला बंदा मतलब वैल कनैक्ट ਇੰਡੀਆ ਲੈਵਲ ਤੇ ਵੈਰੀ ਵੈਲ ਕਨੈਕਟਿਡ ਉਹ ਦਾ ਬੇਟਾ ਕਹਿੰਦਾ ਮੈਨੂੰ ਅੰਕਲ ਤੁਸੀਂ ਨਾ ਵਰਕ ਪਰਮਿਟ ਦੇ ਭੇਜ ਦਿਓ ਮੈਂ ਕਿ ਤੇਰੀ ਕੁਆਲਿਫਿਕੇਸ਼ਨ ਕੀ ਮੈਂ ਕਹਿੰਦਾ ਲੈ ਤੈਨੂੰ ਕੀ ਛਦਾ ਪਿਆ ਤੇਰੇ ਫਾਦਰ ਦਾ ਐਡਾ ਸੋਹਣਾ ਕੰਮ ਹੈ ਤੂੰ ਕੱਲਾ ਕੱਲਾ ਮੁੰਡਾ ਹੈ ਤੂੰ ਐਸ਼ ਕਰਦਾ ਤੂੰ ਹਰ ਜਗ੍ਹਾ ਫਾਦਰ ਦੇ ਨਾਲ ਤੇ ਤੂੰ ਚੰਗਾ ਹੈ ਮਤਲਬ ਅਸੀਂ ਇਹਨਾਂ ਨਾਲ ਕੋਈ ਕੰਮ ਕਰਨ ਹੁੰਦਾ ਸੀ ਤੇਰੇ ਨਾਲ ਗੱਲ ਕਰ ਲਈਦੀ ਤੇ ਵੀਰ ਸੈਟੀਸਫਾਈਟ ਤੂੰ ਕਿਉਂ ਜਾਣਾ ਬਰ ਨਹੀਂ ਨਹੀਂ ਅੰਕਲ ਜਾਣਾ ਉਹ ਪਾਜੀ ਬੈਠੇ ਕਹਿੰਦੇ ਯਾਰ ਤੂੰ ਭੇਜ ਦੇ ਨੋ ਮੈਂ ਜ਼ਿਆਦੀ ਗੱਲ ਨਹੀਂ ਪੁੱਛੀ ਮੈਂ ਕਿ ਮੈਂ ਕੱਲੇ ਗੱਲ ਕਰਾਂਗਾ ਉਹ ਜਾਣ ਲੱਗੇ ਮੈਂ ਬਾਹਰ 택ਸੀ ਆਫ ਕਰਨ ਗਿਆ ਮੇਰਾ ਅੰਕਲ ਫੇ ਕਿੰਨੀ ਦੇਰ ਚ ਹੋ ਜੂਗਾ ਮੈਂ ਕਿਹਾ ਤੈਨੂੰ ਨਰਕਾਂ ਛੇਤੀ ਭੇਜਦਾਗਾ ਤੁਸੀਂ ਐਦਾ ਹੀ ਕਿਹਾ ਤੇਰੀ ਕਸਮ ਮੈਂ ਕਿਹਾ ਆ ਜੋ ਜ਼ਿੰਦਗੀ ਜੀ ਰਿਆ ਨਾ ਇਹ ਸਵਰਗ ਹੈ ਤੇਰੇ ਕੋਲ ਸਭ ਕੁਝ ਹੈ ਇੱਥੇ ਤੈਨੂੰ ਮੁਕਤ ਨਹੀਂ ਆ ਰਹੀ ਤੈਨੂੰ ਲੱਗ ਰਿਹਾ ਹੈ ਕਿ ਉੱਥੇ ਜ਼ਿਆਦਾ ਕੁਝ ਹੈ ਇਹ ਗਲਤ ਫਹਮੀ ਹੈ ਦੇਖੋ ਜਿਹੜਾ ਬੰਦਾ ਇੱਥੇ ਉਹਨੂੰ ਦਿਸਦਾ ਹੈ ਕਿ ਯਾਰ ਮੇਰਾ 20 25000 ਤੋਂ ਜ਼ਿਆਦਾ ਗੁਜ਼ਾਰਾ ਮਤਲਬ ਹੋ ਹੀ ਨਹੀਂ ਸਕਦਾ ਮਤਲਬ ਗੁਜ਼ਾਰਾ ਨਹੀਂ ਮਤਲਬ ਮੇਰੀ ਇਨਕਮ ਹੋ ਹੀ ਨਹੀਂ ਸਕਦਾ ਮੈਂ ਬੜੀ ਮਲ ਮਾਰ ਲੂੰਗਾ ਮੈਂ 50000 ਰੁਪਏ ਤੇ ਪਹੁੰਚ ਜਾਊਗਾ ਇੱਥੇ ਜ਼ਿੰਦਗੀ ਦਾ ਐਂਡ ਹੈ ਮੇਰੀ ਉਹ ਬੰਦਾ ਜ਼ਰੂਰ ਬਾਹਰ 2 4 5 ਸਾਲਾਂ ਲਾਂ ਜਾਵੇ ਜੇ ਦੀ 50000 ਤੋਂ ਇਨਕਮ ਘਟੇ ਜ਼ਰੂਰ ਜਾਵੇ ਉਹ ਜਿਹੜਾ ਬੰਦਾ ਇੱਥੇ 2 4 ਲੱਖ ਰੁਪਏ ਮਹੀਨੇ ਦਾ ਅੱਜ ਨਹੀਂ ਛੱਡ ਰਿਹਾ ਯਾਰ ਜੇ ਉਹ ਬਾਹਰ ਜਾ ਰਿਹਾ ਹੈ ਤੇ ਮੈਂ ਕਹਿੰਦਾ ਉਸ ਤੋਂ ਵੱਡਾ ਮੂਰਖ ਕੋਈ ਨਹੀਂ ਇਹਦਾ ਹੂੰ ਕਿਉਂ ਆਪਾਂ ਇਹਨੂੰ ਕੈਲਕੂਲੇਟ ਕਰੀਏ ਨਾ ਆਪਾਂ ਐਪਲ ਨੂੰ ਐਪਲ ਦੇ ਨਾਲ ਕੰਪੇਅਰ ਨਹੀਂ ਕਰਦੇ ਹੂੰ ਆਪਾਂ ਦੂਰ ਦੇ ਟੋਲ ਸਹਾਬ ਨੇ ਗਰਾਸਿਸ ਗਰੀਨਰ ਔਨ ਦ ਅਨਦਰ ਸਾਈਡ ਅੱਜ ਤੁਸੀਂ ਮੈਂ ਬੈਠ ਕੇ ਗੱਲ ਕਰ ਰਿਹਾ ਮੈਂ 19 ਮਿੰਟ ਲੇਟ ਸੀ ਤੁਹਾਡਾ 2:19 ਤੇ ਫੋਨ ਆਇਆ ਮੈਂ ਭਾਈ 20 ਮਿੰਟ ਚ ਆ ਗਿਆ ਅਹੀਂ 2 ਵਜੇ ਸ਼ੁਰੂ ਕਰਨਾ ਹੈ 2:30 ਵਜੇ ਤੁਸੀਂ ਇਹ ਕਰ ਹੀ ਨਹੀਂ ਸਕਦੇ ਤੁਹਾਡੇ ਕੋਈ ਨਾ ਟਾਈਮ ਹੀ ਨਹੀਂ ਹੋਣਾ ਕਿਸੇ ਨੂੰ ਦੇਣ ਵਾਸਤੇ ਵੀ ਬਾਹਰ ਹਾਂ ਕਿਉਂਕਿ ਸਕੇਡਿਊਲ ਬਣਿਆ ਹੈ ਮੈਂ ਬਹੁਤ ਇਦਾਂ ਦੇ ਘਰ ਦੇਖੇ ਕਿ ਵੀ ਜਿਹੜੇ 2-4-5 ਸਾਲ ਲਾ ਲੇ ਐਂਡ ਕਮਿੰਗ ਬੈਕ ਹਾਂ ਬਹੁਤ ਵੱਡਾ ਬਿਜ਼ਨਸਮੈਨ ਹੈ ਜੀ ਉਹ ਇੱਥੇ ਕੋਈ ਡਿਜ਼ਾਸਟਰ ਹੋ ਗਿਆ ਡੁੱਬ ਗਿਆ ਕਰਜ਼ੇ ਚ ਗਲਤੀਆਂ ਹੋ ਗਈਆਂ ਹੁਣ ਸੋਸਾਇਟੀ ਨਹੀਂ ਜੀਨ ਦੇ ਰਹੀ ਮਜਬੂਰੀ ਆ ਗਈ ਮਜਬੂਰੀ ਜ਼ਰੂਰ ਚੱਲ ਜਾਓ ਯਾਰ ਬਿਜ਼ਮਾਲਾ ਵਰਗੇ ਫਰੈਸ਼ ਚਲੋ ਤਾਂ ਬਹੁਤ ਵੱਡੀ ਆ ਗਈ ਮੈਂ ਬਹੁਤ ਥੱਲੇ ਦੇ ਪ੍ਰੋਫਾਈਲਾਂ ਦੀ ਗੱਲ ਕਰ ਰਿਹਾ ਯਾਰ ਜਿਨ੍ਹਾਂ ਦਾ 5-7 10 ਕਰੋੜ ਹੀ ਸਰਪਲਸ ਸੀਗਾ ਡੁੱਬ ਗਏ ਕਰਜ਼ੇ ਜਾ ਗਏ ਯਾਰ ਚਲੋ ਜੀ ਨਵੀਂ ਜ਼ਿੰਦਗੀ ਸ਼ੁਰੂ ਕਰ ਲਈਏ ਓਕੇ ਜੀ ਕਰ ਲੋ ਉਹ ਪ੍ਰੋਬਲਮ ਆ ਗਈ ਜੀ ਸੋਸਾਇਟੀ ਅੱਛਾ ਬਹੁਤ ਅਮੀਰ ਸੀ ਬਹੁਤ ਗਲਤੀਆਂ ਕੀਤੀਆਂ ਬਹੁਤ ਪੈਸੇ ਉਜਾੜੇ ਬਹੁਤ ਪਾਰਟੀਆਂ ਤੇ ਗਏ ਐਵਰੀ ਸੈਟਰਡੇ ਸੰਡੇ ਅਸੀਂ ਸ਼ੋਅ ਆਫ ਕੀਤਾ ਅੱਜ ਵਾਲ-ਵਾਲ ਖਰਚੇ ਚ ਬੱਚੇ ਵੱਡੇ ਹੋ ਰਹੇ ਐਂ ਦਿਸ ਰਿਹਾ ਕਿ ਹੈਂਡ ਟੂ ਮਾਊਥ ਹੀ ਆਂ ਜ਼ਰੂਰ ਜਾਓ ਹਮਮ ਜ਼ਰੂਰ ਜਾਣਾ ਚਾਹੀਦਾ ਕਿਉਂ ਤੁਹਾਡੀ ਏਜ ਅਜ 40 45 ਹੋਗੀ ਇੱਥੇ ਹੁਣ ਤੁਹਾਨੂੰ ਦੁਬਾਰਾ ਰੀਸਟਾਰਟ ਕਰਨ ਲੱਗਿਆਂ ਪ੍ਰੋਬਲਮ ਹੋਊਗੀ ਜਿਹੜਾ ਬੰਦਾ ਇੱਥੇ ਸੌਕਾ ਹੈ 2 ਕਰੋੜ ਰੁਪਇਆ ਟੋਟਲ ਉਰਕੁੱਲ ਮੈਂ ਕਹਿੰਨਾ ਵੈਲਿਊ ਹੈ 2 ਕਰੋੜ ਰੁਪਇਆ ਇੱਕ ਲਗਜ਼ਰੀ ਜ਼ਿੰਦਗੀ ਜੀਣ ਵਾਸਤੇ ਪੂਰੀ ਜ਼ਿੰਦਗੀ ਜੀਣ ਵਾਸਤੇ ਤਿੰਨ ਤੋਂ ਚਾਰ ਬੰਦਿਆਂ ਦੇ ਟੱਬਰ ਨੂੰ ਬਹੁਤ ਹੈ ਨਹੀਂ 40 ਲੱਖ ਰੁਪਇਆ ਦਾ ਫਲੈਟ ਲੈ ਲਓ ਇੱਥੇ ਕਿ ਉੱਥੇ ਇੱਥੇ ਦੀ ਗੱਲ ਕਰ ਰਿਹਾ ਕਿ ਵੀ ਜੇ ਕਿਸੇ ਦੀ ਟੋਟਲ ਵਰ 2 ਕਰੋੜ ਰੁਪਇਆ ਹੈ ਨਾ ਉਹ ਰਾਜਾ ਲਗਜ਼ਰੀ ਜ਼ਿੰਦਗੀ ਜੀ ਸਕਦਾ 40 ਲੱਖ ਦਾ ਫਲੈਟ ਲੈ ਲਓ ਕੋਈ ਕਿਸ਼ਤ ਨਹੀਂ ਟੱਡੀ ਤੁਸੀਂ ਜੀ 30 ਲੱਖ ਰੁਪਇਆ ਦੀ ਗੱਡੀ ਲੈ ਲਓ ਚਲੋ ਹੋਰ ਦੀ ਫੋਰਚਨਰ ਲੈ ਲਓ ਜੀ ਪੰਜਾਹ ਦੀ ਕਰੋੜ ਮੁੱਕ ਗਿਆ ਕਰੋੜ ਰੁਪਈਆ ਦੀ ਕਿਤੇ ਵੀ ਵਿਆਜ ਚੜਾ ਦੋ ਪਰਾ ਤਦ ਵੀ 2 ਲੱਖ ਰੁਪਈਆ ਮਹੀਨੇ ਦਾ ਤੁਹਾਨੂੰ ਆਈ ਜਾਣਾ। ਹੋਰ بڑے ਕੰਮ ਹੈ ਜਿਹੜੇ ਤੁਸੀਂ ਕਰ ਸਕਦੇ ਹੋ। 50 ਲੱਖ ਰੁਪਈਆ ਸੁੱਖ ਦੁੱਖ ਵਾਸਤੇ ਰੱਖ ਲਓ 50 ਲੱਖ ਨਾਲ ਕੰਮ ਕਰ ਲਓ। ਤਦ ਵੀ 2 ਲੱਖ ਰੁਪਈਆ ਲੱਖ ਰੁਪਈਆ ਮਹੀਨੇ ਦਾ ਆਈ ਚੱਲੂਗਾ। ਹੁਣ ਜੇ ਅਸੀਂ ਇਹਨੂੰ ਬਾਹਰ ਨਾਲ ਕੰਪੇਅਰ ਕਰੀਏ ਤੁਸੀਂ ਜੇਕਰ ਕੈਨੇਡਾ ਜਾਂਦੇ ਹੋ ਤਾਂ ਤੁਹਾਨੂੰ 2000 ਰੁਪਏ ਤੋਂ ਜੇ ਫੁੱਲ ਟਾਈਮ ਕੰਮ ਕਰਦੇ ਹੋ ਤੇ 2000 ਡਾਲਰ ਦੀ ਜੌਬ ਮਿਲੂਗੀ। 2200 ਮਿਲ ਜੂਗੀ 2300 ਮਿਲ ਜੂਗੀ ਅਰ ਤੁਹਾਨੂੰ ਜ਼ਿਆਦਾ ਕੀ ਕਮਾ ਲਓਗੇ? ਮਹੀਨੇ ਦਾ ਬਈ? ਆ ਮਹੀ ਦੈਨ ਉਹ ਰਿਵਾਜ ਚ ਤੁਹਾਡੇ ਪੈਰ ਲੱਗਦੇ ਹਾਂ ਹੁਣ ਉਹ ਫਿਰ ਗੱਡੀਆਂ ਕਿੱਥੋਂ ਆਉਂਦੀਆਂ ਮਸਟੈਂਕਾ ਕਿੱਥੋਂ ਆਉਂਦੀਆਂ ਬਾਕੀ ਹੋਰ ਹੁੱਲੜਬਾਜੀ ਕਿੱਥੋਂ ਹੁੰਦੀ ਹੈ ਉਹ ਉੱਥੇ ਹੁੰਦੀ ਹੈ ਕਿ ਹਰ ਗਰੁੱਪ ਦੇ ਵਿੱਚ ਪੰਜ ਸੱਤ 10 ਜਾਣੇ ਅਮੀਰ ਜਾਤਿਆਂ ਦੇ ਬੱਚੇ ਹੈ ਅਫਸਰਾਂ ਦੇ ਬੱਚੇ ਹੈ ਪੋਲੀਟਿਸ਼ੀਨਾਂ ਦੇ ਬੱਚੇ ਹੈ ਕਿ ਜਿਨ੍ਹਾਂ ਨੂੰ ਪੈਸੇ ਦੇ ਫਲੋ ਦੀ ਇੱਥੋਂ ਕੋਈ ਕਮੀ ਨਹੀਂ ਉਹਨਾਂ ਜੋ ਸਿਆਣੇ ਵੀ ਬਹੁਤ ਹੈ ਜਿਨ੍ਹਾਂ ਨੇ ਉੱਥੇ ਆਟੋ ਪਾਇਟ ਆਟੋ ਪਾਇਲਟ ਪੈਸਿਵ ਇਨਕਮਸ ਆਪਣੀਆਂ ਜਨਰੇਟ ਕੀਤੀਆਂ ਆਈਆਂ ਕੋਈ ਡਿਜੀਟਲ ਮਾਰਕੀਟਿੰਗ ਕਰ ਰਿਹਾ ਕੋਈ ਆਈਟੀ ਦੇ ਵਿੱਚ ਬਹੁਤ ਵਧੀਆ ਕਰ ਰਿਹਾ ਕੋਈ ਕੰਸਲਟਿੰਗ ਕਰ ਰਿਹਾ ਹੈ ਜੌਬਸ ਨਹੀਂ bizness ਕਰ ਰਿਹਾ ਠੀਕ ਹੈ ਸੋ ਦੇ ਆਰ ਗਰੋਇੰਗ ਬਟ ਜਦੋਂ ਤੁਹਾਨੂੰ ਪਤਾ ਹੈ ਕਿ ਯਾਰ ਮੇਰਾ ਇੱਥੇ ਵੀ ਫਿਊਚਰ ਹੋ ਸਕਦਾ ਹੈ ਕਿ ਮੈਂ ਅੱਜ ਜੇ ਸ਼ੁਰੂ ਕਰੂੰਗਾ ਮੈਂ 1 ਲੱਖ 2 ਲੱਖ ਤੇ ਪਹੁੰਚ ਜਾਊਗਾ ਡੋਨਟ ਗੋ ਤੁਹਾਨੂੰ ਲੱਗਦਾ ਹੈ ਯਾਰ ਕਿ ਮੇਰੀ 20 25 ਹਜ਼ਾਰ ਤੋਂ ਜ਼ਿਆਦਾ ਹੋਣੀ ਨਹੀਂ ਮੈਂ ਬੋੜਾ ਮੱਲ ਮਾਰ ਲਾਂਗਾ ਨਾ 20 ਸਾਲ ਵੀ ਮਿਹਨਤ ਕਰ ਲੂੰਗਾ ਤੇ 50 ਹਜ਼ਾਰ ਰੁਪਏ ਤੇ ਕਿਉਂਕਿ ਮੇਰੇ ਬਾਪੂ ਦੇ ਮੈਂ ਜ਼ਿੰਦਗੀ ਦੇਖੀ ਹੈ ਉਹਨੂੰ ਆਪਣੀ ਜ਼ਿੰਦਗੀ ਦੇ 4-5 ਸਾਲ ਜ਼ਰੂਰ ਲਾਣੇ ਚਾਹੀਦੇ ਉਹ ਪਤਾ ਕਿਉਂ ਲਾਣੇ ਚਾਹੀਦੇ ਕੀ ਮਿਲੂਗਾ ਆਪਾਂ 4-5 ਸਾਲ ਲਾ ਕੇ ਆ ਜਿਹੜੇ ਟੱਕਣ ਬੰਦਨ ਦਿਮਾਗ ਦੇ ਉਹ 20 ਔਰ 50000 ਤੋਂ ਜ਼ਿਆਦਾ ਸੋਚ ਨਹੀਂ 파ਰੇ ਇਹ ਪਲਾਨ ਇਹ ਉੱਥੇ ਜਾ ਕਰਕੇ ਮੈਂ ਕਹ ਰਿਹਾ ਵਾਪਸ ਆਣਾ ਇਹ ਟੱਕਣ ਖੋਲ ਦੂਗਾ ਇੰਡੀਆ ਦੀ ਕਦਰ ਇੱਥੇ ਪੰਜਾਬ ਦੀ ਕਦਰ ਉਹ ਐਕਚੁਅਲ ਚ ਉੱਥੇ ਜਾ ਕੇ ਹੀ ਪੈਂਦੀ ਹੈ ਬਿਲਕੁਲ ਇਹਨੇ ਮਿੱਟੀ ਵਾਜਾ ਮਾਰਦੀ ਹਾਏ ਮੇਰਾ ਪਿੰਡ ਤੇ ਹਾਏ ਉਹ ਸਾਡੇ ਇੱਕ ਦੋਸਤ ਸੀਗੇ ਡਾਕਟਰ ਜੈਨ ਅਹੀਂ ਨਿਊਯਾਰਕ ਉੱਥੇ ਸੀਗੇ ਯੂ ਐਸ ਕੱਟੇ ਸੀ ਸਿਆਟਲ ਰਾਤੀ ਡਿਨਰ ਕਰਕੇ ਨਿਕਲੇ ਤੇ ਕੋਈ ਪੋਲਿਟੀਕਲ ਮੁੱਦੇ ਤੇ ਗੱਲ ਹੋ ਗਈ ਸ਼ੁਰੂ ਅੱਛਾ ਉਹ ਕੱਟੜ ਕਾਂਗਰਸੀ ਤੇ ਬੜੇ ਮਤਲਬ ਔਨ ਦਾ ਪੁਆਇੰਟ ਗੱਲਾਂ ਬਾਤਾਂ ਕਰਦੇ ਵੇ ਸੁਣੀਏ ਮੈਂ ਨਿਊਟਰਲ ਮੈਂ ਕਿਹਾ ਹਾਂ ਜੀ ਬਿਲਕੁਲ ਠੀਕ ਹੈ ਮੈਂ ਕਿਹਾ ਯਾਰ ਜਨਸਭਾ ਨਹੀਂ ਗੱਲ ਕੁਸ਼ਟਨਾ ਮੈਂ ਕਿ ਤਿੰਨ ਘੰਟੇ ਆਪਾਂ ਗੱਲ ਸੁਣੀ ਤੁਸੀਂ ਹਰ ਜਗ੍ਹਾ ਠੀਕ ਗਏ ਜੇ ਇੱਕ ਚੀਜ਼ ਮੈਂ ਤੁਹਾਡੇ ਤੋਂ ਪੁੱਛਣੀ ਚਾਹਨਾ ਮੈਂ ਕਿ ਇਦਾਂ ਕਿਉਂ ਹੁੰਦਾ ਹੈ ਕਿ ਪੰਜਾਬ ਦੀ ਇੰਨੀ ਚਿੰਤਾ ਪੰਜਾਬ ਤੋਂ ਜਿਹੜਾ ਬੰਦਾ ਬਾਹਰ ਹੈ ਉਹਨੂੰ ਹੀ ਹੈ ਔਰ ਜਿਹਨੇ ਪੰਜਾਬ ਕਦੀ ਜਾਣਾ ਨਹੀਂ ਉਹਨੂੰ ਜ਼ਿਆਦਾ ਚਿੰਤਾ ਹੈ ਜਾਂ ਜਿਹਨੇ ਜਾ ਕੇ ਰਹਿਣਾ ਹੀ ਨਹੀਂ ਉਹਨੂੰ ਜ਼ਿਆਦਾ ਪੰਜਾਬ ਦੀ ਚਿੰਤਾ ਹੋ ਰਹੀ ਹੈ ਮਤਲਬ ਇਹ ਮੈਨੂੰ ਸਮਝ ਨਹੀਂ ਆ ਰਹੀ ਗੱਲ ਇਹਦਾ ਜਵਾਬ ਮੈਂ ਵੀ ਚਾਹਨਾ ਖਾਗਾ ਹੀ ਨਹੀਂ ਸੀ ਮੈਂ ਕਿ ਤੁਹਾਡੇ ਕੋ ਕੈਨੇਡੀਅਨ ਪਾਸਪੋਰਟ ਤੁਹਾਡੇ ਬੱਚਿਆਂ ਕੋ ਕੈਨੇਡੀਅਨ ਪਾਸਪੋਰਟ ਤੁਹਾਡੇ ਇੱਥੇ ਸਾਰਾ ਕੁਝ ਉਹ ਇੱਥੇ ਲੁਧਿਆਣੇ ਦੇ ਲੁਧਿਆਣੇ ਮੈਂ ਕਹਿੰਦਾ ਤੁਹਾਡਾ ਇੱਕ ਘਰ ਹੈਗਾ ਛੋਟਾ ਜਿਹਾ ਉਹ ਤੁਸੀਂ ਆਪਣੇ ਸ਼ੌਂਕ ਨੂੰ ਰੱਖਿਆ ਹੋਰ ਤੁਸੀਂ ਪ੍ਰਾਪਰਟੀਆਂ ਰੱਖੀਆਂ ਇਨਵੈਸਟਮੈਂਟ ਤੁਹਾਨੂੰ ਪੰਜਾਬ ਦੀ ਇੰਨੀ ਜ਼ਿਆਦਾ ਚਿੰਤਾ ਕਿਉਂ ਹੋ ਗਈ ਹੈ ਮੇਰਾ ਵੀ ਇਹ ਪੁਆਇੰਟ ਹੈ ਬਾਈ ਕਿ ਪੰਜਾਬ ਦੀ ਚਿੰਤਾ ਜੇ ਇੰਨੀ ਪੰਜਾਬ ਚ ਆ ਕੇ ਕਿਉਂ ਨਹੀਂ ਪੰਜਾਬ ਲਈ ਕੰਮ ਕਰ ਰਹੇ ਇਹਨੂੰ ਆਪਾਂ ਪੁਰਾਣੀ ਚੀਜ਼ ਨਾਲ ਕਨੈਕਟ ਕਰਦੇ ਆ ਕਿ ਜਦੋਂ ਬੰਦੇ ਨੇ ਇਥੇ ਜਾਣਾ ਨਾ ਔਰ ਟੱਕਣ ਹੁੰਦੇ 5 ਸਾਲਾਂ ਤੇ ਉਹ ਹੁੰਦਾ ਕਿ ਜੇ 5 ਸਾਲ ਦਾ ਮੈਂ ਟਾਈਮ ਦੇਣਾ ਹੁਣ ਨਾ ਵਾਪਸ ਆ ਗਿਆ ਆ ਗਿਆ 5 ਸਾਲ 5 ਸਾਲ ਬਾਅਦ ਨਹੀਂ ਮੁੜਦੇ ਉਹ ਕਿਉਂ ਨਹੀਂ ਮੁੜਦੇ ਕਿਉਂਕਿ ਉਹ 5 ਸਾਲ ਦਾ ਡਿਊਰੇਸ਼ਨ ਹੈ ਇਸ ਕਰਕੇ ਕਿਉਂਕਿ ਉਹ ਹੈਗਾ ਬਈ ਟਾਈਮ ਕਿ ਵੀ ਹੁਣ ਜੇ 5 ਸਾਲ ਤੋਂ ਬਾਅਦ ਦਾ ਹੋ ਗਿਆ ਫਿਰ ਤੁਹਾਡੇ ਕੋਲ ਉੱਥੇ ਘਰ ਵੀ ਆ ਯਾਰ ਫਿਰ ਉਹਨਾਂ ਦੇ ਕੋਲ ਤੁਹਾਡੀ ਨੈਸ਼ਨੈਲਿਟੀ ਵੀ ਹੋ ਗਈ ਫਿਰ ਤੁਹਾਨੂੰ ਉੱਥੋਂ ਦੇ ਰਹਿਣ ਸਹਣ ਤਰੀਕੇ ਆ ਫਿਰ ਤੁਹਾਡਾ ਸਿਸਟਮ ਸਰਕਲ ਸੋਸਾਇਟੀ ਉਦਾਂ ਦੀ ਬਣ ਜਾਣੀ ਜਿਹਨੂੰ ਤੁਸੀਂ 5 ਸਾਲਾਂ ਤੱਕ ਜਾ ਕੇ ਬਣਾਇਆ ਹਮ ਔਰ ਇੱਥੇ ਜਿਹੜੇ ਪੁਰਾਣੇ ਯਾਰ ਛੱਡ ਕੇ ਗਏ ਉਹਨਾਂ ਪੁਰਾਣੇ ਹੋਗੇ ਹਮ ਉਹਨ ਆਪਣੇ ਉਹਨਾਂ ਦੇ ਵੀ 5 ਸਾਲਾਂ ਚ ਹੋਰ ਸਰਕਲ ਬਣ ਗਿਆ ਹੋਗਾ ਜਦੋਂ ਤੁਸੀਂ ਜੇ 5 ਸਾਲਾਂ ਜਾ ਕੇ ਤੇ ਜੈਲ ਕਰ ਚੋਗੇ ਜਦੋਂ ਉਰ ਤੋਂ ਜ਼ਿਆਦਾ ਹੁੰਦਾ ਫ ਬਟ ਉਹ ਜਿਹੜੀ ਕਰੀਵਿੰਗ ਹੈ ਨਾ ਉਹ ਸਮਝ ਆ ਜਾਂਦੀ ਹੈ ਕਿ ਅੱਜ ਜੋ ਮੈਂ ਅਚੀਵ ਕਰ ਲਿਆ ਉਹ ਹੁਣ এরੇ ਬਾਅਦ ਚੋ ਗੀ ਕੀ ਮੈਨੂੰ ਕਿਸ਼ਤਾਂ ਹੀ ਦੇਣੀ ਹੈ ਹਾਂ 2.5% ਬਹੁਤ ਸਕਸੈਸਫੁਲ ਲੋਕ ਵੀ ਹੈ ਉੱਥੇ ਬਹੁਤ ਵੱਡੀਆਂ ਟਰੱਕ ਕੰਪਨੀਆਂਸ ਹੈ ਬਹੁਤ ਵੱਡੇ ਸੁਪਰਸਟੋਰਸ ਹੈ ਸਾਡੇ ਆਪਣੇ ਕਾਰੋਬਾਰ ਹੈ ਉੱਥੇ ਜੇ ਤੁਸੀਂ ਬਿਜ਼ਨਸ ਕਰ ਰਹੇ ਹੋ ਜਿੱਥੇ ਮਰਜੀ ਰਹੀ ਹੋ ਯਾਰ ਐ ਗਲੋਬਲ ਸਿਟੀਜ਼ਨ ਬਿਲਕੁਲ ਵੜ ਜਿਹੜੀ ਪੰਜਾਬ ਦੀ ਚਿੰਤਾ ਹੈ ਉਹ ਇਸ ਕਰਕੇ ਉਹਨਾਂ ਨੂੰ ਹੋ ਜਾਂਦੀ ਹੈ ਕਿਉਂਕਿ ਇੱਕ ਹੁੰਦਾ ਨਾ ਅਨਮੋਲ ਤੋਂ ਵੀ ਗਲੀ 'ਚ ਜਾ ਰਹੇ ਹਾਂ ਹਮ ਲੈਟਸ ਐਂਡ ਸਾਊਥ ਸਿਟੀ ਨੇਰ ਤੋਂ ਜਾ ਰਹੇ ਹਾਂ 5 ਸਾਲ ਬਾਅਦ ਆਏ ਉਹ ਯਾਰ ਮੈਂ ਪਿਛਲੇ ਹਫਤੇ ਇੱਥੋਂ ਨਿਕਲਿਆ ਹੀ ਪ੍ਰਧਾਨ ਇੱਥੇ ਤੇ ਕੋਈ ਬਿਲਡਿੰਗ ਨਹੀਂ ਸੀ ਹਮ ਰਾਤੋਂ ਰਾਤ ਪ੍ਰਧਾਨ ਇਹਨਾਂ ਨੇ ਖੜੀ ਕਰਤੀ ਇਦਾਂ ਹੀ ਕਹਿੰਨੇ ਆ ਉਹ ਕੀ ਬੋਲ ਰਿਹਾ ਬੰਦੇ ਦੇ ਅੰਦਰ ਉਹ ਰੇਂਦਰੂ ਰਿਗਰਟ ਬੋਲ ਰਿਹਾ ਹੈ ਕਿ ਆਈ ਹੈਵ ਨਾਟ ਇਨਵੈਸਟਡ ਇਨ ਥਿਸ ਪ੍ਰੋਪਰਟੀ ਹਮ ਕਿੰਦੇ ਸੁਣਨਾ ਉਹ ਯਾਰਾ ਮੇਰੇ ਤਰਲੇ ਮਾਰਦੇ ਹੁੰਦੇ ਸੀ ਕਿ ਇਹਨੇ ਦਾ ਪਲਾਟ ਲੱਲਾ ਬਿਲਕੁਲ ਤੇ ਅੱਜ ਤੇ ਕਿੱਥੇ ਪਹੁੰਚ ਗਏ ਉਹ ਕੀ ਬੋਲ ਰਿਹਾ ਰਿਗਰਟ ਬੋਲ ਰਿਹਾ ਹਮ ਬਟ ਬੰਦਾ ਪ੍ਰੈਜੈਂਟ ਨਹੀਂ ਕੀ ਮੇਰਾ ਰਿਗਰਟ ਹੈ ਲਰਨਿੰਗ ਫੇਰ ਵੀ ਨਹੀਂ ਲੈ ਰਿਹਾ ਬਿਲਕੁਲ ਕਹੇ ਕਿ ਨਿਕਲ ਜਾਂਦਾ ਰਿਗਰਟ ਕੀ ਬੋਲ ਰਿਹਾ ਕਿ ਆਈ ਮਸਟ ਹੈਵ ਇਨਵੈਸਟਡ ਇਨ ਦਿਸ ਪ੍ਰੋਪਰਟੀ ਮੇਰੇ ਪੈਸੇ ਬਨ ਜਾਂਦੇ ਚਾਰ ਆਈ ਲੌਸਟ ਦੈਟ ਟ੍ਰੇਨ ਮਾਡੋ ਨਾ ਇਹ ਤੇ ਮੇਰੇ ਤਰਲੇ ਮਾਰਦੇ ਸੀ ਐ ਹੀ ਸੁਣਦੇ ਗੱਲਾਂ ਚ ਮੈਂ ਨਹੀਂ ਇਹਨਾਂ ਨੂੰ ਦੇਖਿਆ ਠੀਕ ਹੈ ਅੱਜ ਇਹਨਾਂ ਦਾ ਲੋਟ ਆ ਗਿਆ ਕੋਈ ਗੱਲ ਨਹੀਂ ਪਤਾ ਹੀ ਹੈ ਮੈਨੂੰ ਸਿਰੇ ਤੇ ਚਵਲ ਹੈ ਸਿਰੇ ਤੇ ਠੱਗ ਹੈ ਠੀਕ ਹੈ ਮਾਰਾਏ ਭਾਈ ਤੁਹਾਨੂੰ ਦੋ ਕੰਟਰੀਆਂ ਚੋਂ ਮੌਕਾ ਮਿਲੇ ਇੱਕ ਚ ਸੈਟਲ ਹੋਣਾ ਪੰਜਾਬ ਜਾਂ ਬਾਹਰ ਹਮੇਸ਼ਾ ਲਈ ਸੈਟਲ ਹੋਣਾ ਇੱਕ ਧਿਰ ਕਰਨਾ ਕਿਹਦੇ ਚ ਰੋਗੇ ਇੱਥੇ ਇੱਥੇ ਬੈਠਾ ਹੈ ਪੰਜਾਬ ਚ ਕਿਉਂ ਇਰ ਜਿੱਮੇ ਬਾਹਰ ਹੀ ਸੈਟਲ ਹੋਣਾ ਹੁੰਦਾ ਤੇ ਮੈਂ ਵਾਪਸ ਆਂਦਾ ਹੀ ਨਾ ਤੁਸੀਂ ਕਿਉਂ ਰਹਿਣਾ ਚਾਹੁੰਦੇ ਪੰਜਾਬ 'ਚ ਐਸੀ ਕਿਹੜੀ ਖੇਚ ਹੈ ਜਿਹੜੀ ਤੁਹਾਨੂੰ ਪੰਜਾਬ 'ਚ ਹੀ ਚਾਹੀਦੀ ਕਿ ਆਪਣੇ ਲੋਕ ਨੇ ਇੱਥੇ ਦੇ ਇੱਥੇ ਤਰੱਕੀ ਦਿਖਾਣੀ ਦੀ ਹੈ ਯਾਰ ਮੇਰੇ ਮਲਟੀਪਲ ਰੀਜਨਸ ਮਲਟੀਪਲ ਰੀਜਨਸ ਬੇਸਿਕ ਰੀਜਨ ਕੀ ਹੁੰਦਾ ਪੰਜਾਬੀਆਂ ਦਾ ਮਿਸ ਕਰਦੇ ਨੇ ਪੰਜਾਬ ਨੂੰ ਜਿਹੜੇ ਮੈਂ ਆਪਣੀ ਗੱਲ ਕਰਾਂਗਾ ਹਰ ਕਿਸੇ ਦੀ ਆਪਣੀ ਆਪਣੀ ਸਿਚੁਏਸ਼ਨ ਸਰਕਮਸਟੈਂਸ ਮੈਂ ਸਾਰੇ ਪੰਜਾਬ ਦੇ ਉੱਤੇ ਕਿਦਾਂ ਕਮੈਂਟ ਕਰ ਸਕਦਾ ਆਮ ਨੋ ਵਨ ਉਹ ਸੀਐਮ ਸਾਹਿਬ ਵੀ ਬੋਲ ਸਕਦੇ ਸੋ ਉਹ ਕਿਉਂਕਿ ਉਹ ਉਹਨਾਂ ਤੇ ਉਹ ਰਿਸਪੋਨਸੀਬਲ ਚੇਅਰ ਤੇ ਬੈਠੇ ਹੋਏ ਸ ਮੈਂ ਪੂਰੇ ਪੰਜਾਬ ਦੇ ਬੇਸ ਤੇ ਉੱਤੇ ਨਹੀਂ ਬੋਲ ਸਕਦਾ ਮੈਂ ਆਪਣੀ ਸਿਚੁਏਸ਼ਨ ਦੇ ਉੱਤੇ ਬੋਲ ਸਕਦਾ ਮੇਰੇ ਲਈ ਮੇਰੀ ਬੇਬੇ ਰੱਬ ਹੈ ਤੇ ਉਹਨਾਂ ਮੈਂ ਇਕੱਲੇ ਛੱਡ ਕੇ ਤੇ ਨਹੀਂ ਜਾਵਾਂਗਾ ਨੰਬਰ 1 ਨੰਬਰ 2 ਮੇਰੇ ਕੋਲ ਬਾਬਾ ਜੀ ਨੇ ਇੰਨੇ ਰਿਸੋਰਸਸ ਦਿੱਤੇ ਕਿ ਮੈਂ ਨਾਲ ਲੈ ਕੇ ਜਾ ਸਕਦਾ ਬਟ ਆਵ ਸੀਨ ਹਰ ਮੇਰੀ ਸਿਸਟਰ ਯੂਕੇ ਸੀ ਉਹ 6 ਮਹੀਨੇ ਯੂਕੇ ਲੰਦੇ ਸੀ 6 ਮਹੀਨੇ ਇੱਥੇ ਹੁੰਦੇ ਸੀ ਥੈਨ ਮੇਰੇ ਬੇਟੇ ਕੈਨੇਡਾ ਗਏ ਉਹ 4 ਕੁ ਮਹੀਨੇ ਉਹਨਾਂ ਕੋ ਵੀ ਲਾ ਕੇ ਆਂਦੇ ਸੀ ਮੈਂ ਆਪ ਟ੍ਰੈਵਲ ਕਰਦਾ ਰਹਿਣਾ मैंने एक चीज़ समझ आई कि यार इन्हना ना दिल घूम फिर के इत ही आके लगता है चंडीगढ़ कर लिता वो पहले मैं का तो मैं जलंधर कर लिता कि यार ती जलंधर शिफ्ट हो जाओ मैं अमृतसर चंकी लुधियाने ती तो आ जाओ अमृतसर चंकी अच्छा जी चंडीगढ़ आ जाओ मैं अमृतसर चंकी वो ये समझ आ गई कि उन्होंने अमृतसर घर ही पसंद है क्योंकि आई लॉस्ट माई फादर इन ट्वेंटी थर्टीन पापा की डैथ हुई सीना दू छोटा जहा परिवार ਤੇ ਉਨੀਆਂ ਕੀ ਯਾਦਾਂ ਐ ਐਂਡ ਸ਼ੀ ਇਸ ਵੈਰੀ ਹੈਪੀ ਟੂ ਬੀ ਇਨ ਦੋਜ਼ ਮੈਮਰੀਜ਼ ਐਂਡ ਉਹਨਾਂ ਨੇ ਨਾ ਆਪਣਾ ਇੱਕ ਸਰਕਲ ਬਣਾਇਆ ਹੈ ਅਮਰਿਤਸਰ ਚ ਐਂਡ ਉਹਨਾਂ ਨੂੰ ਆਪਣਾ ਸਰਕਲ ਆਪਣੀਆਂ ਫਰੈਂਡਸ ਆਪਣੇ ਰਿਸ਼ਤੇਦਾਰ ਬਹੁਤ ਪਿਆਰੇ ਆ ਬਿਲਕੁਲ ਸਪੈਸ਼ਲੀ ਆਪਣੇ ਭਰਾ ਆਪਣੀਆਂ ਭੈਣਾਂ ਬਹੁਤ ਪਿਆਰੀਆਂ ਆ ਬਿਲਕੁਲ ਤੋ ਉਹਨਾਂ ਤੋਂ ਅਸੀਂ ਉਹ ਬੌਂਡਿੰਗ ਸਿੱਖਦੇ ਆ ਮਤਲਬ ਰੋਜ਼ ਕੋ ਤਕਲੇਸ਼ ਚੱਲਦਾ ਰਹਿੰਦਾ ਅੱਜ ਵੀਰੇ ਨੇ ਆਹ ਕਹਿਤਾ ਅੱਜ ਦੀਦੀ ਨੇ ਆਹ ਕਹਿਤਾ ਉਹ ਰੋਜ਼ ਚੱਲਦਾ ਰਹਿੰਦਾ ਤੇ ਉਹ ਫਿਰ ਕੋਈ ਫੋਨ ਆ ਜਾਏ ਦੀਦੀ ਦਾ ਤੇ ਨਾਲ ਹੀ ਸਾਰੇ ਜਿੰਦਾਂ ਛੱਡ ਕੇ ਪਏ ਦੀਦੀ ਕੋਲ ਤਾਂ ਇੱਕ ਉਹਨਾਂ ਦਾ ਸਰਕਲ ਬਣ ਗਿਆ। ਤੋਂ ਉਹ ਜੇ ਮੈਂ ਅੱਜ ਆਪਣੀ ਕਿਸੇ ਵੀ ਲਾਲਸਾ ਕਰਕੇ ਕਹਾਂ ਕਿ ਅਰ ਚਲਿਏ ਬਾਹਰ ਨਹੀਂ ਮੈਨੂੰ ਮੌਕਾ ਕੀ ਮਿਲੇਗਾ ਮੈਨੂੰ ਮਤਲਬ ਜਿਹੜਾ ਮੈਂ ਤੇ ਆਇਆ ਬਲੋ ਮੇਰੇ ਕੋਲ ਤੇ ਉਹ ਆਪਸ਼ਨ ਸੀ ਕੀ ਵੀ ਆ ਲੈਲਾ ਪੀ ਆਰ ਨਹੀਂ ਯਾਰ ਮੈਨੂੰ ਇੱਥੇ ਰਹਿਣਾ ਹੈ। ਮੈਨੂੰ ਇਹ ਵਾਲੀ ਚੀਜ਼ ਬੜੀ ਮਤਲਬ ਡਿਫਰੈਂਟ ਡਿਫਰੈਂਟ ਸਟੇਜਿਸ ਤੇ ਵੀ ਮੈਂ ਕਹੀ ਮੈਨੂੰ ਬਹੁਤ ਬੜਾ ਦੇਖੋ ਅੱਜ ਵੀ ਆਪਸ਼ਨਸ ਹੈ। ਮੇਰੇ ਕੋ ਕੈਨੇਡਾ ਦੇ ਵਿੱਚ ਮੇਰਾ ਬਿਜ਼ਨਸ ਹੈ। ਪਰਮਾਤਮਾ ਨੇ ਆਪ ਅੰਗ ਸੰਗ ਸਹਿਯੋਗ ਕਰਕੇ ਉੱਥੇ ਸੈਟਲ ਕਰਾਇਆ ਆਸਟ੍ਰੇਲੀਆ ਦੇ ਵਿੱਚ ਬਾਬਾ ਜੀ ਦਾ ਬਿਜ਼ਨਸ ਉਹਨਾਂ ਨੇ ਆਪ ਸ਼ੁਰੂ ਕਰਵਾਇਆ ਅੱਜ ਹੁਣ ਮੈਂ ਯੂਕੇ ਹੋ ਗਿਆ ਹਾਂ ਯੂਕੇ ਛੋਟਾ ਮੋਟਾ ਪੰਗਾ ਲੈਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਯੂਕੇ ਇਜ਼ ਅ ਪਲੇਸ ਵੇਅਰ ਮਾਈ ਹਾਰਟ ਬੀਟਸ ਕਿਉਂਕਿ ਮੈਂ ਆਪਣੀ ਜਿਹੜੇ ਕਹਿੰਦਾ ਹੁਣ ਕਿ ਮੇਜਰ ਬਚਪਨੇ ਦੇ ਮ ਜਵਾਨੀ ਦੇ ਤੱਕ ਜਵਾਨੀ ਕਿਉਂਕਿ ਜਵਾਨੀ ਦੇ ਹੁਣ ਸ਼ੁਰੂ ਹੋਈ ਨਾ ਤੋ ਬਚਪਨ ਦੇ ਆਪਣੇ ਦਿਨ ਉੱਥੇ ਬਤਾਏ ਹੋਏ ਆ ਬਾਈ ਤੁਹਾਡੀ ਸਭ ਤੋਂ ਸੋਹਣੀ ਗੱਲ ਐ ਇਸ ਪੋਡਕਾਸਟ ਦੀ ਜਿਹੜੀ ਤੁਸੀਂ ਮਾਂ ਵਾਲੀ ਕੀਤੀ ਨਾ ਇਹ ਚੀਜ਼ ਮੈਂ ਐਕਸਪੈਕਟ ਨਹੀਂ ਕੀਤੀ ਸੀ ਪਰ ਅੱਜ ਤੁਸੀਂ ਉਸ ਸਟੇਜ ਤੇ ਹੋ ਜਿੱਥੇ ਮੋਸਟਲੀ ਯੂਥ ਫਾਈਨੈਂਸ਼ੀਅਲ ਵਾਈਸ ਪਹੁੰਚਣਾ ਜਾਂਦੀ ਹੋਗੀ ਔਰ ਅੱਡਾ ਸਿਸਟਮ ਹੋਵੇ ਬੰਦਾ ਜਵਾਨ ਰਵੇ ਇੱਕ ਤਾਂ ਐ ਤੇ ਇਸ ਉਮਰ ਚ ਵੀ ਬੰਦਾ ਕਵੇ ਕਿ ਹਜੇ ਤਾਂ ਮੇਰੀ ਜਵਾਨੀ ਸ਼ੁਰੂ ਹੋਈ ਐ ਆਹ ਜਿਹੜਾ ਉਹ ਹੈ ਨਾ ਆ ਫੀਲ ਇੱਕ ਤਾਂ ਇਹ ਮੋਟੀਵੇਸ਼ਨ ਤੇ ਦੂਜੀ ਲਗਰੀ ਲਾਈਫ ਜਿਹੜੀ ਤੁਸੀਂ ਜੀਨੇ ਹੋ ਔਰ ਗਰਾਊਂਡਡ ਹੋ ਇਨ ਐ ਔਰ ਤੁਸੀਂ ਇਸ ਸਟੇਜ ਤੇ ਬਹਿ ਕੇ ਨਚੋੜ ਦੱਸ ਰਹੇ ਹੋ ਜ਼ਿੰਦਗੀ ਦਾ ਕਿ ਮੈਂ ਮਾਂ ਨਹੀਂ ਛੱਡ ਸਕਦਾ ਘਰ ਸੁੱਖ ਮਿਲਿਆ ਬਾਹਰ ਸੁੱਖ ਪਾਇਆ ਜਿਸ ਬੰਦੇ ਦੇ ਘਰ ਚ ਕਲੇਸ਼ ਹੈ ਉਹਨੇ ਬਾਹਰ ਹਰ ਨਹੀਂ ਆਣਾ ਪਰ ਬਾਈ ਜਿਹੜੀ ਨੈਕਸਟ ਜਨਰੇਸ਼ਨ ਹੁਣ ਆਪਣੇ ਤੋਂ ਬਾਅਦ ਵਾਲੀ ਉਹ ਮਿਸ ਕਰੀਗੀ ਚੀਜ਼ਾਂ ਕਿ ਉਹ ਬਾਹਰ ਹੀ ਸੈਟਲ ਹੋਏਗੀ ਨਹੀਂ ਯਾਰ ਮੈਂ ਇਰ ਤੇ ਡਿਫਰ ਕਰੂੰਗਾ ਮੈਂ ਦੁਬਾਰਾ ਫੇਰ ਉੱਥੇ ਆਣਾ ਅਸੀਂ ਇਕੱਲੀ ਗੱਲ ਕਰਦੇ ਆ ਬਾਹਰ ਜਾਣ ਦੀ ਮੈਂ ਬੁੜੇ ਲੋਕਾਂ ਨੇ ਕਿਹਾ ਪੰਜਾਬ ਖਾਲੀ ਹੋ ਰਿਹਾ ਨੇ ਮੈਂ ਕਿਹਾ ਯਾਰ ਆਓ ਤੁਸੀਂ ਆંકੜੇ ਤੇ ਕਰੀਏ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਬਾਹਰ ਜਾ ਰਹੇ ਹੈ ਇਹ ਕਿਉਂ ਨਹੀਂ ਗੱਲ ਕੋਈ ਦੇਖ ਰਿਹਾ ਕਿ ਬਾਹਰੋਂ ਆ ਵੀ ਰਹੇ ਹੈ ਓਕੇ ਤੁਸੀਂ ਇਹ ਸੋਚ ਰਹੇ ਹੋ ਕਿ ਕਿਉਂ ਜਾ ਰਹੇ ਹੈ there is a gap between an employer and a employee ਉਹ ਕੀ ਹੈ ਅੱਜ ਇੱਥੇ ਅਸੀਂ ਵੱਡੀਆਂ ਵੱਡੀਆਂ ਕੰਪਨੀਆਂ ਲੈ ਆਈਏ ਉਹਨਾਂ ਨੂੰ ਜਿਹੜੇ ਸਕਿੱਲਸ ਚਾਹੀਦੇ ਆਪਣੇ EMPLOYEES ਚ ਕੀ ਅਸੀਂ ਉਹ ਸਕਿੱਲਸ ਪ੍ਰੋਡਿਊਸ ਕਰ ਰਹੇ ਹਾਂ ਪਰ ਭਾਈ ਬਾਹਰ ਬਹੁਤੀ ਕੰਪਨੀਆਂ ਦੇ CEO ਜਿਹੜੇ ਵੱਡੇ ਵੱਡੇ ਬੰਦੇ ਨੇ ਇੰਡੀਅਨਸ ਨੇ ਸੁਣਨ ਚਾਹੰਦਾਂ ਜੇ ਸਕਿੱਲਸ ਆ ਗਏ ਨਾ ਸਕਿੱਲਸ ਐਂਡ ਐਕਸਪੀਰੀਐਂਸ ਆ ਗਿਆ ਹੁਣ ਆਪਾਂ ਮੈਂ ਦੁਬਾਰਾ ਕਹਨਾ ਅਨਮੋਲ ਐਪਲ ਨੂੰ ਐਪਲ ਨਾਲ ਤੇ ਔਰੇਂਜ ਨੂੰ ਔਰੇਂਜ ਨਾਲ ਕੰਪੇਅਰ ਕਰਾਂਗੇ ਤੇ ਹੀ ਕਿਤੇ ਕਨਕਲੂਜਨ ਤੇ ਪਹੁੰਚਾਂਗੇ ਨਿੱਤੇ ਗੱਲਾਂ ਦਾ ਖੜਾ ਬਨੇਗਾ ਇਤੇ ਗੱਲਾਂ ਦਾ ਖੜਾ ਬਣੂਗਾ ਜਿਹੜਾ ਬੰਦੇ ਤੁਸੀਂ ਕਹਿੰਦੇ ਹੋ ਵੱਡੀਆਂ ਵੱਡੀਆਂ ਕੰਪਨੀ ਦੇ ਆਪਾਂ ਤੇ ਇਹ ਬੰਦਿਆਂ ਦੀ ਗੱਲ ਕਰ ਰਹੇ ਹਾਂ ਜਿਹੜੇ ਅੱਜ 18 20 22 25 ਸਾਲ ਦੇ ਮੁੰਡੇ ਕੁੜੀਆਂ ਨੇ ਇਹਨਾਂ ਦੇ ਬਾਹਰ ਜਾਣਦਾ ਹੈ ਲੋਡ ਹੈ ਮਜਬੂਰੀ ਹੈ ਫੈਸ਼ਨ ਹੈ ਅਲੱਗ-ਅਲੱਗ ਹੈ ਇਹ ਆਪਣੇ ਆਪ ਨੂੰ ਪੁੱਛਣਾ ਕਿ ਵੀ ਮੈਂ ਕਿਉਂ ਜਾ ਰਿਹਾ ਹਾਂ ਵਾਈ ਲੋਕਾਂ ਨੂੰ ਨਹੀਂ ਪਤਾ ਹਜੇ ਕਿਸੇ ਦਾ ਕਿਸੇ ਦਾ ਦਿਲ ਟੁੱਟ ਗਿਆ ਉਹ ਬਾਹਰ ਜਾਣਾ ਜਾਂਦਾ ਕਿਸੇ ਦਾ ਘਰ ਚ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਬੰਦੇ ਨੂੰ ਜਦੋਂ ਘਰੋਂ ਰਿਸਪੌਂਸ ਨਹੀਂ ਮਿਲਦਾ ਉਹ ਇਸ ਕਰਕੇ ਵੀ ਬਾਹਰ ਜਾਣਾ ਜਾਂਦਾ ਕਿ ਮੈਂ ਦੁਨੀਆ ਤੋਂ ਦੂਰ ਹੋਣਾ ਚਾਹਨਾ ਇਹ ਵੀ ਬੜਾ ਮੇਜਰ ਰੀਜ਼ਨ ਆ ਉਹ ਟੈਂਪਰੇਰੀ ਆ ਗਿਆ ਨਾ ਕਿਸੇ ਵੇਲੇ ਪਿਆਰ ਨਾਲ ਬੈਠ ਕੇ ਨਹੀਂ ਦੂਰ ਰਹਿ ਕੇ ਜ਼ਿਆਦਾ ਬਣ ਜਾਂਦਾ ਗੁੱਡ ਸਟੈਪ ਜ਼ਰੂਰ ਜਾਓ ਜਾਓ ਥੋੜੀ ਦੇਰ ਰਹੋ 2 ਸਾਲ 4 ਸਾਲ ਕੀ ਪਤਾ ਦੂਰੀਆਂ ਪਿਆਰ ਫੇਰ ਬਣਾ ਦੇਣ ਰਿਸ਼ਤੇ ਚ ਬਾਉਂਡੇਸ਼ਨ ਫੇਰ ਹੋ ਜੇ ਕਮਬੈਕ ਨਾ ਵਾਟ ਇਸ ਹੂ ਇਸ ਸਟਾਪਿੰਗ ਯੂ ਮੈਂ ਮੈਲਬਨ ਇੱਕ ਮੁੰਡੇ ਨੂੰ ਮਿਲਿਆ ਪੂਰੀ ਪੂਰੀ ਫੈਮਿਲੀ ਦੀ ਡੈਥ ਹੋ ਗਈ ਹੋਈ ਹੈ ਮਤਲਬ ਹੀ ਇਜ਼ ਅ ਓਨਲੀ ਐਂਡ ਦਾ ਲਾਸਟ ਲਿਵਿੰਗ ਚਾਈਲਡ ਇਨ ਦਾ ਫੈਮਿਲੀ ਇੰਨਾ ਇੰਟੈਲੀਜੈਂਟ ਮੁੰਡਾ ਹੈ ਇੰਨਾ ਇੰਟੈਲੀਜੈਂਟ ਮੁੰਡਾ ਹੈ ਮਤਲਬ ਉਹਨੀਆਂ ਕੁਆਲੀਫਿਕੇਸ਼ਨ ਸ਼ਾਇਦ ਮੈਂ ਬਾਈ ਹਾਰਟ ਦਾ ਸੀ ਨਹੀਂ ਸਕਦਾ ਕਿ ਜਿੰਨੀਆਂ ਉਹਨੇ ਕਰ ਚੁੱਕਾ ਹੈ ਐਂਡ ਉਹ ਮੈਨੂੰ ਮਿਲਿਆ ਕਹਿੰਦਾ ਮੈਂ ਬੱਚਾ ਸੀ ਜਦੋਂ ਮੈਂ ਤੁਹਾਨੂੰ ਸੁਣਦਾ ਹੁੰਦਾ ਸੀ ਤੇ ਉਹ ਮੇਰੀ ਸਨੈਪਚੈਟ ਤੇ ਉਹਨੇ ਮੈਨੂੰ ਦੇਖਿਆ ਤੇ ਉਹ ਮੈਂ ਇੱਕ ਦਿਨ ਮੈਲਬਨ ਤੁਰਿਆ ਜਾ ਰਿਹਾ ਸੀ ਹੀ ਰੈਕਗਨਾਈਜ਼ ਕੀਤਾ ਮੈਨੂੰ ਤਰ ਤੱਕ ਕੋਈ ਬੀਜੇ ਪੂਜੇ ਦਾ ਕੰਮ ਨਹੀਂ ਕਹਿੰਦਾ ਮੈਂ ਉਹ ਇੰਡੀਆ ਸੀ ਉਦੋਂ ਸੁਣਿਆ ਤੁਹਾਨੂੰ ਇੱਕ ਵਾਰੀ ਇੱਥੇ ਜਦੋਂ ਆਇਆ ਮੈਂ ਜਿੰਨਾਂ ਕੋਲ ਆਇਆ ਉਹਨਾਂ ਨੇ ਤੁਹਾਡਾ ਨਾਮ ਲੇਤਾ ਤੇ ਕਹਿੰਦਾ ਥੈਨ ਆਈ ਸੋ ਯੂਰ ਵੀਡੀਓ ਥੈਨ ਕਹਿੰਦਾ ਮੈਂ ਜਦੋਂ ਤੁਸੀਂ ਮੈਲਬਨ ਇੱਥੇ ਤੁਰਦੇ ਪਏ ਹੀ ਤੇ ਮੈਂ ਰੈਕਗਨਾਈਜ਼ ਕੀਤਾ ਤੇ ਮੈਂ ਤੁਹਾਡਾ ਨੰਬਰ ਐਕਸਚੇਂਜ ਕੀਤਾ ਫਿਰ ਮੈਂ ਕਿਹਾ ਮੈਂ ਨੈਕਸਟ ਟਾਈਮ ਆਵਾਂਗਾ ਜਦੋਂ ਮੈਂ ਰਕੀ ਗਿਆ ਜੁਲਾਈ ਚ ਇਟ ਟੁਕ ਮੀ ਆਊਟ ਫॉर ਅ ਡਿਨਰ ਐਂਡ ਉਹਨੇ ਆਪਣਾ ਸਾਰਾ ਦਿਲ ਸ਼ੇਅਰ ਕੀਤਾ ਮਤਲਬ ਆਈ ਵਾਂਟਿਡ ਟੂ ਮਤਲਬ ਨਾ ਆਈ ਯਾਰ ਤੂੰ ਮਤਲਬ ਜ਼ਿੰਦਗੀ 'ਚ ਮੈਨੂੰ ਪੱਕਾ ਪਤਾ ਹੈ ਕਿ ਦੁਬਾਰਾ ਮਿਲੇਗਾ ਐਂਡ ਉਹ ਕੋਈ ਬਲਾ ਬਣ ਕੇ ਨਿਕਲੇਗਾ ਹੁਣ ਉਰਗੁਲ ਦੇ ਇੱਥੇ ਕੋਈ ਆਪਸ਼ਨ ਹੀ ਨਹੀਂ ਨਾ ਉਹ ਪਸੰਦੀ ਹੀ ਡੋਨਟ ਹੈਵ ਐਨੀ ਫੈਮਿਲੀ ਹੁਣ ਤੇ ਉਹਨੂੰ ਆਪਣੀ ਫੈਮਿਲੀ ਦੁਬਾਰਾ ਕ੍ਰੀਏਟ ਕਰਨੀ ਹੈ ਐਂਡ ਹੀ ਸੋ ਵਾਂਟਿਡ ਟੂ ਗੈਟ ਇਨਟੂ ਦ ਪੋਲਿਟਿਕਸ ਇੰਨਾ ਕ ਜਿਆਦਾ ਇੰਟੈਲੈਕਚੁਅਲ ਬੰਦਾ ਸੀਗਾ ਸੋ ਮਜਬੂਰੀ ਲੋਡ ਫੈਸ਼ਨ ਦੂਸਰਾ ਡਿਜ਼ਾਸਟਰ ਜਿਹੜਾ ਹੁੰਦਾ ਉਹ ਕੀ ਹੁੰਦਾ सा दिमाग च कुछ हो रबान से कुछ हो रही पॉडकास्ट चालू किया मैं एक वर्ड गए रोज सवेरे उठ के ना एक अरदास कर शुकराना कि मेरा मालिक मेरे, माल मेरे दिमाग और जबान तिराजमान रहे हो आ दो चीजा का कनैक्शन बहुत जरूरी है लोगों के दिमाग च कुछ है बोल कुछ रहे है। कर कुछ रहे एंड दैन च अपनी जिंदगी कट दें अज के जे अठार भी साल दे बच्चे है बच्चे ही कह गलती करते हैं ना दे टेक द कि आई क्रिएटेड दिस मैं है दिम्मेवार दे ब्लेम अदर्स कि जे मैं इतने हारे हार और वजह तू है कोई होर नहीं ਔਰ ਇਕ ਨਿਕਨੇ ਕੇਸਿਸ ਹੈ ਮੇਰੇ ਕੋ ਇਦਾਂ ਆਈ ਐਗਰੀ ਕਿੰਨੇ ਹੀ ਕੇਸਿਸ ਹੈ ਉੱਥੇ ਪਰਵਰਿਸ਼ ਦਾ ਬਹੁਤ ਵੱਡਾ ਰੋਲ ਆਇੰਦਾ ਦਿਮਾਗ ਔਰ ਜ਼ੁਬਾਨ ਦਾ ਕਨੈਕਸ਼ਨ ਸਾਡੇ ਕੋ ਬੰਦੇ ਆਂਦੇ ਮੈਂ ਕਾਗਜ਼ ਦੇਖਦਾ ਕੀ ਕਰਨਾ ਭਾਜੀ ਪੜਨ ਨਹੀਂ ਜਾਣਾ ਭਾਜੀ ਇਹ 40% ਨੰਬਰ ਹੈ ਕਈ ਤੇ ਲੋਕੀ ਐਡ ਕਰਦੇ ਆ ਜੋ ਜੀ 33% ਨੰਬਰ ਮਤਲਬ ਵਾਟ ਯੂ ਆ ਰਾਈਂਗ ਟੂ ਡੂ ਕਿ ਥੈਟ ਯੂ ਆ ਗੁੱਡ ਫੋਰ ਨਾਥਿੰਗ ओके वी विल सेंड यू ਅਨ ਕਈ ਲੋਕ ਤੇ ਵੀ ਕਹਿੰਦੇ ਉਹ ਅਸੀਂ ਫ੍ਰੀ ਭੇਜਾਂਗੇ ਜੀ ਵੀ ਆਰ ਡੂਇੰਗ ਦਾ ਚੈਰਿਟੀ ਇਹਦੇ ਬਾਰੇ ਮੈਂ ਆਣਾ ਹੀ ਸੀਗਾ ਕਿ ਇਹ ਕਿਦਾਂ ਵੀ ਆਰ ਡੂਇੰਗ ਦਾ ਚੈਰਿਟੀ ਗ੍ਰੇਟ ਇਹ ਕੀ ਹੈ ਬਈ ਇਟਸ ਅ ਨੈਗੇਟਿਵ ਮਾਰਕੀਟਿੰਗ ਸਟ੍ਰੈਟਜੀ ਇਹ ਸਮਝਣਾ ਹੈ ਬਾਈ ਕਿ ਪਹਿਲਾਂ ਤਾਂ ਮੈਂ ਸੁਣਦਾ ਹੁੰਦਾ ਕਿ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਹੁਣ ਮੈਂ ਇਹ ਵੀ ਸੁਣ ਰਿਹਾ ਮਾਰਕੀਟ ਚੋਂ ਉਹ ਅੱਜ ਦਾ ਨਹੀਂ ਉਹ ਇੱਕ ਉਹਨੂੰ ਮਾਰਕੀਟਿੰਗ ਕਰ ਦਿੱਤਾ ਗਿਆ ਬਾਈ ਅਸਲ 'ਚ ਪ੍ਰੋਫਿਟ ਕੀ ਹੁੰਦਾ ਇਹਨਾਂ ਦਾ ਬਾਹਰ ਭੇਜਣ ਤੋਂ ਪਹਿਲਾਂ 8 ਲੱਖ ਰੁਪਏ ਲੱਗਣਾ ਇਹ ਕੀ ਆ ਰਿਹਾ ਹੁੰਦਾ ਸੋ ਸਟੱਡੀ ਤੇ ਜਾਣਾ ਜੀ ਹੂੰ ਇਹ ਤੇਰੇ 33% ਨੰਬਰ ਹੈ ਇਹ 40% ਨੰਬਰ ਹੈ ਤੂੰ ਇੱਥੇ ਪੜ ਲੈ ਯਾਰ ਇਤੋਂ ਨਹੀਂ 12ਵੀਂ ਦੇ ਬੀਸਤੇ ਪੰਜਾਬ ਬੋਰਡ ਦੀ 12ਵੀਂ ਦੇ ਬੀਸਤੇ ਤੈਨੂੰ ਵਰਲਡ ਦੀ ਕੋਈ ਵੀ ਯੂਨੀਵਰਸਿਟੀ ਲੈ ਰਹੀ ਹੈ ਇੱਕ ਮੈਡੀਕਲ ਸਬਜੈਕਟ ਛੱਡ ਕੇ ਇਰਤੋਂ ਵਧੀਆ ਬੜੇ ਕਿੱਥੇ ਹੋ ਸਕਦੀ ਹੈ ਇੱਥੇ ਸਾਨੂੰ ਸਟਰੀਟ 스마트 ਬਣਾਇਆ ਜਾ ਰਿਹਾ ਹੈ ਭਾਜੀ ਕੰਮ ਹੀ ਕਰਨਾ ਤੈਨੂੰ ਵਾਇਦਾ ਹੈ ਯੂ ਆਰ ਨਾਟ ਅਪਲਾਈਂਗ ਔਨ ਅ ਵਰਕ ਪਰਮਿਟ ਬਹੁਤ ਬਿਲਕੁਲ ਸਹੀ ਪੁਆਇੰਟ ਹੈ ਬਈ ਤੁਸੀਂ ਅੱਜ ਕੈਨੇਡਾ ਪੜਨ ਲਈ ਜਾਂਦੇ ਹੋ ਤੇ 20 ਲੱਖ ਰੁਪਏ ਖਰਚੇ ਜਾਂਦੇ ਹੋ ਦੋਆਂ ਸਾਲਾਂ ਦੀ 20 20000 ਡਾਲਰ ਹੋਗੀ 40000 ਡਾਲਰ ਮਲਟੀਪਲਾਈ ਬਾਈ 60 ਕਰ ਲਓ 24 ਲੱਖ 10000 ਦਾ ਜੀਆਈਸੀ ਪਰ ਦਿਓ 30 ਲੱਖ ਰੁਪਏ ਹੋ ਗਿਆ 5 ਲੱਖ ਰੁਪਏ ਹੋਰ ਉੱਤੇ ਖਰਚਾ ਲਾ ਲਓ 35 36 ਲੱਖ ਰੁਪਏ ਨੂੰ ਤੁਸੀਂ ਪੈ ਜਾਂਦੇ ਹੋ ਠੀਕ ਹੈ ਦੋ ਸਾਲ ਪੜਾਈ ਕਰਦੇ ਹੋ ਹੁਣ ਉਹ ਦੋ ਸਾਲਾਂ ਚ ਬਹੁਤ ਉੱਪਰ ਥੱਲੇ ਰੋਟੀ ਵੀ ਖਾਓਗੇ ਚਲੋ ਰੋਟੀ ਦਾ ਤੇ 10000 ਡਾਲਰ ਆ ਗਿਆ ਸ਼ਾਪਿੰਗ ਕਰੋਗੇ ਮਾੜਾ ਮੋਟਾ ਕਿਤੇ ਪਾਰਟੀ ਵੀ ਕਰੋਗੇ ਇੱਕਦਾਂ ਇੰਡੀਆ ਗੇੜਾ ਵੀ ਲੱਗੂਗਾ ਕੋਈ ਘਰ ਆ ਰਹੇ ਹੋ ਤਾਂ ਘਰ ਦੇ ਵਾਸਤੇ ਕੁਝ ਲੈ ਕੇ ਆਓ ਬਿਲਕੁਲ ਉਹ ਮਾੜਾ ਮੋਟਾ ਉੱਥੇ ਕਮਾਉਗੇ ਵੀ ਇਹ ਸਾਰੀਆਂ ਚੀਜ਼ਾਂ ਕਾਊਂਟ ਕਰ ਲਓ 2 ਸਾਲ ਦੀ ਪੜ੍ਹਾਈ ਖਤਮ ਕਰਕੇ ਤੁਸੀਂ ਪੜ੍ਹਾਈ ਉੱਥੇ ਕੀਤੀ bizness management international business management ਬਹੁਤ ਵਧੀਆ financial management biology ਉਹ biomedical sciences ਬੜੇ ਓਕੇ ਓਕੇ ਦੇ ਨਾਮ ਜਿਹੜੇ ਬੋਲੇ ਵੀ ਨਹੀਂ ਆਉਂਦੇ ਲੋਕਾਂ ਨੂੰ ਮਤਲਬ ਉਹ ਕੋਰਸ ਕਰਦੇ ਆ ਆਈਟੀ ਟੈਕਨੀਸ਼ੀਅਨ ਓਕੇ ਜੀ ਫੇਰ ਕੀ ਕਰਨਾ ਜੀ ਹੂੰ ਇੱਥੋਂ ਕੀਤਾ ਹੁਣ ਅੱਗੇ ਕੀ ਵਰਕ ਪਰਮਿਟ ਮਿਲ ਲੈਂਦੇ ਆ ਵਰਕ ਪਰਮਿਟ ਮਿਲ ਲਿਆ ਭਾਜੀ ਟਰਾਲੇ ਦਾ ਲਸਣ ਕਿੱਦਾ ਬੰਨਣਾ ਮੇਰਾ ਦਿਲ ਕਰਦਾ ਦੋ ਕੰਨਾਂ ਤੇ ਰੈਪਟੇ ਜੜਾ ਕਿ ਪਿਓ ਦਾ 40000 ਡਾਲਰ ਬਰਬਾਦ ਕਿਉਂ ਕਰਾਈ ਤੇ ਟਰਾਲਾ ਹੀ ਚਲਾਉਣਾ ਸੀ ਉਹਦੇ ਲਈ ਤਾਂ ਕੋਈ ਕੋਰਸ ਦੀ ਲੋੜ ਨਹੀਂ ਸੀ ਭਰਾਵਾ ਤੂੰ ਪ੍ਰਾਈਵੇਟ ਕਾਲਜ ਪੜ ਲੈਂਦਾ ਆ ਜਿਹੜੇ ਪੈਸੇ ਪੂਜੇ ਉਹ 2 ਸਾਲ ਤੂੰ ਕਮਾਈ ਕਰ ਲੈਣੀ ਸੀ ਹੂੰ ਆ ਵਰਕ ਪਰਮਿਟ ਵਾਸਤੇ ਤੂੰ ਚਾਲੀ ਹਜ਼ਾਰ ਡਾਲਰ ਖਰਚਿਆ ਔਰ ਦੋ 40 ਹਜ਼ਾਰ ਚਲ ਖਰਚਿਆ ਖਰਚਿਆ ਦੋ ਸਾਲ ਜ਼ਿੰਦਗੀ ਦੇ ਬਰਬਾਦ ਕਰਤੇ ਹੂੰ ਔਰ ਉਹਨਾਂ ਤੇ ਨੂੰ ਕੋਈ ਫਾਇਦਾ ਨਹੀਂ ਦੈਟਸ ਅ ਪੀਸ ਆਫ ਅ ਟਾਇਲਟ ਪੇਪਰ ਉਹ ਡਿਪਲੋਮੇ ਦੀ ਵੈਲਿਊ ਸਿਰਫ ਵਰਕ ਪਰਮਿਟ ਹੈ ਇਹੀ ਮਤਲਬ ਹੈ ਤੇ ਯਾਰ ਫਿਰ ਉਹ EMPLOER ਮੜਾ ਯਾਰ ਤੀ ਯਾਰ ਬੀ ਯਾਰ ਵੀ ਵੀ ਯਾਰ ਦੀ ਤੋ ਨੂੰ LMIA ਵੀ ਦੇ ਦੂਗਾ ਘਟੋ ਘਟ ਤੂੰ ਦੋ ਸਾਲ ਪ੍ਰਾਈਵੇਟ ਕਾਲਜ ਪੜ੍ਹ ਲਾ ਉਹ ਉਹ ਵੀ ਪੀਸ ਆਫ ਟਾਇਲਟ ਪੇਪਰ ਹੈ ਤੇ ਵੀ ਪੀਸ ਆਫ ਟਾਇਲਟ ਪੇਪਰ ਹੈ ਨਾ ਹਾਂ ਉਹ ਥੋੜਾ ਜਿਹਾ ਪੋਲਾ ਹੈ ਇਹ ਥੋੜਾ ਜਿਹਾ ਸਖਤ ਹੈ ਕਿਉਂਕਿ ਇਹ ਚ ਵਰਕ ਪਰਮਿਟ ਨਹੀਂ ਮਿਲਣਾ ਤੇ ਪਬਲਿਕ ਕਾਲਜ ਵਰਕ ਪਰਮਿਟ ਮਿਲ ਜਾਣਾ আচ্ছা ਵਰਕ ਪਰਮਿਟ ਮਿਲ ਗਿਆ ਫੇਰ ਉਹ ਜੀ ਹੁਣ ਪੀਆਰ ਨਹੀਂ ਹੋਰੀ ਪੁਆਇੰਟ ਵਧ ਗਏ আচ্ছা ਫੇਰ ਉਹ ਜੀ ਹੁਣ 20 ਡਾਲਰ ਦੇ ਕੇ ਜੀ ਜੋਬ ਚਲਾ ਲਓ ਉਤੋਂ ਇੰਡੀਆ ਤੋਂ ਫੇਰ ਕੋਈ ਅਨਮੋਲ ਵਰਗਾ ਸਿਆਣਾ ਜਾਂਦਾ ਸਿੱਧਾ ਇੱਠਾ ਵਰਕ ਪਰਮਿਟ ਤੇ ਉਹ ਕਹਿੰਦਾ ਮੈਂ 12ਵੀਂ ਤੋਂ ਬਾਅਦ ਜਾਣਾ ਹੀ ਕੰਮ ਕਰਨ ਨਹੀਂ ਜਾਣਾ ਤੇ 1 ਸਾਲ ਮੈਂ ਆਇਲਸ ਕੋਚਿੰਗ ਸੈਂਟਰ ਚ ਜੋ ਮੱਥਾ ਮਾਰਨਾ ਸੀ ਉੱਥੇ ਜੋ ਮੈਂ ਆਪਣੀ ਆਜ਼ਾਦੀ ਦੇ ਰੰਗ ਰੂਪ ਆਪਣੇ ਬਹਾਣੇ ਸੀ ਤੇ ਮੈਂ ਸਾਲ ਕਿਤੇ ਰਿਸੈਪਸ਼ਨ ਤੇ ਨੌਕਰੀ ਕਰ ਲਈ ਐ ਤੇ ਐਜ਼ ਅ ਫਰੰਟ ਆਫਿਸ ਐਡਮਿਨਿਸਟ੍ਰੇਟਰ ਮੈਂ ਬਾਹਰ ਵਰਕ ਪਰਮਿਟ ਤੇ ਆ ਗਿਆ ਉਹ ਜਿੰਨਾ ਪੜ੍ਹਾਈ ਤੇ ਖਰਚਾ ਆਣਾ ਸੀ ਦੋਆਂ ਸਾਲਾਂ ਚ ਉਰ ਤੋਂ ਅੱਧਾ ਖਰਚਾ ਆਇਆ ਦੋ ਸਾਲ ਬਚਾ ਲੇ ਤੇ ਅਗਲੇ ਸਾਲ ਪੀਆਰ ਹੋ ਜਾਊਗਾ ਦਿਮਾਗ ਔਰ ਜ਼ੁਬਾਨ ਦਾ ਕਨੈਕਸ਼ਨ ਇਹ ਬਹੁਤ ਜ਼ਰੂਰੀ ਹੈ ਵਾਟ ਯੂ ਵਾਂਟ ਟੂ ਡੂ ਐਂਡ ਵਾਈ ਵਾਈ ਆਪਣੇ ਆਪ ਨੂੰ ਪੁੱਛਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਆਪਣੇ ਆਪ ਨੂੰ ਤੁਸੀਂ ਵਾਈ ਨਹੀਂ ਪੁੱਛੋਗੇ ਕਾਮਯਾਬ ਨਹੀਂ ਹੋ ਸਕਦੇ ਨਹੀਂ ਹੋ ਸਕਦੇ ਕਿਉਂਕਿ ਦਿਮਾਗ ਚ ਕੁਛ ਹੈ ਕਰ ਕੁਛ ਰਹੇ ਹੋ ਕਾਮਯਾਬ ਨਹੀਂ ਹੋ ਸਕਦੇ ਦੂਜੇ ਤਰੀਕੇ ਦੇ ਲੋਕ ਮੈਂ ਦੇਖਦਾ ਉਹ ਆਪਣੇ ਮੈਂ ਇਹ ਫਰੈਂਡ ਸਰਕਲ ਚ ਗੱਲਾਂ ਕਰਦਾ ਆਪ ਨਹੀਂ ਕਾਮਯਾਬ ਬਟ ਹਰ ਬੰਦੇ ਨੂੰ ਦੇਖ ਕੇ ਕਹਿਣਗੇ ਹਨ ਮੁੱਲ ਮੈਨੂੰ ਪਤਾ ਕਿੰਨੀਆਂ ਠੱਗੀਆਂ ਮਾਰਦਾ ਮੈਨੂੰ ਪਤਾ ਇਹ ਕੋ ਕਿੱਥੋਂ ਪੈਸੇ ਆਉਂਦੇ ਆ ਮੈਨੂੰ ਪਤਾ ਇਹਨੇ ਹਾਕੜ ਦੀ ਜਕੜ ਕਿੱਥੋਂ ਪਾਈ ਉਹ ਜਾ ਪੱਟੀ ਉਹ ਕਹੀ ਦੇ ਲਿਖ ਦਿੰਦੇ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚਲੀ ਠੱਗੀ ਮਾਰੀ ਪੈਸੇ ਬੋਕ ਮਾਰੇ ਮਤਲਬ ਜਿਨੇ ਪੈ ਕਮਾਰੇ ਉਹ ਚੋਰ ਹੋ ਗਿਆ ਅੱਛਾ ਉਹ ਇਹ ਚੋਰ ਹੈ ਇਹ ਠੱਗ ਹੈ ਆ ਫਲਾਣਾ ਆਈਟਮ ਕਾਣਾ ਓਕੇ ਗੁੱਡ ਬਟ ਬਾਜੀ ਉਹ ਸਕਸੈਸਫੁਲ ਹੈ ਤੁਸੀਂ ਉਹ ਆ ਇਦਾਂ ਦੀ ਸਕਸੈਸ ਨਹੀਂ ਚਾਹੀਦੀ ਆਪਾਂ ਬਹੁਤ ਖੁਸ਼ ਆ ਪੰਜ ਕੇ ਦਿਨ ਬਾਅਦ ਉਹੀ ਬੰਦਾ ਫੇਰ ਦੁਬਾਰਾ ਯਾਰ ਜ਼ਿੰਦਗੀ ਚ ਜੁਸ਼ ਕਰਨਾ ਯਾਰ ਟੋਟ ਬਣਾਇਆ ਹੋਇਆ ਉਹਨਾਂ ਨੇ ਸਕਸੈਸਫੁਲ ਦੀ ਡੈਫੀਨੀਸ਼ਨ ਆਪਣੇ ਲਈ ਬਣਾਈ ਹੋਈ ਮਤਲਬ ਇਟਸ ਲਾਈਕ ਮੈਂ ਇਹ ਸੋਚਦਾ ਨਾ ਕਿ ਕਿੰਨੇ ਬੈਗੇਜ ਨੂੰ ਕੈਰੀ ਕਰਦੇ ਪਿਓ ਯਾਰ ਤੁਸੀਂ ਆਪਣੇ ਦਿਮਾਗ ਚ ਮਤਲਬ ਫੇਸ ਤੇ ਉਹ ਸ਼ਾਈਨ ਹੀ ਨਹੀਂ ਹੈ ਉਹ ਚਮਕ ਹੀ ਨਹੀਂ ਹੈ ਪੁੱਛ ਲਓ ਕਿਦਾਂ ਭਰਾ ਠੀਕ ਹੋਰ ਕਿਵੇਂ ਦਿਨ ओके कृपा महाराज दी अंदरੋਂ ਭਾਵੇਂ ਕੁੜਦੇ ਹੋਣ ਬੋਲ ਕੇ ਰਾਜ ਨਹੀਂ ਕਿ ਭਰਾ ਮੇਰੀ ਜਾਨ ਨਿਕਲ ਚਲੀ ਬਚਾਲਾ ਕੀ ਬਾਤ ਹੈ ਯਾਰ ਉਹ ਬੰਦੇ ਦੇ ਅੰਦਰ ਘਰੋਂ ਬੇਬੇ ਨੂੰ ਮਤਲਬ ਲੜ ਕੇ ਆਇਆ ਹੋਊਗਾ ਮਜ਼ਾ ਆ ਗਿਆ ਭਾਈ ਜਨਾਨੀ ਨੂੰ ਕਹਿ ਕੇ ਆਇਆ ਹੋਊਗਾ ਚੰਗਾ ਹੋਵੇ ਮੈਂ ਘਰੇ ਬੜਾ ਹੀ ਨਾ ਉਹਨੂੰ ਬਾਰੇ ਹਲੋ ਸਰ ਕਿਦਾਂ ਜੀ ਉਹ ਬਹੁਤ ਵਧੀਆ ਮੇਰਾ ਭਰਾ ਤੂੰ ਸਨਾ ਚੜਦੀ ਗਲਾ ਓਛਾ ਫੇਰ ਬਾਬਾ ਵੀ ਸੁਣਦਾ ਪਿਆ ਕਹਿੰਦਾ ਫੇਰ ਇਹਦੀ ਇਦਾਂ ਹੀ ਚੜਦੀ ਗੱਲਾ ਤੇ ਫੇਰ ਇਦਾਂ ਹੀ ਰੱਖੀਏ ਬਈ ਬਹੁਤ ਸੋਹਣੀ ਆ ਤੁਸੀਂ ਯਾਰ ਇਹ ਬੜੀਆ ਡੀਪ ਮੀਨਿੰਗ ਗੱਲਾਂ ਕਰਦਾ ਕਿਉਂਕਿ ਨੇਚਰ ਨੂੰ ਵਰਡ ਦੇ ਰਿਹਾ ਨਾ ਜੋ ਨੇਚਰ ਚ ਵਰਡ ਦੇ ਰਿਹਾ ਉਹਨੇ ਕਮਕਿਆਣਾ ਮੈਂ ਹਮੇਸ਼ਾ ਨਹੀਂ ਤੁ ਯੋਰ ਵਰਡਸ ਮੇਕ ਯੋਰ ਵਰਲਡ ਤੁਹਾਡੇ ਸ਼ਬਦ ਤੁਹਾਡੀ ਦੁਨੀਆ ਬਣਾਉਂਦੇ ਆ ਤੁਸੀਂ ਕੀ ਬੋਲਦੇ ਹੋ ਦੁਨੀਆ ਉਦਾਂ ਹੀ ਜਾਣਦੀ ਹੈ ਪਾਜੀ ਮੈਂ 2 ਵਜੇ ਪਹੁੰਚ ਜਾਊਂਗਾ ਮੈਂ 5 ਮਿੰਟ ਘੜ ਦੋਤੇ ਆ ਗਿਆ ਉਹ ਯਾਰ ਇੰਨੇ ਜੇ ਦੋ ਕਿਹਾ ਤੇ ਦੋ ਆ ਜੂਗਾ ਭਾਈ ਮੈਂ ਦੋਵੇ ਪਹੁੰਚ ਜਾਊਗਾ ਅਜਾ ਇੰਨੇ ਦੋਵੇ ਕਿਹਾ ਇਹ 2:30 ਵਜੇ ਮੰਨ ਕੇ ਚੱਲ ਥਿਸ ਇਜ਼ ਹਾਊ ਪੀਪਲ ਸੀ ਯੂ ਅਕਰੈਂਸ ਹੂੰ ਉਹ ਫਿਲਟਰਸ ਆਟੋਮੈਟਿਕਲੀ ਲੱਗਦੇ ਹਨ ਬੱਚੇ ਨੂੰ ਹੀ ਕਹੀਦਾ ਯਾਰ ਇਹ ਬੜੀਆਂ ਸਿੱਧੀਆਂ ਗੱਲਾਂ ਕਰਦਾ ਫਿਲਟਰ ਨਹੀਂ ਗੇ ਬੱਚੇ ਦੇ ਉਹਨਾਂ ਜਿੱਦਾਂ ਹੀ ਪੁੱਛ ਲੈਣਾ ਇਹ ਚੋਰੀ ਕੀ ਹੈ ਇਹ ਆਪਣੀ ਹੈ ਬਾਈ ਮੈਨੂੰ ਉਹ ਸਵਾਲ ਦਾ ਦੱਸੋ ਜਿਹੜਾ ਕਹਿੰਦੇ ਨੇ ਕਿ ਨਾ ਪੈਸੇ ਵੀਜ਼ਾ ਲੱਗਣ ਤੋਂ ਪਹਿਲਾਂ ਨਾ ਬਾਅਦ ਚੋਂ ਇਹਦੇ ਪਿੱਛੇ ਕੀ ਥਿਉਰੀ ਆ ਯਾਰ ਮੈਨੂੰ ਨਹੀਂ ਪਤਾ ਉਹ ਦੂਜਾ ਕੋਈ ਅਨਮੋਲਕ ਬਤਰਾ ਆ ਗਿਆ ਹੋਊਗਾ ਕਿ ਭਰਾਵਾ ਆਈ ਤੇ ਸਿੱਧੇ ਤੁਹਾਨੂੰ ਖਰਾ ਦੇਣਿਆ ਕਿ ਵੀ ਜਿੰਨੇ ਭੇਜ ਲਾਣੇ ਇਹਨਾਂ ਨੂੰ ਦੀ ਦੇ ਦੇ ਪਿੱਛੇ ਜੀ ਸਾਨੂੰ ਕਮਿਸ਼ਨ ਕੋਈ ਨਹੀਂ ਇਹਦੇ ਪਿੱਛੇ ਕੋਈ ਕੋਈ ਤਾਂ ਲੌਜੀਕ ਹੋਏਗਾ ਕੋਈ ਲੌਜੀਕ ਨਹੀਂ ਹੈ ਰੇ ਵਿੱਚ ਸਿਰਫ ਇਹ ਮਾਰਕੀਟਿੰਗ ਹੈ ਕਿਉਂਕਿ ਬੇਸਿਕਲੀ ਕੀ ਹੈ ਕਈ ਲੋਕਾਂ ਦਾ ਇਦਾਂ ਮੰਨਣਾ ਹੈ ਕਿ ਸਾਡੇ ਦਫ਼ਤਰਾਂ ਚ ਰਸ਼ ਲੱਗਾ ਰਹੇਗਾ ਨਾ ਇਮੀਗ੍ਰੇਸ਼ਨ ਦਾ ਦਫ਼ਤਰ ਹੈ ਜੇ ਤੇ ਵੀ ਬੰਦੇ ਬੈਠੇ ਹੋਣਗੇ ਦੇਊਗਾ ਕਿ ਉਹ ਕੰਮ ਇੱਥੋਂ ਦੇ ਆ। ਹੂੰ। ਭਾਵੇਂ ਉਹਨਾਂ ਨੂੰ ਵਾਪਸ ਹੀ ਮੋੜਨਾ। ਹੂੰ। ਇਹ ਇੱਥੇ ਵਾਰੀ ਨਹੀਂ ਆਂਦੀ ਵੀ 3 ਘੰਟੇ ਬਾਅਦ ਵਾਰੀ ਆਈ। ਉਹ ਬੰਦੇ ਦੀ ਜਿੰਨੇ ਮਲੇਰ ਕੋਟਲੇ ਤੋਂ ਚੱਲ ਕੇ ਚੰਡੀਗੜ੍ਹ ਗਿਆ ਵਿਚਾਰਾ। ਸਵੇਰੇ 4:00 ਵੇ ਦਾ ਉੱਠਿਆ। ਉਹਨੇ ਉੱਥੇ ਜਾ ਕੇ ਦਫ਼ਤਰ 3 ਘੰਟੇ ਬੀਟ ਕੀਤੀ ਉਹਨੂੰ ਟੋਕਨ ਮਿਲਿਆ। ਟੋਕਨ ਮਿਲਣ ਤੋਂ ਬਾਅਦ ਉਰੀ ਵਾਰੀ ਆਈ 3 ਘੰਟੇ ਬਾਅਦ। ਤੇ ਉਹ ਵਿਚਾਰਾ ਕੀ ਸਵਾਲ ਪੁੱਛੂਗਾ? ਉਹਨੇ ਕਿਹਾ ਰਹੀ ਮੇਰੇ ਆ ਪ੍ਰਮਾਤਮਾ ਮੇਰੇ ਬੱਚੇ ਦਾ ਕੇਸ ਲੈ ਲੈਣੇ ਅੱਜ। ਹੂੰ। ਤੇ ਬਈ ਜਿਹੜਾ ਪੰਜਾਬ ਚ ਪਿੱਛੇ ਮੁੱਦਾ ਚੱਲਿਆ ਸੀ ਤੁਹਾਨੂੰ ਪਤਾ ਜਦੋਂ ਏਜੰਟਾਂ ਨੇ ਪੈਸੇ ਕਿਸੇ ਦੇ ਰੱਖ ਲਏ ਕੋਈ ਭੱਜ ਗਏ ਕਿ ਜਿਵੇਂ ਕਿਸੇ ਦੇ ਪੈਸੇ ਲੈ ਲੈ ਜਾਲੀ ਵੀਜ਼ਾ ਲਵਾਤਾ ਤੇ ਅੱਜ ਕੱਲੋ ਬੜਾ ਚੱਲ ਰਿਹਾ ਓਦੋਂ ਤੋਂ ਲੋਕ ਬਚਣ ਕਿਵੇਂ ਲੋਕਾਂ ਨੂੰ ਇਹ ਕਿਵੇਂ ਪਤਾ ਲੱਗੇ ਕਿ ਉਹ ਕੀ ਕਰਨ ਉਹਨਾਂ ਇੱਕ ਬੱਚੇ ਨੇ ਬਾਹਰ ਜਾਣਾ ਸਪੋਜ਼ ਮੈਂ ਬਾਹਰ ਜਾਣਾ ਮੈਂ ਕਿਵੇਂ ਏਜੰਟ ਪਤਾ ਕਰਾਂ ਕਿ ਮੈਂ ਜਿਹਦੇ ਸਹੀ ਹੱਥਾਂ ਚ ਜਾਵਾਂ ਯਾਰ ਇਹਦਾ ਆਨਸਰ ਤੇ ਬੰਦੇ ਦੇ ਹਰ ਬੰਦਾ ਜਿਹੜਾ ਦੇਖ ਰਿਹਾ ਹੋਰੇ ਅੰਦਰ ਹੈ ਹਰ ਬੰਦੇ ਦੇ ਅੰਦਰ ਹੈ ਇੱਕ ਟਾਈਮ ਹੁੰਦਾ ਸੀ ਮਤਲਬ ਅਸੀਂ ਕਹਿੰਦੇ ਕਿ ਨਮੀ ਵਿਆਹੀ ਵੇਖਣ ਹਰ ਕੋਈ ਜਾਂਦਾ ਹੈ ਨਵਾਂ 9 ਦਿਨ ਪੁਰਾਣਾ 100 ਦਿਨ ਇਦਾਂ ਦੀ ਹਫ਼ਤਾ ਸਿਆਣਿਆਂ ਨੇ ਬਣਾਈ ਹੈ ਉਹ ਕਿਸੇ ਲੌਜੀਕ ਤੇ ਹੀ ਬਣਾਈ ਹੈ ਹੁਣ ਉਹਨੂੰ ਰੀਅਲ ਲਾਈਫ 'ਚ ਆਪਾਂ ਐਕਸਪੀਰੀਅੰਸ ਕਰੀਏ ਭਾਜੀ ਅੱਜ ਹਰ ਇਟ ਚੁੱਕੇ ਤੇ ਮੇਰੇ ਖਿਆਲ ਪੰਜਾਬ 'ਚ ਪਾਣ ਦੇ ਖੋਕੇ ਕੱਟਣ ਹੋਣਗੇ ਵੀਜ਼ਾ ਸ਼ਾਪਸ ਜਾਦੀਆਂ ਹੋਣਗੀਆਂ ਟਰੂਥ ਸੱਚ ਹੈ ਠੀਕ ਹੈ ਅਸੀਂ ਕਹਿੰਦੇ ਸੀ ਕਿ ਜੀ ਹਰ ਦੂਜਾ ਬੰਦਾ 90 90 ਚਲੋ ਮੈਂ ਜ਼ਿਆਦਾ ਕਹਿੰਦਾ ਮੇਰੇ ਖਿਆਲ 50 60% ਜਿਨ੍ਹਾਂ ਦੇ ਆਪਣੇ ਵੀਜ਼ਾ ਰਿਫਿਊਜ਼ ਹੋ ਗਏ ਮਲਟੀਪਲ ਟਾਈਮ ਰਿਫਿਊਜ਼ ਹੋ ਗਏ ਬੈਨ ਲੱਗ ਗਿਆ ਬਾਹਰ ਦੀਆਂ ਕੰਟਰੀਆਂ ਦੇ ਜਿਨ੍ਹਾਂ ਨੇ ਆਪਣੇ ਕਾਰੋਬਾਰਾਂ 'ਚ ਨੁਕਸਾਨ ਖਾਲੇ ਜਿਹੜੇ ਕੀ ਮਤਲਬ ਫੇਲਿਅਰ ਹੈ ਆਪਣੀ ਜ਼ਿੰਦਗੀ ਦੇ ਵਿੱਚ ਈਜ਼ੀ ਮਨੀ ਜਾਂ ਇੰਸ਼ੋਰੈਂਸ ਕੰਪਨੀ 'ਚ ਕੰਮ ਕਰਦੇ ਸੀ ਜਾਂ ਕਿਸੇ ਏਜੰਟ ਕੋਈ ਕੰਮ ਕਰਦੇ ਸੀ ਕੰਮ ਸਿੱਖ ਲਿਆ 60 70% ਉਹੀ ਜਨਤਾ ਹਮ ਆਪਣਾ ਦਫਤਰ ਖੋਲ ਕੇ ਬੈਠੀ ਹੁਣ ਇਹ ਦੱਸੋ ਮੈਨੂੰ ਸੁਣਿਆ ਆਈ ਐਮ ਨਾਟ ਸ਼ੋਰ ਤੁਹਾਡੇ ਫਾਦਰ ਸਾਹਿਬ ਦੀ ਫੈਕਟਰੀ ਹੈ ਰਾਈਟ ਓਕੇ ਇਦਾਂ ਦਾ ਕਿਹੜਾ ਕਾਰੋਬਾਰ ਹੈ ਅਨਮੋਲ ਆਪਣੇ ਫਾਦਰ ਸਾਹਿਬ ਨੂੰ ਪੁੱਛੋ ਕਿ ਜੇ 10 20 25 50 ਲੱਖ ਰੁਪਏ ਦੀ ਇਨਵੈਸਟਮੈਂਟ ਨਹੀਂ ਔਰ 5 ਸਾਲ ਤੱਕੇ ਨਹੀਂ ਕੋਈ ਵੀ ਨਹੀਂ ਸੱਕਾ ਮੇਰਾ ਸਟਰਗਲ ਹੈ ਬਿਲਕੁਲ ਹੈ ਭਾਜੀ ਇਮੀਗ੍ਰੇਸ਼ਨ ਕਰ ਲੈਣਾ ਅਨਮੋਲ ਇੱਕ ਟੇਬਲ ਲਾਣਾ ਕੁਰਸੀ ਲਾਣੀ ਇਦਾਂ ਦਾ ਹੀ ਕੈਮਰਾ ਚਾਹੀਦਾ। ਬਸ ਜੋ ਗੁਰਿੰਦਰ ਪੱਟੀ ਬੋਲ ਰਿਹਾ, ਜੋ ਚਾਰ ਪੰਜ ਪੁਰਾਣੇ ਪਲੇਅਰ ਬੋਲ ਰਿਹਾ, ਥੋੜਾ ਥੋੜਾ ਕਾਪੀ ਕਰ, ਉਹ ਸਟਾਈਲ ਕਾਪੀ ਕਰ ਤੇ ਕੰਟਰੋਲ ਸੀ ਕੰਟਰੋਲ ਵੀ ਮਾਰ ਦੇ। ਗਾ ਗਾਊਗਾ, ਤਿੰਨ ਕਾਉਂਸਲਰ ਰੱਖ ਲੋ। ਉਹ 15000 ਮੰਗਦੀ ਉਹਨੂੰ ਕੋ 30000 ਦਊਗਾ ਵੀ ਵੀ ਕੰਮ ਆਣਾ ਚਾਹੀਦਾ। ਅਨਮੋਲ ਸਰ ਨੇ ਨਹੀਂ ਮਿਲਣਾ। ਬਾਹਰ ਮੈਡਮ ਆਨੇ ਮਿਲਣਾ। ਉਹਨਾਂ ਨੂੰ ਤਨਖਾਹ ਜਾ ਰਹੀ ਹੈ। ਕਈਆਂ ਦੇ ਨਾਲ ਤੇ ਰੈਵਨਿਊ ਸ਼ੇਅਰਿੰਗ ਹੈ। ਕੀ ਵਧੀਆ ਬੰਦਾ ਕਿ ਇਹ ਕੰਪਨੀ ਤੋਂ ਪੱਟ ਕੇ ਲਾਓ ਕਿ ਭਾਜੀ ਉੱਥੋਂ ਤਨਖਾਹ ਮਿਲਟਰੀ ਲੱਖ ਰੁਪਇਆ ਅਸੀਂ ਦਵਾਂਗੇ ਲੱਖ ਪਲੱਸ 5% ਆਫ ਸੇਲਸ ਹੂੰ ਬੰਦੇ ਨੂੰ ਤੀ ਦੋ ਢਾਈ 3 ਲੱਖ ਰੁਪਇਆ ਜਾਂ 5 ਲੱਖ ਰੁਪਏ ਦਾ ਕਰਤਾ ਉਹ ਛੱਡ ਕੇ ਆ ਜਾਊਗਾ ਤੁਹਾਨੂੰ ਨਹੀਂ ਕੁਛ ਆਂਦਾ ਹੁਣ ਉਹ ਫਾਈਲ ਆ ਗਈ ਅੱਗੇ ਕੀ ਕਰਨਾ ਤੈਨੂੰ ਮੋਲ ਨੇ ਕਿਹਾ ਮੈਡਮ ਤੁਹਾਨੂੰ ਬੇਗਾਰੇ ਦਿੱਤੇ ਕਰੋ ਪ੍ਰੋਸੈਸ ਉਹਨੂੰ ਮੈਡਮ ਜਿਹੜੀ ਨੂੰ ਜਿੰਨਾ ਕਹਿੰਦਾ ਉਹਨੇ ਆਪਣੇ ਪ੍ਰੋਸੈਸ ਕਰਤਾ ਮੈਂ ਕਾਫੀ ਸ਼ੂਅ ਚ ਕਹਿਣਾ ਕਿ ਵੀ इदा दे बैठे इदा दिन काउंसलर बैठी बे झेड़ू पुल नहीं टपिया होंगे वो कह हम आपका करियर बना देंगे बिल्कुल प्रावा कि करियर बना देंगी तो? तू तो, तो आप स्ट्रगल कर रही है सो इट्स नॉट आई पॉइंटिंग आउट टू एनी बड़ी जस्ट एन एग्जाम्पल बिल्कुल सो so, ऐसे पॉइंट यह है कि भी दिमाग जुबान का कनैक्शन अज्ज इट बुट्टे इमीग्रेष्ठ द एजेंट है होंगे की है फाइल जलंधरों चक्की ਪਹਿਲੇ ਤੇ ਜਲੰਧਰ ਦੇਗੇ ਜਨ ਦੇਤੀ ਉਹ ਜਲੰਧਰ ਦੇ ਏਜੰਟ ਨੇ ਚੱਕ ਕੇ ਚੰਡੀਗੜਾ ਲੈਣੇ ਦੇਤੀ ਉਹ ਚੰਡੀਗੜ੍ਹੋਂ ਦਿੱਲੀ ਗਈ ਦਿੱਲੀੋਂ ਅੱਗੇ ਗਈ ਸੋ ਇਹ ਸਾਰਾ ਰੂਟ ਬੰਦਾ ਹੈ ਅੱਜ 47 ਕੈਨੇਡਾ ਚ ਪਬਲਿਕ ਕਾਲਜ ਹੈ 98 ਯੂਨੀਵਰਸਿਟੀ ਹੈ 150 ਯੂਕੇਜੀ ਯੂਨੀਵਰਸਿਟੀ ਹੈ 41 ਯੂਨੀਵਰਸਿਟੀ ਆਸਟ੍ਰੇਲੀਆ ਦੇ ਵਿੱਚ ਹੈ ਐਂਡ ਹਜ਼ਾਰਾਂ ਦੀ ਤਦਾਦ ਦੇ ਵਿੱਚ ਅਮਰੀਕਾ ਚ ਯੂਨੀਵਰਸਿਟੀ ਹੈ ਆਪਾਂ ਕਿਦੇ ਵੀ ਕੰਸਲਟੈਂਟ ਨੂੰ ਇੰਨਾ ਕੀ ਸਵਾਲ ਪੁੱਛ ਲਈ ਨਾ ਪਾਜੀ ਉੱਤੇ ਸਰਕਾਰੀ ਕਾਲਜ ਤੇ ਯੂਨੀਵਰਸਿਟੀਆਂ ਕਿੰਨੀਆਂ ਨੇ ਪ੍ਰਾਈਵੇਟ ਕਾਲਜ ਕਿੰਨੇ ਹੈ ਕੈਨੇਡਾ ਚ ਜਵਾਬ ਨਹੀਂ ਆਏਗਾ ਜਵਾਬ ਨਹੀਂ ਆਏਗਾ ਕਿੰਨੇ ਤਰੀਕੇ ਦੀ ਪੀਆਰ ਪਾਲਿਸੀ ਚਲਦੀ ਹੈ ਕਿੰਨੀਆਂ ਪ੍ਰੋਵਿੰਸਿਸ ਔਰ ਹਰ ਪ੍ਰੋਵਿੰਸ ਕਿੰਨੀਆਂ ਕੈਟਾਗਰੀਜ਼ ਹੈ ਜਿਹੜੇ ਤੁਸੀਂ ਪੀਆਰ ਅਪਲਾਈ ਕਰ ਸਕਦੇ ਹੋ ਨਹੀਂ ਆਏਗਾ ਹੁਣ ਉਹ ਨੋਲੇਜ ਐਕਚੁਅਲ ਚੈੱਕ ਕੌਣ ਕਰਦਾ ਹੈ ਕਲਾਇੰਟ ਹੁਣ ਇਹਨਾਂ ਲੋਕਾਂ ਕੋਲ ਕਲਾਇੰਟ ਜਾਂਦਾ ਕਿਰ ਹੈ ਕਲਾਇੰਟ ਉਹ ਜਾਂਦਾ ਜਿਹੜਾ ਸਾਰੇ ਵੱਡੇ ਦਫ਼ਤਰਾਂ ਚੋਂ ਉਹਨੂੰ ਮਨਾ ਹੋ ਗਿਆ ਕਿ ਭਾਜੀ ਅਸੀਂ ਨਹੀਂ ਤੁਹਾਡਾ ਕੇਸ ਲੈਣਾ। ਹੂੰ ਕਿ ਇਹ ਕੇਸ ਲੈਣਾ ਮਤਲਬ ਇਹ ਵੀਜ਼ਾ ਨਹੀਂ ਲੱਗਣਾ ਤੁਸੀਂ ਦਾਵੀ 50000 ਦੀ ਠੱਗੀ ਮਰਵਾ ਲੈਣੀ ਤੇ ਚਿਤਰਾ ਲਈ ਤਾਂ ਬਣ ਜਾਣੀ ਹੈ। ਹੂੰ ਚਿਤਰਾ ਲਈ ਤਾਂ ਬਣ ਜਾਣੀ ਹੈ। ਜਦੋਂ ਚਿਤਰਾ ਲਈ ਤਾਂ ਬਣ ਜਾਣੀ ਹੈ ਫਿਰ ਇਹ ਜਾਂਦੇ ਆ ਜੀ ਛੋਟੇ ਏਜੰਟ ਕੋ। ਉਹ ਇੱਕ ਉਮੀਦ ਝੂਠੀ ਚਾਹਦੇ ਹੁੰਦੇ ਆ ਕਿ ਹਾਂ ਕਰਦੇ। ਇਹ ਮੈਡੀਕਲ ਲਾਈਨ ਚ ਵੀ ਹੁੰਦਾ ਬਾਈ ਵੱਡਾ ਪੀਜੀਏ ਵਰਗਾ ਕੋਈ ਡਾਕਟਰ ਜਵਾਬ ਦੇ ਦਿੰਦਾ ਫਿਰ ਛੋਟੇ-ਮੋਟੇ ਵੈਦ ਕੋਲ ਜਾਂਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਠੀਕ ਕਰ ਦਾਂਗੇ ਉਹ ਅੱਜ ਇੱਕ ਇਨਸਾਨ ਜ਼ਿੰਦਗੀ ਚ ਕੀ ਚਾਹੁੰਦਾ ਹੈ ਤੁਹਾਡੇ ਮਰੀਜ਼ ਤੋਂ ਲੈ ਕੇ ਸਾਡੇ ਮਰੀਜ਼ ਤੱਕ ਕੀ ਚਾਹੁੰਦਾ ਹੈ ਉਮੀਦ ਉਹ ਦਿਓ ਸੀ ਹੋਪ ਉਹ ਜਿਹੜਾ ਬੰਦਾ ਮਰਦਾ ਪਿਆ ਨਾ ਜਿਹੜੀ ਮਜਬੂਰੀ ਹੈ ਉਹਨੂੰ ਉਮੀਦ ਮਿਲ ਜਾਂਦੀ ਹੈ ਨਾ ਤੇ ਉਹ ਕੁਝ ਵੀ ਕਰਨ ਨੂੰ ਤਿਆਰ ਹੁੰਦਾ ਹੈ ਉਹ ਜਦ ਤੱਕ ਮੀਟ ਟੁੱਟਦੀ ਨਹੀਂ ਤੱਕ ਉਹ ਗੱਲ ਨਹੀਂ ਕਰਦਾ ਫਿਰ ਉਹ ਪੰਨੇ ਸਿੱਧੂ ਵੀਰ ਹੋਣਾ ਖੁੱਲ ਜਾਂਦਾ ਹੂੰ ਉਹ ਬਹੁਤ ਮੁੱਦਾ ਚੱਕਿਆ ਸੀ ਜੀ ਜ ਸਾਡੇ ਕੋਲ ਆ ਅਠਗੀ ਹੋਈ ਹੈ ਆਹ ਪ੍ਰੋਬਲਮ ਹੈ ਇਹ ਮੇਜਰ ਇਸ਼ੂ ਹੈ ਦੇ ਡੋਨਟ ਹੈਵ ਅ ਨੋਲੇਜ ਬਟ ਉਹਨਾਂ ਕੋ ਕਲਾਇੰਟ ਹੀ 99 ਹੀ 100% ਕਲਾਇੰਟ ਹੋ ਹੈ ਜਿਹੜਾ ਬਾਕੀ ਜਗ੍ਹਾ ਤੋਂ ਨਾ ਕਰਵਾ ਚੁੱਕਿਆ ਜਾਂ ਰਿਫਿਊਜ਼ ਹੋਇਆ ਜਾਂ ਉਹਨਾਂ ਦੇ ਆਪਣੇ ਸਰਕਲ ਚ ਉਹ ਮੰਨ ਨਹੀਂ ਪਾਰੇ ਬਸ ਕਿ ਅਸੀਂ ਰਿਫਿਊਜ਼ ਨਹੀਂ ਹੋ ਸਕਦੇ ਇਹੀ ਗੱਲ ਹੈ ਨਹੀਂ ਜਿੱਦ ਹੁਣ ਇੱਥੇ ਆਪਣੇ ਲਈ ਵੀ ਸਵਾਲ ਆਉਂਦਾ ਕਿ ਯਾਰ ਤੁਹਾਨੂੰ ਜੇ ਉਹ ਹੋ ਹੀ ਜਾਂਦਾ ਦਹਾ ਪਿੱਛੇ ਦੋ ਦਾ ਵੀ ਹੁੰਦਾ ਤੇ ਤੁਸੀਂ ਕਿਦਾਂ ਦੇ ਪਾਟੇ ਖਾਓ ਕਿ ਤੁਸੀਂ ਹੋਪ ਨਹੀਂ ਦੇ ਸਕਦੇ ਨਾਲੋਂ ਪੈ ਕੋਸ਼ਿਸ਼ ਤਾਂ ਕਰਕੇ ਦੇਖੋ ਹੁਣ ਇੱਥੇ ਫੇਰ ਦੁਬਾਰਾ ਦਿਮਾਗ ਔਰ ਜ਼ੁਬਾਨ ਦਾ ਕਨੈਕਸ਼ਨ ਆ ਜਾਂਦਾ ਸਾਨੂੰ ਫਾਈਲ ਦੇਖ ਕੇ ਦਿਸਦਾ ਪਿਆ ਕਿ ਇਹ ਬੰਦਾ ਵਰਕ ਪਰਮਿਟ ਤੇ ਨਹੀਂ ਜਾ ਸਕਦਾ ਔਰ ਲੱਟ ਲਾ ਕੇ ਬੈਠਾ ਮੈਨੂੰ ਜਾਣਾ ਹੀ ਵਰਕ ਪਰਮਿਟ ਤੇ ਭਾਜੀ ਤੇਰਾ ਫਾਇਦ ਹੀ ਨਹੀਂ ਵਰਕ ਪਰਮਿਟ ਦੀ हां तू स्टूडेंट ਤੇ ਜਾਣਾ ਤੈਨੂੰ ਭੇਜ ਸਕਦੇ ਤੂੰ ਆਪਣੀ ਕੈਟਾਗਰੀ ਚੇਂਜ ਕਰਨੀ ਚਾਹੁੰਦਾ ਤੇ ਭੇਜ ਸਕਦੇ ਆ ਨਹੀਂ ਜੀ ਜਾਏਗੇ ਤਾਂ ਕनाडा ਜਾਏਗੇ ਜਾਏਗੇ ਤਾਂ ਵਰਕ ਪਰਮਿਟ ਤੇ ਜਾਏਗੇ ਤੇ ਕਈ ਦਾ ਖਸਮਣ ਖਾਓ ਬਈ ਕੋਈ ਸੈਟਿੰਗ ਵੀ ਹੁੰਦੀ ਅੰਦਰ ਇਹ ਵੀ ਮਿਥ ਹੈਗਾ ਕਿ ਕੋਈ ਸਿੱਧੀ ਐਮਬੈਸੀਆਂ ਨਾਲ ਜਾਂ ਸਰਕਾਰਾਂ ਨਾਲ ਸੈਟਿੰਗ ਹੈ ਬਹੁਤ ਵੱਡੇ ਲੈਵਲ ਦੀ ਪੱਟੀ ਸਾਹਿਬ ਦੀ ਸਿੱਧੀ ਸੈਟਿੰਗ ਹੈ ਵਾਮਾ ਨਾਲ ਕਿ ਚੱਕ ਕੈਨੇਡਾ ਦੀ ਫਾਈਲ ਕਲੀਅਰ ਬਸ ਇਦਾਂ ਹੁੰਦਾ ਅਛਲ ਕੇ ਬਾਮਾ ਬੂਮਾ ਨਹੀਂ ਇਦਾਂ ਹੁੰਦਾ ਬਈ ਇਦਾਂ ਕੁਝ ਨਹੀਂ ਹੁੰਦਾ ਹੁੰਦਾ ਕੀ ਵਰਡ ਕਰਪਸ਼ਨ ਅੱਜ ਕੱਲ ਨਵਾਂ ਵਰਡ ਆ ਲੁੱਕ ਆਫਟਰ ਕਿ ਵੀ ਵਿਲ ਲੁੱਕ ਆਫਟਰ ਯੂ ਉਹਨੂੰ ਕਰਪਸ਼ਨ ਤੋਂ ਨੈਕਸਟ ਲੈਵਲ ਤੇ ਚਲਾ ਗਿਆ ਹੁੰਦਾ ਕੀ ਹੈ ਅੱਜ ਜਿਹੜੇ 2 ਨੰਬਰ ਚ ਡੰਕੀ ਆ ਪਿਕਚਰ ਆ ਰਹੀ ਹੈ ਸ਼ਾਹਰੂਖ ਖਾਨ ਦੀ ਉਹ ਤੁਹਾਡੀ ਬਈ ਪ੍ਰੋਮੋਸ਼ਨ ਵੀ ਹੈ ਹਾਂਜੀ ਉਹ ਕੀ ਐਵੇਂ ਐਡੇ ਵੱਡੇ ਲੈਵਲ ਦੀ ਪ੍ਰੋਮੋਸ਼ਨ ਬਈ ਹਾਂ ਕਿਉਂਕਿ ਮੈਨੂੰ ਉਹ ਕਨਸੈਪਟ ਬਹੁਤ ਪਸੰਦ ਆਇਆ ਸੀ ਪਿਕਚਰ ਦਾ ਮੈਨੂੰ ਬੜੀ ਖੁਸ਼ੀ ਹੋਸ਼ੀਂ ਲੈ ਕੇ ਕਿ ਸਾਡੇ ਭਰਾ ਦੀ ਇੰਨੀ ਕੰਪਨੀ ਬਣ ਗਈ ਮੈਂ ਰਾਸ਼ਮਾਰੇ ਨਾਲ ਨੀਨੂ ਆਪ ਜਾ ਕੇ ਮਿਲਿਆ ਸੀ ਬੰਬੇ ਮਿਲਿਆ ਸੀ ਉਹਨਾਂ ਨੂੰ ਤੇ ਮੈਂ ਮਤਲਬ ਜਦੋਂ ਜੋਗਿੰਦਰ ਨੇ ਮੈਨੂੰ ساری ਇਹ ਸਟੋਰੀ ਦਸੀ ਤਾਂ ਮਤਲਬ ਇਟ ਇਜ਼ ਲਾਈਕ ਕਿ ਯਾਰ ਇਹਨੂੰ ਜ਼ਰੂਰ ਦੇਖੋ ਅਸੀਂ ਕੀ ਕਰ ਸਕਦੇ ਆ ਐਂਡ ਇਹ ਡੇਡ ਕਸਾਲ ਹੋ ਗਿਆ ਇਸ ਕਰਨ ਨੂੰ ਤੇ ਫਿਰ ਮੈਂ ਬੰਬਈ ਗਿਆ ਸੀਗਾ ਬੰਬਈ ਜਾ ਕੇ ਮਿਲਿਆ ਤੇ ਉਹ ਮਤਲਬ ਆਈ ਵਾਸ ਬਲੋਨ ਅਵੇ ਵਿਦ ਜਿੱਦਾਂ ਦਾ ਉਹਨਾਂ ਨੇ ਸੈੱਟ ਬਣਾਇਆ ਸੀ ਨਾ ਤੇ ਮਤਲਬ ਇਟ ਵਾਸ ਲਾਈਕ ਵਾਓ ਕਿ ਯਾਰ ਆਪਾਂ ਨੂੰ ਕਰਨਾ ਚਾਹੀਦਾ ਸੋ ਉਹਦੇ ਵਿੱਚ ਡੰਕੀ ਚ ਕਾਫੀ ਮੁੱਦੇ ਕਲੀਅਰ ਹੋ ਜਾਣਗੇ ਮੈਂ ਦੇ ਦੱਸ ਨਹੀਂ ਸਕਦਾ ਕੀ ਸਟੋਰੀ ਲਾਈਨ ਹੈ ਬਟ ਕਦਵਾਨੀ ਫਿਲਮ ਬਾਈ 21 ਦਸੰਬਰ ਨੂੰ ਉਹ ਤੁਹਾਨੂੰ ਦੇਖਣ ਨੂੰ ਮਿਲਾਂਗੇ ਅਸੀਂ ਕਿ ਨਹੀਂ ਨਹੀਂ ਜੀ ਮੇਰਾ ਨਾਮ ਅਨਵੋਲ ਕਤਰਾ ਨੇ ਯਾਰ ਮੈਂ ਮਾਡਲ ਨਹੀਂ ਮੈਨੂੰ ਕੰਮ ਹੀ ਕਰ ਲੈਣ ਦੇ ਬਾਜੀ ਇਹੀ ਬਹੁਤ ਹੈ ਠੀਕ ਹੈ ਸੋ ਉਹਦੇ ਵਿੱਚ ਪੁਆਇੰਟ ਇਹ ਹੈ ਕਿ ਡੰਕੀ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਲੋਕੀ ਦੋ ਨੰਬਰ 'ਚ ਜਾਂਦੇ ਆ ਅੱਜ ਬੱਦ ਕਿਸਮਤੀ ਇਹ ਹੈ ਅਸੀਂ ਧੀ ਪੁੱਤ ਮੰਗ ਕੇ ਲਈਦੇ ਪਰਵ੍ਰਿਸ਼ ਕਰੀਦੇ ਬਾਹਰ ਅਸੀਂ ਭੇਜ ਲੱਗਿਆ ਕਿ ਜੀ ਅਸੀਂ ਇਹਨਾਂ ਦੇ ਚੰਗੇ ਫਿਊਚਰ ਵਾਸਤੇ ਤੇ 2 ਨੰਬਰ ਦਾ ਪੁੱਠਾ ਰਾ ਆਪਣਾ ਕੇ ਕਿਹੜਾ ਬੰਦਾ ਅਜੇ ਤੱਕ ਕਾਮਯਾਬ ਹੋ ਗਿਆ ਕੋਈ ਵੀ ਡਰਗ ਡੀਲਰ ਚੱਕ ਲੋ ਕੋਈ ਵੀ 2 ਨੰਬਰ ਦਾ ਕੰਮ ਕਰਨ ਵਾਲਾ ਦੱਸ ਦੋ ਦੱਸੋ ਕਿੱਥੇ ਕੀ ਅੰਤ ਕੀ ਹੋਇਆ ਬਿਲਕੁਲ ਸਹੀ ਗੱਲ 2 ਨੰਬਰ ਦਾ ਰੂਟ ਅਪਣਾ ਕਰਕੇ ਤੁਸੀਂ ਕਿਦਾਂ ਹਾਂ ਇੱਕ ਟਾਈਮ ਸੀ ਜਦੋਂ ਸਰਕਾਰਾਂ ਕਹਿੰਦੀਆਂ ਸੀ ਓਕੇ ਯਾਰ ਇਗਨੋਰ ਇਟ ਕਿਉਂਕਿ ਉਹਨਾਂ ਨੂੰ ਚਾਹੀਦੇ ਆ आईडी रीड्स ਜਦੋਂ ਤੁਸੀਂ ਯੂਐਸਏ ਵਾਇਆ ਮੈਕਸੀਕੋ ਬਾਰਡਰ ਜਾ ਰਹੇ ਉੱਥੇ ਜਾ ਕੇ ਤੇ ਮੈਕਸੀਕੋ ਤੁਸੀਂ ਜਾ ਕੇ ਦੇਖੋ ਮੈਂ ਮੈਕਸੀਕੋ ਸਿਟੀ ਆ ਪਿਆ ਰੋਣਾ ਆਂਦਾ ਯਾਰ ਐਰੀ ਐਮੀ ਦੀ ਪਿਕਚਰ ਹੈ ਇਹ ਚੱਲ ਮੈਕਸੀਕੋ ਚਲੀਏ ਉਹ ਰੀਅਲ ਹੈ ਹਰ ਇੱਕ ਚੀਜ਼ ਰੀਅਲ ਹੈ ਉਹਦੇ ਵਿੱਚ ਇਦਾਂ ਹੀ ਹੁੰਦਾ ਵਰਤਾ ਮਾਰ ਕੇ ਸੁੱਟ ਵੀ ਦਿੰਦੇ ਆ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਇੱਥੇ ਤੇ ਕਰਦਿਆਂ ਨੂੰ ਪਤਾ ਵੀ ਨਹੀਂ ਲੱਗਦਾ ਇਹ ਮੈਂ ਬਹੁਤ ਪੋਲੀਟਿਸ਼ੀਅਨਸ ਨੂੰ ਅ ਐਮਪੀਸ ਨੂੰ ਇਹ ਕਹਿੰਦੇ ਸੁਣਿਆ ਕਿ ਜੀ ਅਸੀਂ ਆ ਇੰਨੇ ਬੱਚੇ ਬਾਹਰੋਂ ਲੈ ਕੇ ਆਏ ਫਸ ਗਏ ਉਹ ਕਿਹਦੇ ਬੱਚੇ ਜਿਹੜੇ 2 ਨੰਬਰ ਚ ਮਾਰ ਗਏ ਬਾਈ ਇਹ ਰੋਕਿਆ ਕਿਉਂ ਨਹੀਂ ਜਾਂਦਾ ਇਹਨੂੰ ਰੋਕਣਾ ਕਿੰਨਾ ਕੁ ਮੁਸ਼ਕਲ ਹੈ ਯਾਰ ਇਹ ਉਸ ਦਿਨ ਰੁਕੂਗਾ ਜਿੱਦਨ ਜਨਤਾ ਆਪ ਰੁਕੂਗੀ ਸਰਕਾਰਾਂ ਨਹੀਂ ਰੋਕ ਸਕਦੀਆਂ ਯਾਰ ਮੈਨੂੰ ਇਹ ਦੱਸੋ ਨਾ ਕੀ ਕਰਨ ਗਿਆ ਅੱਜ ਡਰੱਗ ਦੇ ਮੁੱਦੇ ਦੇ ਉੱਤੇ ਗੱਲ ਕਰ ਲੈਂਦੇ ਆ ਠੀਕ ਹੈ ਡਰੱਗ ਕੰਜ਼ਮਪਸ਼ਨ ਇਜ਼ ਅ ਇਸ਼ੂ ਹੂੰ ਬਿਲਕੁਲ ਡਿਮਾਂਡ ਸਪਲਾਈ ਦੀ ਖੇਡ ਹੈ ਨਾ ਪਿੱਛੇ ਹੀ ਚੱਲਿਆ ਸੀਗਾ ਕਿ ਸਾਰਿਆਂ ਨੇ ਕਿਹਾ ਸੀ ਕਿ ਯਾਰ ਮਤਲਬ ਜਿਹੜਾ ਨਾ ਆਪਣੇ ਆਪਣੇ ਘਰ ਦਾ ਆਪ ਖਿਆਲ ਰੱਖੋ ਜੁੱਤੀ ਫੇਰੋ ਯਾਰ ਇਥੇ ਤੁਹਾਨੂੰ ਆਪ ਨੂੰ ਯੂ ਗਾਟ ਟੂ ਬੀ ਰਿਸਪਾਂਸਿਬਲ ਫਾਰ ਯੋਰ ਲਾਈਫ ਮੈਂ ਤਾਂ ਇੱਕ ਚੀਜ਼ ਦਾ ਬਲੀਵਰ ਹਾਂ ਤੁਸੀਂ ਦੂਜਿਆਂ ਦੇ ਕਰੀ ਚੱਲੋ ਸਰਕਾਰਾਂ ਦੇ ਬਲੇਮ ਪਾਜਿਓ ਸਰਕਾਰ ਇਦਾਂ ਸਰਕਾਰ ਉਹਦਾ ਸਰਕਾਰ ਟਿੰਗਸ ਆ ਪਾਜੀ ਸਰਕਾਰ ਵੀ ਤੇ ਤੁਸੀਂ ਹੋ ਤੁਸੀਂ ਬਣਾਈ ਨਾ ਸਰਕਾਰ ਤੁਹਾਡੀ ਵੋਟ ਕਰਕੇ ਸਰਕਾਰ ਬਣੀ ਹੂ ਇਜ਼ ਸਰਕਾਰ ਸਰਕਾਰ ਇਜ਼ ਯੂ ਐਂਡ ਐਜ਼ ਅ ਕਾਮਨ ਮੈਨ ਤੋ ਮੈਂ ਤਾਂ ਹਮੇਸ਼ਾ ਇੱਕ ਚੀਜ਼ ਕਹਣਾ ਯਾਰ ਕਿ ਇਟਸ ਲਾਈ ਕਿ ਸੋ ਮੈਟਰ ਆਫ ਅ ਡਿਮਾਂਡ ਐਂਡ ਸਪਲਾਈ ਹਾਂ ਸਪਲਾਈ ਨੂੰ ਰੋਕ ਸਕਦੇ ਆ ਉਰਤ ਪੁੱਲ ਠੱਲ ਪਾ ਸਕਦੀ ਹੈ ਇਨਕਮਸ ਤੋਂ ਡਰੱਗਸ ਸੋ ਸੇਮ ਵਿਦ ਇਲੀਗਲ ਇਮੀਗ੍ਰੇਸ਼ਨ ਇਜ਼ ਅ ਹਿਊਮਨ ਟ੍ਰਾਫਿਕਿੰਗ ਤੋ ਆਲਰੇਡੀ ਉਰਤ ਠੱਲ ਪੈ ਰਹੀ ਹੈ ਕਾਫੀ ਹੱਦ ਤੱਕ ਬੇਚੂਕੀ ਹੈ ਜਿਨਨੇ ਵੀ 2 ਨੰਬਰ ਤੇ ਕੰਮ ਕਰਦੇ ਆ ਇਹਨਾਂ ਦਾ ਕੋਈ ਦਫ਼ਤਰ ਥੋੜੀ ਹੈ ਨਹੀਂ ਦਫ਼ਤਰ ਕਿਸੇ ਇੱਕ ਬੰਦੇ ਦਾ ਦਫ਼ਤਰ ਨਹੀਂ ਕਿ ਆਪਣੇ ਦਫ਼ਤਰ ਬੈ ਕੇ ਬੋਲਦਾ ਹੋਵੇ ਕਿ ਆ ਮੈਂ ਤੈਨੂੰ 2 ਨੰਬਰ ਦੇ ਰਸਤੇ ਉੱਤੇ ਪਾਣਾ ਉਹ ਦੂਜੇ ਦਿਨ ਚੁ ਇੱਕ ਕੈਫੇ ਸ਼ਾਪਾਂ ਤੇ ਮਿਲਦੇ ਆ ਹੁਣ ਜਿਹੜੇ ਕੈਫੇ ਸ਼ਾਪਾਂ ਤੇ ਮਿਲਦੇ ਆ ਉਹ ਕੌਣ ਮਿਲਵਾਂਦਾ ਹੈ ਰਿਸ਼ਤੇਦਾਰ ਦੋਸਤ ਅਨਮੋਲ ਦਾ ਮੁੰਡਾ ਬਾਹਰ ਚਲਾ ਗਿਆ ਪਹੁੰਚ ਗਿਆ ਏਜੰਟ ਬੜਾ ਸੀ ਚੱਲ ਵੀ ਤੂੰ ਸਭ ਕੁਝ ਅਨਮੋਲ ਬਣਾ ਦੋ ਇਸ ਪੋਡਕਾਸਟ ਬਲਦੇਵ ਸਿੰਘ ਤੂੰ ਚੱਲ ਪੋਡਕਾਸਟ ਤੇ ਅਨਮੋਲ ਗਿਆ ਮਜ਼ਾ ਆ ਰਿਹਾ ਬਈ ਤੁਹਾਡਾ ਨਾਲ ਗੱਲਬਾਤ ਕਰਕੇ ਮਨ ਨਹੀਂ ਕਰ ਰਹਾ ਕਿ ਵੀ ਉਧਰ ਦੂਜੇ ਬੰਦੇ ਦਾ ਵੀ ਚਲੀਏ ਹੁਣ ਉਹ ਇੱਕ ਤਾਂ ਪਹੁੰਚ ਗਿਆ ਦੂਜੇ ਤਾਂ ਪਹੁੰਚ ਕੋਈ ਗਾਰੰਟੀ ਹੈ ਕਿ ਦੋਵਾਂ ਦੀ ਕਿਸਮਤ ਬਾਬਾ ਜੀ ਨੇ ਸੇਮ ਲਿਖੀ ਸੀ ਬਈ ਤੁਹਾਡਾ ਮਕਸਦ ਕੀ ਜ਼ਿੰਦਗੀ ਦਾ ਜੀਨਾ ਹੋਰ ਹਰਪਲ ਜੀਨਾ ਹੋਰ ਬਸ ਤੁਸੀਂ ਪਰਵਰਿਸ਼ ਬਹੁਤ ਵਧੀਆ ਕਰ ਰਹੇ ਹੋ ਆਪਣੇ ਬੱਚਿਆਂ ਦੀ ਮੈਂ ਜਦੋਂ ਤੁਹਾਡੀ ਤੇ ਤੁਹਾਡੇ ਬੇਟੇ ਦੀ ਸਨੈਪਚੈਟ ਦੇਖਦਾ ਮਜ਼ਾ ਆ ਜਾਂਦਾ ਉਹ ਜਿਹੜਾ ਨਾ ਉਹ ਮੇਰੀ ਪਰਵਰਿਸ਼ ਨਾਲੋਂ ਜਿਹੜੇ ਘਰ ਬੈਠੀਆਂ ਉਹਨਾਂ ਨੇ ਪਰਵਰਿਸ਼ ਜ਼ਿਆਦਾ ਵਧੀਆ ਕਰਦੀਆਂ ਆਪਣੀਆਂ ਬਹੁਤ ਵਧੀਆ ਲੱਗਿਆ ਬਈ ਤੁਹਾਡੇ ਨਾਲ ਗੱਲਬਾਤ ਕਰਕੇ ਕੋਈ ਹੋਰ ਪੁਆਇੰਟ ਕਲੀਅਰ ਕਰਨਾ ਚਾਹੁੰਦੇ ਹੋ ਮੇਰੇ ਕੋਲ ਲਾਸਟ ਸਵਾਲ ਤੁਹਾਡੇ ਲਈ ਹੈਗਾ ਕਿ ਲੋਕ ਜਿਹੜੇ ਆਹਾ ਜਿਹੜੇ ਆ ਠੱਗੀਆਂ ਮਾਰਦੇ ਨੇ ਕੁਝ ਇਮੀਗ੍ਰੇਸ਼ਨ ਵਾਲੇ ਜਿਹੜੇ ਕਰਦੇ ਨੇ ਤੇ ਸਰਕਾਰ ਦਾ ਨਹੀਂ ਫਰਜ ਬਣਦਾ ਕਿ ਇਹਨਾਂ ਦੇ ਲਾਇਸੈਂਸ ਕੈਨਸਲ ਕਰਨੀ ਇਹਨਾਂ ਨੂੰ ਬੰਦ ਕਰਨਾ ਉਹਨਾਂ ਕੋਲ ਲਾਇਸੈਂਸ ਹੈਗਾ ਹੀ ਨਹੀਂ ਤੇ ਲੋਕ ਕਿਵੇਂ ਚੈੱਕ ਕਰਨ ਫਿਰ ਇਹਨਾਂ ਕੋਲ ਲਾਇਸੈਂਸ ਹੈਗਾ ਕਿ ਨਹੀਂ ਮੈਂ ਕਿ ਉਹਨਾਂ ਕੋਲ ਲਾਇਸੈਂਸ ਹੈ ਹੀ ਨਹੀਂ ਉਹਨਾਂ ਕੋਲ ਦਫਤਰ ਹੀ ਹੈ ਨਹੀਂ ਨਹੀਂ ਜਿਹੜੇ ਭਾਈ ਆਫਿਸ ਖੋਲ ਕੇ ਠੱਗੀਆਂ ਮਾਰਦੇ ਨੇ ਯਾਰ ਉਹ ਜਨਤਾ ਨੂੰ ਅਕੇ ਇੱਕ ਮਿੰਟ ਇਹ ਤੇ ਮੇਰੇ ਕੁਸਚਨ ਆਉਂਦਾ ਕੋਈ ਤੁਹਾਡੇ ਘਰੇ ਗਿਆ ਪੈਸੇ ਲੈਣ ਨਹੀਂ ਤੁਸੀਂ ਪੈਸੇ ਲੈ ਕੇ ਗਏ ਤੁਸੀਂ ਮੰਨਿਓ ਕਿ ਯਾਰ ਇਹ ਚੱਲ ਜੂਗਾ ਉਹਨੇ ਤੁਹਾਨੂੰ ਕਿਹਾ ਗਿਆ ਪੈਸੇ ਦੇ ਦੋ ਤੂੰ ਠੱਗੀ ਵਰਡ ਦੀ ਡੈਫੀਨੇਸ਼ਨ ਕੀ ਹੈ ਠੱਗੀ ਵਰਡ ਦੀ ਡੈਫੀਨੇਸ਼ਨ ਉਹ ਹੈ ਕਿ ਆ ਆ ਗਿਆ ਪਹਿਲੇ ਲੈ ਵਾਪਸ ਨਹੀਂ ਮੁੜੇ ਲਿਖਤ ਹੈ ਨਹੀਂ ਸਾਡੇ ਪੰਜਾਬੀਆਂ ਦੀ ਪ੍ਰੋਬਲਮ ਹੈ ਸ਼ਰ੍ਹਾਂ ਕਰ ਲੰਗੇ ਆ ਸ਼ਰਮੰਨੇ ਛਤਰੋ ਛਤਰੀਓ ਲਗੇ ਨਹੀਂ ਸ਼ਰਮਾਂਦੇ ਨਹੀਂ ਇੱਕ ਮਿੰਟ ਲੱਗਦਾ ਸ਼ਰ੍ਹਾਂ ਕਰ ਲਉਣਾ ਤੁਸੀਂ ਚੋਰੀ ਫੋਨ ਰਿਕਾਰਡਿੰਗ ਕਰਨੀ ਹੈ ਓਪਨਲੀ ਕਰ ਦੋ ਕਿ ਯਾਰ ਆਪਣੀ 50000 ਰੁਪਏ ਐਡਵਾਂਸ ਦੇ ਰਿਹਾ ਤੇ ਮੈਂ 50000 ਰੁਪਏ ਤੁਸੀਂ ਮੈਨੂੰ ਵਾਪਸ ਕਰੋਗੇ ਜਾਂ ਨਹੀਂ ਕਰੋਗੇ ਜੇ ਮੇਰਾ ਕੰਮ ਨਹੀਂ ਬਣਿਆ ਉਹ ਜੇ ਹਾਂ ਕਹੇਗਾ ਜੇ ਨਾ ਕਹੇਗਾ ਜਿਉ ਕਹੇਗਾ ਹਾਂ ਕੋਕ ਕੇ ਵੀਰੇ ਇਹਨੂੰ ਰਿਕਾਰਡ ਕਰ ਲੀਏ ਤੇਰੇ ਕੋ ਵੀ ਮੈਂ ਵਟਸਐਪ ਤੇ ਤੇਰੇ ਵੀ ਰਿਕਾਰਡਿੰਗ ਭੇਜ ਦੇਣਾ ਮੇਰੇ ਵੀ ਕਿਤਾਜੋ ਕੋਈ ਕਨਫਿਊਜ਼ਨ ਨਾ ਹੋਵੇ ਹੁਣ ਜੇ ਅਗਲੇ ਬੰਦੇ ਦੇ ਮਨ ਚ ਚੋਰ ਹੋਊਗਾ ਉਹ ਕੇਸ ਨਹੀਂ ਲਊਗਾ ਤੁਹਾਨੂੰ ਆਪੇ ਉਸੇ ਦਿਨ ਪਤਾ ਲੱਗ ਗਿਆ ਕਿ ਤੁਹਾਡਾ ਠੱਗੀ ਦਾ ਸ਼ਿਕਾਰ ਹੋਣਾ ਸੀ ਬਚ ਗਏ ਅੱਛਾ ਦੂਜਾ ਜੇ ਉਹ ਕਹੂਗਾ ਨਾ ਕਿ ਮੈਂ ਵਾਪਸ ਨਹੀਂ ਮੋਣੂਗਾ ਤੇ ਭਈ ਉਹ ਫਿਰ ਉਹ ਵੀ ਰਿਕਾਰਡ ਕਰ ਲਓ ਨਾ ਕਿ ਤੁਹਾਡਾ ਜੇ ਦਿਮਾਗ ਪਟਕੇ ਕਿ ਕੋਈ ਤੁਹਾਨੂੰ ਕਵੇ ਅੱਛਾ 50000 ਉਹਨੂੰ ਕਰਾ ਦੇਤਾ ਭਰਾ ਵਨ ਨੋਨ ਰਿਫੰਡੇਬਲ ਤੇ ਤੁਹਾਡੇ ਕੋ ਆਪਣੀ ਬੋਲੀ ਹੋਈ ਰਿਕਾਰਡਿੰਗ ਹੈ ਮੈਂ ਮਰਜ਼ੀ ਨਾਲ ਦਿੱਤਾ ਭਰਾ ਮੈਂ ਮਰਜ਼ੀ ਨਾਲ ਦਿੱਤਾ ਪਰ ਲੋਕਾਂ ਨੇ 20-20 ਲੱਖ ਰੁਪਏ ਫੜਾਇਆ ਹੋਇਆ ਸੀਗਾ ਬਾਈ ਬਿਨਾ ਰਿਕਾਰਡਿੰਗ ਤੋਂ ਇਹ ਤੇ ਮੂਰਖਤਾ ਬਹਾਦੂਰੀ ਹੋਰ ਮੂਰਖਤਾ ਚਾਹੀਦੀ ਥੈਨ ਲੈਣਾ ਉਮੀਦ ਝੂਠੀ ਉਮੀਦ ਮਰਦਾ ਕੀ ਨਹੀਂ ਕਰਦਾ ਔਰ ਕੋ ਤਾਂ ਕੋਈ ਚਾਰਾ ਹੀ ਨਹੀਂ ਕਿ ਯਾਰ ਚਲੋ ਇਹੀ ਕਰ ਦਿੰਨੇ ਆ ਬਟ ਜਿਹੜਾ ਮੈਸੇਜ ਹੈ ਉਹ ਹੀ ਹੈ 1 ਰੁਪਏ ਦਾ ਕਿਸੇ ਬੰਦੇ ਤੇ ਕੋਈ ਵੀ ਇਤਬਾਰ ਨਾ ਕਰੋ ਲਿਖਤ ਕਰ ਲਓ ਕਿ ਯਾਰ ਮੈਂ ਤੈਨੂੰ ਆ ਪੈਸੇ ਦਿੱਤੇ ਐਡਵਾਂਸ ਜਦੋਂ ਤੁਸੀਂ ਦੇਣਾ ਉਹ ਲਿਖਤ ਕਰ ਲਓ ਕਿ ਆ ਐਡਵਾਂਸ ਦੇ ਰਿਹਾ ਕਿ ਵੀ ਜੇ ਮੇਰਾ ਵੀਜ਼ਾ ਨਹੀਂ ਲੱਗਾ ਤੇ ਇਹਨੇ ਪੈਸੇ ਤੁਸੀਂ ਵਾਪਸ ਦਿਓਗੇ ਇਹਨੇ ਕਟਨੇ ਆ ਜਾਂ ਸਾਰੇ ਵਾਪਸ ਹੋਣੇ ਇਹ ਹੋ ਗਿਆ ਇੱਕ ਤਰੀਕੇ ਦਾ ਦੂਜਾ ਕਿ ਯਾਰ ਕੋਈ ਪੈਸਾ ਲੈਣਾ ਹੀ ਨਹੀਂ ਪੈਸੇ ਲੈਣੇ ਹੀ ਉਹ ਦਿਨ ਜਦੋਂ ਵੀਜ਼ਾ ਲੱਗੂਗਾ ਵੀਜ਼ਾ ਬਾਈ ਕਿ ਜਿਆਦਾ ਫਰੋਡ ਉਹ ਨਕਲੀ ਵੀਜ਼ਾ ਵੀ ਨਿਕਲ ਜਾਂਦਾ ਉਹ ਕਿਵੇਂ ਲੋਕ ਚੈੱਕ ਕਰਨ ਹੁੰਦੀਆਂ ਹੀ ਚੀਜ਼ਾਂ ਹੁਣ ਨਹੀਂ ਹੁਣ ਨਹੀਂ ਰਹੀ ਉਹ ਤੇ 에어ਪੋਰਟ ਤੇ ਹੀ ਨਹੀਂ ਤੁਸੀਂ ਐਂਟਰੀ ਨਹੀਂ ਕਰ ਸਕਦੇ ਨਹੀਂ 에어ਪੋਰਟ ਤੇ ਹੀ ਪਤਾ ਲੱਗਦਾ ਜਾ ਕੇ ਕਿ ਨਕਲੀ ਵੀਜ਼ਾ ਤੇ ਉਦੋਂ ਤੱਕ ਨਹੀਂ ਉਹ ਹੁਣ ਉਹ ਭਾਜੀ ਪਤਾ ਕਿੱਥੇ ਹਨ ਮੋਲ ਜਦੋਂ ਤੁਸੀਂ ਵਟ ਇਜ਼ ਨਕਲੀ ਵੀਜ਼ਾ ਅੱਜ ਤੁਸੀਂ ਵੀਜ਼ਾ ਅਪਲਾਈ ਕਰ ਰਹੇ ਹੋ ਕਿਸੇ ਵੀ ਕੰਟਰੀ ਦਾ ਤੁਹਾਡੇ ਕੋਲ ਆਨਲਾਈਨ ਟਰੈਕਿੰਗ ਹੈ ਓਰੇ ਬਾਵਜੂਦ ਜਿਹੜੇ ਬੰਦਾ ਨੂੰ ਕੇ ਨੇ ਨਕਲੀ ਵੀਜ਼ਾ ਟਕਾਤਾ ਨਾ ਤੇ ਉਹਨੇ ਟਕਾਲਿਆ ਮੰਨ ਲਿਆ ਕਿ VFS ਨਹੀਂ ਗਿਆ ਉਰੀ ਫਾਈਲ ਜਮਾਨੀ ਹੋਈ ਉਰੇ ਫਿੰਗਰ ਨਹੀਂ ਹੋਏ ਤੇ ਉਹਨੂੰ ਏਜੰਟ ਕਹ ਰਿਹਾ ਮੇ ਤੇਰਾ ਵੀਜ਼ਾ ਆ ਗਿਆ ਉਹ ਤੇ ਰੈਪਟਾ ਖਿੱਚ ਕੇ ਮਾਰੇ ਕਿ ਭਾਈ ਕਹ ਰਾ ਤੇਰਾ ਵੀਜ਼ਾ ਆ ਗਿਆ ਮੇਰੇ ਫਿੰਗਰਪ੍ਰਿੰਟ ਤੇ ਹੋਈ ਨਹੀਂ ਭਰਾ ਆਸਟ੍ਰੇਲੀਆ ਦੇ ਨਹੀਂ ਹੁੰਦੇ ਬਟ ਉਹਦਾ ਵੀਵੋ ਤੇ ਚੈੱਕ ਹੋ ਜਾਂਦਾ ਨਾ ਆਨਲਾਈਨ ਉਹ ਵੀ ਉਹ ਵੀ ਆਨਲਾਈਨ ਚੈੱਕ ਹੁੰਦਾ ਉਰੀ ਵੀ ਐਮਬੈਸੀ ਵੀ ਤੇ ਤੁਹਾਡੇ ਕ੍ਰੈਡਿਟ ਕਾਰਡ ਤੋਂ ਹੀ ਜਾ ਰਹੀ ਹੈ ਚਲੋ ਹੋ ਸਕਦਾ ਇਹ ਜਣੇ ਦੇ ਕ੍ਰੈਡਿਟ ਕਾਰਡ ਤੋਂ ਜਾ ਰਹੀ ਹੋਵੇ ਓਕੇ ਬਟ ਤੁਹਾਡੇ ਕੋਲ ਇਨਫੋਰਮੇਸ਼ਨ ਦੇਊਗੀ ਜਾਲੀ ਵੀਜ਼ਾ ਪਤਾ ਕਿੱਥੇ ਹੁੰਦਾ ਅਨਮੋਲ ਜਦੋਂ ਤੁਸੀਂ ਜਾ ਕੇ ਪਾਸਪੋਰਟ ਦੇ ਦਿੱਤਾ ਕਿਸੇ ਨੂੰ ਦੇਤਾ ਐਂਡ ਦੈਨ ਉਹ ਰਿਵਾਜ ਚੋਂ ਤੁਸੀਂ ਸਿੱਧਾ ਫੋਨ ਹੀ ਆਇਆ ਤੇ ਤੁਸੀਂ ਔਰਤ 'ਤੇ ਵੀ ਯਕੀਨ ਮੰਨ ਲਿਆ ਇਹੋ ਵਰਗੇ ਬੰਦੇ ਨੂੰ ਤਾਂ ਮੈਂ ਕਹਿੰਦਾ ਕੋਈ ਹੱਕ ਹੀ ਨਹੀਂ ਬਾਹਰ ਜਾਣ ਦਾ ਕਿਉਂਕਿ ਉਹਨੇ ਉੱਥੇ ਵੀ ਜਾ ਕੇ ਗੰਦੀ ਪਾਣਾ ਹੂੰ ਉਹਨੇ ਉੱਥੇ ਵੀ ਜਾ ਕੇ ਆਪਣੀ ਸੁਸਾਇਟੀ ਦਾ ਨਾਮ ਖਰਾਬ ਕਰਨਾ ਉਹਨੂੰ ਤਾਂ ਜਾਣਾ ਹੀ ਨਹੀਂ ਚਾਹੀਦਾ ਕਿਉਂਕਿ ਇਹ ਬੇਸਿਕ ਕਾਮਨ ਸੈਂਸ ਹੈ ਕਾਮਨ ਸੈਂਸ ਹੈ ਸਾਡੀ ਕੀ ਸਵੇਰੇ ਉੱਠ ਕੇ ਨੰਗੇ ਘਰੋਂ ਨਹੀਂ ਜਾ ਸਕਦੇ ਨਾ ਬਾਹਰ ਇਹ ਕਾਮਨ ਸੈਂਸ ਹੈ ਬਿਲਕੁਲ ਘਰ ਦੀ ਧੀ ਭੈਣ ਦੇ ਸਾਹਮਣੇ ਬੈਠੀਏ ਤੇ ਮਤਲਬ ਉਹ ਨੰਗੇ ਟਾਬਲ 'ਤੇ ਬੈਠ ਕੇ ਨਹੀਂ ਤੁਰ ਸਕਦੇ ਟਾਬਲ ਉਤਰ ਸਕਦਾ ਹੈ ਕਿ ਬਈ ਕੱਪੜੇ ਪਾ ਕੇ ਆਓ ਬਿਲਕੁਲ ਕਾਮਨ ਸੈਂਸ ਹੈ ਇਦਾਂ ਹੀ ਪਰਵਰਿਸ਼ ਹੋਈ ਦਿਸ ਇਸ ਆਲਸੋ ਕਾਮਨ ਸੈਂਸ ਕਿ ਬਈ ਜੇ ਮੇਰੇ ਫਿੰਗਰਪ੍ਰਿੰਟ ਨਹੀਂ ਹੈ ਤਾਂ ਮੈਨੂੰ ਜਾਲੀ ਵੀਜ਼ਾ ਕੋਈ ਕਿਦਾਂ ਟਕਾ ਸਕਦਾ ਯਾਰ ਹਾਉ ਇਥੇ ਉਦੋਂ ਹੁੰਦੇ ਸੀ ਕਿ ਜਦੋਂ ਤੁਹਾਡੇ ਫਿੰਗਰਪ੍ਰਿੰਟ ਜਦੋਂ ਤੁਹਾਡੇ ਫਿੰਗਰਪ੍ਰਿੰਟ ਹੋਏ ਹੈ ਮਤਲਬ ਤੁਸੀਂ ਆਪ ਕਰਾਇਆ ਹੈ ਮੈਨੂੰ ਲੱਗਦਾ ਭਾਈ ਆ ਵੀ ਨੌਲੇਜ ਜਿਹੜੀ ਤੁਸੀਂ ਦੇ ਰਹੇ ਹੋ ਇਹਨਾਂ ਚੀਜ਼ਾਂ ਬਾਰੇ ਵੀ ਲੋਕਾਂ ਨੂੰ ਨਹੀਂ ਪਤਾ ਮੈਨੂੰ ਤਾਂ ਲੱਗਦਾ ਨਹੀਂ ਨਹੀਂ ਮੈਂ ਤਾਂ ਕਹਿੰਦਾ ਭਾਜੀ ਸਾਰੀ ਦੁਨੀਆ ਇਮੀਗ੍ਰੇਸ਼ਨ ਦਾ ਕੰਮ ਕਰੇ ਸਾਰੀ ਦੁਨੀਆ ਕਰੇ ਬਟ ਫਿਰ ਇੱਕ ਜੁਰਤ ਨਾ ਕਰੇ ਕਿ ਯਾਰ ਰੁਪਈਆ ਨਹੀਂ ਪਹਿਲੇ ਲਵਾਵਾਂਗੇ ਔਰ ਇਹ ਚੀਜ਼ ਤੋਂ ਅਨਮੋਲ ਕਿਤੇ ਵੀ ਦੇਖਲਾ ਚਾਕੇ ਜਿਹੜਾ ਬੰਦਾ ਇਮੀਗ੍ਰੇਸ਼ਨ ਇੰਡਸਟਰੀ 'ਚ ਹੈ ਨਾਨ ਰਿਵੰਡੇਬਲ ਪਏ ਹੈ ਲਾ ਕੰਮ ਕਰ ਰਿਹਾ ਹੈ ਉਹਰੇ ਕਰੇ ਕੋਈ ਨਾ ਕੋਈ ਦੁੱਖ ਤਕਲੀਫ ਹੋ ਗਈ ਹੈ ਉਰੇ ਕਰੇ ਹਸਪੀਟਲ ਚ ਪੈਸੇ ਲੱਗਦੇ ਪਏ ਉਹ ਤਾਂ ਹਰ ਚੀਜ਼ ਚੀ ਬਾਈ ਜਦੋਂ ਨਯਾਜ ਪੈਸਾ ਕੋਈ ਬੰਦਾ ਖਾਏਗਾ ਗਲਤ ਪੱਕਾ 100% ਹੈ ਕੋਈ ਨਾ ਕੋਈ ਕੁਤਕਲੀਸ਼ ਹੈ ਸ਼ਰਾਬ ਦੀ ਆਦਤ ਹੋਊਗੀ ਕੁਝ ਨਾ ਕੁਝ ਹੋਊਗਾ ਜੀ ਤਾਂ ਪੈਸੇ ਜਾ ਰਹੇ ਹੋਣਗੇ ਸੋ ਜੇ ਵਾਕਈ ਇਹਨ ਉਹ ਟੈਂਪਰੇਰੀ ਮਨੀ ਹੈ ਮੈਂ ਬੜੇ ਲੋਕਾਂ ਨੂੰ ਦੇਖਦਾ ਇਹ ਚ ਬਹੁਤ ਕੁਇਕ ਮਨੀ ਆਂਦੀ ਹੈ ਨਾ ਬੜੇ ਮੈਂ ਮੁੰਡੇ ਕੁੜੀਆਂ ਦੇਖਦਾ ਕਿੰਨਾ ਨਵੇਂ ਨਵੇਂ ਇੰਡਸਟਰੀ ਚ ਆਏ ਆ ਇੱਕ ਗੱਡੀ ਦੋ ਗੱਡੀ ਤਿੰਨ ਗੱਡੀ ਚਾਰ ਗੱਡੀ ਚੱਲ ਉਹ ਪਤਾ ਪਟਾਕਾ ਪੈਣਾ ਸਾਲ ਬਾਅਦ ਪੈਜੂ ਦੋ ਸਾਲ ਬਾਅਦ ਪੈਜੂ ਪੜ੍ਹਣਾ ਹੀ ਪੜ੍ਹਣਾ ਭਾਈ ਮੇਰਾ ਆਖਰੀ ਸਵਾਲ ਕਿ ਕੁਝ ਇੰਡਸਟਰੀ ਵੀ ਕਪਲਾ ਕਰਦੀ ਉੱਥੇ ਜਿਵੇਂ ਪਿੱਛੇ ਆਇਆ ਨਹੀਂ ਸੀ ਸਟੂਡੈਂਟ ਸਾਰੇ ਸਟ੍ਰਾਈਕ ਤੇ ਚਲੇ ਰਹੀ ਸੀਗੇ ਯੂਨੀਵਰਸਿਟੀ ਨੇ ਫੀਸਾਂ ਲੈ ਲੀਆਂ ਸੀਗੀਆਂ ਓਕੇ ਥੇਅਰ ਇਜ਼ ਆਲਵੇਸ ਅ ਸਕੋਪ ਆਫ ਐਰਰ ਇਨ ਏਵਰੀ ਫੀਲਡ ਚਾਹੇ ਉਹ ਤੁਹਾਡੀ ਐਨ ਜੀਓ ਚਾਹੇ ਉਹ ਇਹ ਇੰਡਸਟਰੀ ਹੈ ਚਾਹੇ ਫਾਦਰ ਸਾਹਿਬ ਦੀ ਇੰਡਸਟਰੀ ਹੈ ਚਾਹੇ ਕੋਈ ਵੀ ਹੈ ਚਾਹੇ ਸਾਡੀ ਬਿਊਰੋਕ੍ਰੇਸੀ ਹੈ ਥੇਅਰ ਇਜ਼ ਆਲਵੇਸ ਅ ਸਕੋਪ ਆਫ ਐਰਰ ਹੰਡਰਡ ਪਰ ਸਕੋਪ ਆਫ ਇੰਪਰੂਵਮੈਂਟ ਐਂਡ ਸਕੋਪ ਹੋਇਆ ਕੀ ਸੀਗਾ ਕਿ ਇਹ ਸਟੋਰੀ ਹੈ ਮੇਰਾ ਖਿਆਲ ਮੈਂ ਐਵੇਂ ਕਿਸੇ ਕਾਲਜ ਦਾ ਨਾਮ ਲ ਲਾ ਭੁੱਲ ਗਿਆ ਜੁਲਾਈ ਦੀ ਗੱਲ ਹੈ ਕਾਲਜ ਨੇ ਐਡਮਿਸ਼ਨਾਂ ਦੇ ਦਿੱਤੀਆਂ ਨਾਰਮਲੀ ਕੀ ਹੁੰਦਾ ਕਿ ਜਿੰਨੀ ਐਡਮਿਸ਼ਨ ਦੇ ਰਹੇ ਹੋ ਉਹਰੇ 40 50% ਵੀਜ਼ੇ ਲੱਗਦੇ 40 50% ਰਿਫਿਊਜ਼ ਹੁੰਦੇ ਜਾਂ ਲੋਕੀ ਅਪਲਾਈ ਨਹੀਂ ਕਰਦੇ ਉਹ ਹੋਇਆ ਕਿ ਕਿ ਵੀ ਲੋਕਾਂ ਨੇ ਜਿਨ੍ਹਾਂ ਨੇ ਡਿਪੋਜ਼ਿਟ ਦਿੱਤੇ 90% ਲੋਕਾਂ ਨੇ ਅਪਲਾਈ ਕਰਤੇ ਉਹਦੇ 90% ਦੇ ਵੀਜ਼ੇ ਲੱਗੇ ਹੂੰ ਜਿੰਨੀ ਉਹਨਾਂ ਦੀ ਕਪੈਸਿਟੀ ਸੀ ਉਰ ਨਾਲ ਉਹ 3 ਟਾਈਮ ਵੀਜ਼ਾ ਇਸ਼ੂ ਹੋ ਗਏ ਜਿਸ ਕਰਕੇ ਉਹਨਾਂ ਨੇ ਐਡਮਿਸ਼ਨਾਂ ਕੈਨਸਲ ਕਰ ਦਿੱਤੀ ਕਿ ਭਈ ਅਗਲੇ ਇਨਟੇਕ ਚ ਜਾ ਜੋ ਅਸੀਂ ਤੁਹਾਨੂੰ ਇਸ ਇਨਟੇਕ ਚ ਨਹੀਂ ਪੜਾ ਸਕਦੇ ਹੁਣ ਇਹਨੂੰ ਦੇਖਣ ਦੇ ਦੋ ਨਜ਼ਰੀਏ ਪਹਿਲਾ ਕਿ ਪਹਿਲਾ ਮਾਨਸਿਕ ਯਾਰ ਭਾਜੀ ਮੈਂ ਲੈਟਰਾਂ ਇਸ਼ੂ ਕਰਤੀਆਂ ਵੀਜ਼ਾ ਲੱਗ ਗਿਆ ਮੁਬਾਰਕਾਂ ਮੋਲਵੀ ਰੇ ਮੇਰਾ ਭਰਾ ਜਨਵਰੀ ਚ ਨਹੀਂ ਮਈ ਚ ਜਾ ਜੀ ਉਹ 2 ਮਿੰਟ ਲਈ ਅਨਮੋਲ ਤਰਫੂਗਾ ਮੇਰੀ ਪੈਕਿੰਗ ਹੋਈ ਭਲਾਣਾ ਟਿਮਕਣਾ ਇਹ ਜੀ ਬੋ ਜੀਵਣਾ ਪ੍ਰਵਾ ਜੇਈ ਚੀਤਨੂ ਉੱਥੇ ਜਾ ਕੇ ਪਤਾ ਲੱਗਦੀ ਬਿਲਕੁਲ ਸਹੀ ਗੱਲ ਜਦੋਂ ਟੈਚੀ ਲੈ ਕੇ ਉੱਥੇ ਪਹੁੰਚ ਗਏ ਕਿ ਜੀ ਸੌਰੀ ਅਨਮੋਲ ਜੀ ਥੈਂਕ ਯੂ ਵੈਲਕਮ ਟੂ ਕੈਨੇਡਾ ਨਾਊ ਯੂ ਪਲੀਜ਼ ਫੀਲ ਫਰੀ ਯੂ نو ਟੂ ਵਰਕ ਐਨੀਵੇਅਰ ਯੂ ਆਰ ਫਰੀ ਫੋਰ 4 ਮੰਥਸ ਯੂ ਜੁਆਇਨ ਇਨ ਮਈ ਉਹਦੋਣਾ ਜੰਟਨੇਡ ਮਾਰਲੀ ਠੱਗੀ ਤੱਲਾ ਕੰਦ ਦੱਸਿਆ ਤੈਨੂੰ ਏਜੰਟਾ ਪਤਾ ਨਹੀਂ ਸੀ ਸੋ ਦੇਖਣ ਦਾ ਨਜ਼ਰੀਆ ਅਕਰੈਂਸ ਰਿਐਕਸ਼ਨ অর ਰਿਸਪੌਂਸ ਬਹੁਤ ਥਿਨ ਲਾਈਨ ਹੈ ਬਹੁਤ ਜਿਆਦਾ ਥਿਨ ਲਾਈਨ ਹੈ ਕਿ ਤੁਸੀਂ ਰਿਐਕਟ ਕਰ ਰਹੇ ਹੋ ਸਿਚੁਏਸ਼ਨ ਤੇ ਕਿ ਵੀ ਪ੍ਰੋਬਲਮ ਫੇਸ ਕਰ ਰਹੇ ਹੋ ਜਾਂ ਪੈਨਿਕ ਹੋ ਰਹੇ ਹੋ ਸੋ ਇਹ ਬੰਦੇ ਤੇ ਆਪਣੇ ਤੇ ਡਿਪੈਂਡੈਂਟ ਹੈ ਕਿ ਉਹ ਬੰਦਾ ਸਿਚੁਏਸ਼ਨ ਨੂੰ ਕਿਦਾਂ ਲੈ ਰਿਹਾ ਸੋ ਜਿਹੜਾ ਤੁਹਾਡਾ ਸਵਾਲ ਸੀਗਾ ਕਿ ਇੰਡਸਟਰੀ ਚ ਸਕੋਪ ਆਫ 에ਰਰ ਹਮੇਸ਼ਾ ਹੈ ਤੇ ਉਸ ਸਕੋਪ ਆਫ 에ਰਰ ਕਰਕੇ ਸਕੋਪ ਆਫ ਇੰਪਰੂਵਮੈਂਟ ਹੈ ਇਹ ਗਲਤੀ ਹੋਈ ਬਟ ਉਹਨਾਂ ਨੇ ਉਹ ਗਲਤੀ ਲਈ ਕੰਪਨਸੇਟ ਵੀ ਕੀਤਾ ਜਿਨ੍ਹਾਂ ਨੇ ਰਿਫੰਡ ਅਪਲਾਈ ਕੀਤੇ ਉਹ ਰਿਫੰਡ ਵੀ ਕੀਤੇ ਅੱਗ ਕਿਨੂੰ ਲੱਗੀ ਸੀ ਅੱਗ ਏਜੰਟਸ ਨੂੰ ਲੱਗੀ ਸੀ ਉਹ ਸਿਆਪਾ ਜਿਆਦਾ ਪਾ ਕੇ ਬੈਠੇ ਬੜਿਆ ਨਹੀਂ ਤੇ ਇਹ ਵੀ ਕਿਹਾ ਕਿ ਕਿਉਂਕਿ ਯਾਰ ਜੇ ਇਧਰੋਂ ਨਹੀਂ ਹੋ ਰਿਹਾ ਤੇ ਆਪਾਂ ਦੂਜੇ ਮੰਨੇ ਬੱਚਾ ਭੇਜ ਦਿੰਨੇ ਆ ਉਤੋਂ ਕਮਿਸ਼ਨ ਆਣਗੇ ਫਸਲ ਤੇ ਬਣੀ ਬਣੀ ਐ ਸਿਰਫ ਹੁਣ ਕਟਣੀ ਐ ਫਸਲ ਤੇ ਪੱਕ ਚੁੱਕੀ ਨਾ ਹੁਣ ਉਹ ਜੇਕਰ ਉਹ ਤੋਂ ਦਾਖਲਾ ਕੈਨਸਲ ਹੁੰਦਾ ਤੇ ਉਹ ਜੇ ਮੈਂ ਵੀਜ਼ਾ ਲਵਾਇਆ ਉਸ ਕਾਲਜ ਦਾ ਮੇਰੇ ਕੋਲ ਸੈਂਟੀਨੀਅਲ ਸੀਗਾ ਕਿ ਵੀ ਜੇ ਮੈਂ ਉਸ ਕਾਲਜ ਦਾ ਵੀਜ਼ਾ ਲਗਵਾਇਆ ਤੇ ਭਾਈ ਕਮਿਸ਼ਨ ਮੈਨੂੰ ਆਣੀ ਸੀ ਹੁਣ ਉਹਨਾਂ ਨੇ ਕੈਨਸਲ ਕਰਤੀ ਉਹ ਭਾਈ ਇਹਨਾਂ ਨੇ ਉਹ ਕਰਤੀ ਹੋਰੀ ਐਡਮਿਸ਼ਨ ਕਿਤੇ ਹੋਰ ਤੇ ਉਹ ਕਮਿਸ਼ਨ ਲੈਣੀ ਨਾ ਮੇਰੇ ਪੱਲੇ ਤੇ ਜ਼ੀਰੋ ਆਊਗਾ ਸੋ ਇਹ ਹੋਇਆ ਹੋਰ ਕੁਝ ਨਹੀਂ ਹੋਇਆ ਸਟੂਡੈਂਟਸ ਉੱਥੇ ਜਾ ਕਰਕੇ ਨਾ ਦੋ ਤਰੀਕੇ ਦੇ ਸਟੂਡੈਂਟਸ ਨਿਕਲਦੇ ਆ ਇੱਕ ਜਿਹੜੇ ਕਾਮਯਾਬ ਇੱਕ ਜਿਹੜੇ ਫੇਲ ਇੱਕ ਹੋਰ ਤੀਜੀ ਵੀ ਅੱਜ ਕੱਲ ਨਵੀਂ ਆਉਣ ਵਾਲੇ ਟਾਈਮ 'ਚ ਮਿਲ ਜੇਗੀ ناکਾਮਯਾਬ ਨਾ ਫੇਲ ਕਹਿੰਦੇ ਫਿਰ ਇਹਨੂੰ ਕੀ ਕਹਿੰਦੇ ਐ ਕਹਿੰਦੇ ਇਹਨੂੰ ਕਹਿੰਦੇ ਐ ਕਿ ਅਸੀਂ ਕੂਲਾ ਆਈ ਐਮ ਅ ਲਿਵਰ ਕੂਲਾ ਓਕੇ ਤੋ ਇਹ ਜਿਹੜੀ ਹੈ ਨਾ ਸਕਸੈਸਫੁਲ ਅਨ ਸਕਸੈਸਫੁਲ 'ਚ ਬੜੀ ਹੀ ਜ਼ਿਆਦਾ ਥਿੱਕ ਨਹੀਂ ਥਿਨ ਲਾਈਨ ਹੈ ਇੱਥੋਂ ਜੋ ਕਰਨ ਲਈ ਗਏ ਉਹ ਤੋਂ ਨਾ ਪਟਕਿਓ ਤੇ ਤਰੱਕੀ ਕਦਮਾਂ 'ਚ ਹੋਏਗੀ ਉੱਥੇ ਜਾ ਕਰਕੇ ਜਦੋਂ ਬਾਕੀਆਂ ਨੂੰ ਵੇਖ ਕੇ ਆਪਣੇ ਮਾਪਾਪਨਾਂ ਜ਼ੁਬਾਨ ਲੜਾਨੀ ਸ਼ੁਰੂ ਕਰੋਗੇ ਤੇ ਜਿਹੜੀ ਕੁੱਖ ਚੋਂ ਨਿਕਲਿਓ ਜਦੋਂ ਉਰੇ ਸਾਹਮਣੇ ਜਿਸ ਬੱਚੇ ਦੀ ਜ਼ੁਬਾਨ ਚਲਣੀ ਸ਼ੁਰੂ ਹੋ ਜੇ ਉਹ ਤੇ ਕੱਲ ਵੀ ਮਰਿਆ ਤੇ ਅੱਜ ਵਾਹ ਬੈਸਟ ਟੀਚਿੰਗ ਆਫ ਦਸ ਪੋਡਕਾਸਟ ਹੋਰ ਕੋਈ ਹੱਲ ਨਹੀਂ ਹੋ ਸਕਦਾ ਜੋ ਆਪਣੇ ਮਾ ਦਾ ਨਹੀਂ ਆਪਣੇ ਬਾਪ ਦਾ ਨਹੀਂ ਉਹ ਕਿਸੇ ਦਾ ਨਹੀਂ ਇਹ ਕਹਨੇ ਮਾਪਾਪ ਗਲਤ ਹੈ ਮੈਂ ਕਹਨਾ ਉਹ ਗਲਤ ਹੋ ਸਕਦੇ ਹੈ ਤੁਹਾਨੂੰ ਕਿੰਨੇ ਹੱਕ ਔਰ ਇਹ ਸਮਝ ਦੇ ਦਿੱਤੀ ਕਿ ਉਹਨਾਂ ਨੂੰ ਸਹੀਆਂ ਗਲਤ ਠਹਿਰਾ ਸਕੋ ਇਹ ਸਮਝ ਵੀ ਕਿੰਨੇ ਦਿੱਤੀ ਹੈ ਬਿਲਕੁਲ ਇਹ ਤੇ ਤੁਹਾਡੀ ਅੱਜ ਅਕਰੈਂਸ ਹੈ ਨਾ ਤੁਹਾਡੀ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਕਿ ਪਿਓ ਗਲਤ ਹੈ ਜਾਂ ਮਾਂ ਗਲਤ ਹੈ ਐਨੀਮਲ ਪਿਕਚਰ ਦੇਖ ਲਓ ਸਭ ਤੋਂ ਵੱਡੀ ਲਰਨਿੰਗ ਔਰ ਇਹ ਵਿੱਚ ਕਿ ਪੁੱਤ ਦਾ ਕਿਹ ਸਰੈਂਡਰ ਹੈ ਪਿਓ ਦੇ ਟੀਵਰਡਸ ਸਹੀ ਗੱਲ ਹੈ ਸਾਰੀ ਜ਼ਿੰਦਗੀ ਪਿਓ ਨੇ ਨਹੀਂ ਪੁੱਛੀ ਉਹ ਨਹੀਂ ਬੁਲਾਉਂਦਾ ਨਹੀਂ ਸਹੀ ਤਰੀਕੇ ਟਰੀਟ ਕਰਦਾ ਕਹਿੰਦਾ ਬਟ ਮੈਂ ਸਰੈਂਡਰ ਆ ਸੁਣ ਨਹੀਂ ਸਕਦਾ ਜਿੱਦਨ ਮੈਂ ਇਹਦੇ ਨਾਲ ਗੱਲ ਕਰੂੰਗਾ ਉਸ ਦਿਨ ਵੀ ਉਹਨੇ ਕੱਲੇ ਕਿਤੀ ਮਾਂ ਨੂੰ ਵੀ ਬਾਰ ਪੀਤਾ ਸੀ ਕਿ ਮੈਂ ਕੱਲੇ ਗੱਲ ਕਰੂੰਗਾ ਇਹ ਪਿਓ ਪੁੱਤ ਦਾ ਟਾਈਮ ਹੈ ਦਿਸ ਇਜ਼ आवर ਟਾਈਮ ਜਿਹੜੀ ਕੁੱਖ ਚੋਂ ਨਿਕਲਿਆ ਜਿੰਨੇ ਸਾਰੀ ਜ਼ਿੰਦਗੀ ਲਾਈ ਔਰ ਜਿਹੜੇ ਕਰਕੇ ਅੱਜ ਉੱਥੇ ਬੈਠਾ ਹੈ ਉੱਥੇ ਬੈਠ ਕੇ ਜੇਕਰ ਤੂੰ ਜ਼ੁਬਾਨ ਚ ਲੜਾਏਂਗਾ ਦੇ ਤੋਂ ਤੇ ਮਤਲਬ ਐਸੀ ਉਹ ਮਤਲਬ ਮੇਰੇ ਕੋਲ ਤਾਂ ਇਦਾਂ ਦੇ ਬੱਚੇ ਵਾਸਤੇ ਵਰਡ ਹੀ ਨਹੀਂ ਹੁੰਦੇ ਭਾਈ ਮਾਪੇ ਕੀ ਕਰਨ ਇਸ ਸਿਚੁਏਸ਼ਨ ਤੇ بڑے ਮਾਪੇ ਕਹਿ ਦਿੰਦੇ ਨੇ ਮੈਂ ਤੇ ਮੈਂ ਹੁਣ ਇੱਕ ਸਟੋਰੀ ਆਪਣੇ ਮਤਲਬ ਮੇਰੇ ਨੂਨ ਚ ਗਿਆ ਮੇਰੇ ਫਰੈਂਡ ਸਰਕਲ ਚ ਉਹ ਗਈ ਜੀ ਉੱਥੇ ਕੁੜੀ ਉੱਥੇ ਗਈ ਪੜਨ ਵਾਸਤੇ ਬੜੀ ਵਧੀਆ ਯੂਨੀਵਰਸਿਟੀ ਭੇਜਿਆ ਫੇਲ ਹੋ ਗਈ ਅੱਛਾ ਫੇਲ ਹੋ ਗਈ ਘਰ ਦੱਸਿਆ ਨਹੀਂ ਤੇ ਚੇਂਜ ਕਰ ਲਏ ਸਬਜੈਕਟ ਫੋਨ ਆਇਆ ਕਿ ਜੀ ਮੈਨੂੰ ਪੈਸੇ ਚਾਹੀਦੇ ਆ ਨਹੀਂ ਦੂਜੇ ਸਮੈਸਟਰ ਦੀ ਸਾਲ ਦੀ ਫੀਸ ਦਿੱਤੀ ਸਾਲ ਹੋ ਗਿਆ ਨਹੀਂ ਨਹੀਂ ਜੀ ਸਾਲ ਨਹੀਂ ਹੋਇਆ ਜੀ ਤੇ ਉਹ ਮੈਂ ਸਬਜੈਕਟ ਚੇਂਜ ਕਰ ਲਏ ਦੱਸਿਆ ਯਾਰ ਤੂੰ ਕਿਸ ਨੂੰ ਚੇਂਜ ਕਰਨ ਤੋਂ ਪਹਿਲੇ ਨਹੀਂ ਮੈਨੂੰ ਤਾਂ ਲੱਗਾ ਠੀਕ ਸੀ ਉਹੀ ਬੱਚਾ ਜਦੋਂ ਇੰਡੀਆ ਸੀ ਤੇ ਉਹ ਰੀਆਂ ਲੰਬੀਆਂ ਲੰਬੀਆਂ ਵੱਡੀਆਂ ਵੱਡੀਆਂ ਗੱਲਾਂ ਸੀ ਕਿ ਜੀ ਮੈਂ ਵਕੀਲ ਬੰਨਾ ਅੱਛਾ ਫਿਰ ਉੱਤੇ ਗਿਆ ਉੱਤੇ ਜਾ ਕੇ ਬੱਚਾ ਕਹਿੰਦਾ ਮੈਂ ਹੁਣ ਫੈਮਿਨਿਸਟ ਬੰਨਾ ਹੈ ਅੱਛਾ ਵੈਰੀ ਗੁੱਡ ਜੀ ਤਾੜੀ ਮਾਰੋ ਕਿਉਂ ਜੀ ਮੈਂ ਦੇਖੋ ਦੁਨੀਆ ਚ ਕਿੰਨੀਆਂ ਜਨਾਨੀਆਂ ਨਾਲ ਧੱਕਾ ਹੋ ਰਹਿਣਾ ਪਹਿਲੇ ਤੁਸੀਂ ਕਿਸੇ ਨੂੰ ਤਦ ਕੁਝ ਦੇ ਸਕਦੇ ਹੋ ਜਦੋਂ ਤੁਹਾਡੇ ਆਪਣੇ ਕੋਲ ਹੋਵੇ ਬਿਲਕੁਲ ਰਾਈਟ ਤੂੰ ਜਿਹੜੀ ਚੀਜ਼ ਤੇਰੇ ਕੋਲ ਆਪਣੇ ਕੋਲ ਨਹੀਂ ਗਈ ਤੂੰ ਦੂਜਿਆਂ ਨੂੰ ਕੀ ਦੇ ਸਕਦੀ ਹੈ ਯਾਰ ਇਹ ਤੇ ਫਿਲਮੀ ਗੱਲ ਹੈ ਅੱਛਾ ਫੇਰ ਉਹਰੇ ਬਾਅਦ ਚ ਜੀ ਹੋਰ ਅੱਗੇ ਬਦੇ ਜੀ ਪਤਾ ਲੱਗ ਗਿਆ ਜੀ ਉਹਨਾਂ ਇਹ ਗਿਆ ਜੀ ਹੁਣ ਨਹੀਂ ਦਾਖਲਾ ਹੁਣਾ ਉਹਨ ਦੂਜੇ ਕਾਲਜ ਦੇਖ ਲੋ ਅਜਾ ਫੇਰ ਪੁੱਛਿਆ ਗਿਆ ਜੀ ਹੁਣ ਪੁੱਤਰ ਜੀ ਦੱਸੋ ਜੀ ਹੁਣ ਕਿਹੜਾ ਕੋਰਸ ਕਰਨਾ ਹੈ ਉਹ ਜੀ ਹੁਣ ਮੈਂ ਸੋਸ਼ਲ ਮੀਡੀਆ ਕਰ ਲਾਂਗਾ ਜੀ ਹੁਣ ਮੈਂ ਜੀ ਪੀਆਰ ਕਰ ਲੈਣਾ ਜੀ ਫੇਰ ਪੀਆਰ ਚ ਦਾਖਲਾ ਲੈ ਆ ਪਹਿਲੇ ਤੂੰ ਵਕੀਲ ਬੰਨਾ ਸੀ ਫਿਰ ਤੂੰ ਫੈਮਿਨਿਸਟ ਬੰਨਾ ਹੀ ਹੁਣ ਤੂੰ ਏਪੀਆਰ ਦਾ ਕੋਰਸ ਕਰਨਾ ਕਿ ਜੀ ਹੁਣ ਮੈਂ ਲੇਸ਼ਨਰ ਬਨ ਜਾਗਾ ਅੱਛਾ ਕਰਦਾ ਸਟੋਰੀ ਸ਼ਾਟ ਉਹ ਘਰੇ ਆਪਣੀ ਬੇਬੇ ਨੂੰ ਫੋਨ ਕਰਦੇ ਫੋਨ ਕਰਕੇ ਜੀ ਪੈਸੇ ਭੇਜੋ ਬੇਬੇ ਨੇ ਕਿਹਾ ਤਾਂ ਭਰਾਵਾ ਮੈਨੂੰ ਨਹੀਂ ਪੈਸੇਗੇ ਉਹਨੂੰ ਅੱਗੇ ਜਵਾਬ ਕੀ ਮਿਲਦਾ ਤੂੰ ਸਾਰੀ ਜ਼ਿੰਦਗੀ ਕੀਤਾ ਕੀ ਪੈਸੇ ਦੇ ਤੇਰ ਕੋ ਹਗੇ ਨਹੀਂ 댓 ਮੀਨਸ ਤਨ ਮਾਤੂੜੀ ਚਾਹੀਦੀ ਤਾਂ ਤੇ ਏਟੀਐਮ ਮਸ਼ੀਨ ਚਾਹੀਦੀ ਪਈ ਇਹ ਸਵਾਲ ਤੇ ਮਾਨੂ ਪੁੱਛਣਾ ਚਾਹੀਦਾ ਕਿ ਤੈਨੂੰ ਬਾਹਰ ਭੇਜਿਆ ਤੂੰ ਉੱਥੇ ਜਾ ਕੇ ਕੀ ਡੱਕਾ ਤੋੜ ਲਿਆ ਪਹਿਲਾ ਦੂਜਾ ਫਿਰ ਉਹਦਾ ਫੋਨ ਆਇਆ ਜੀ ਕਿ ਮੈਸੇਜ ਮਸੇ ਆ ਕਿ ਜੀ ਮੇਰੇ ਨਾਮ ਤੇ ਕੋਈ ਵੀ ਜਿਹੜੇ ਬਿਲੋਂਗਿੰਗਸ ਹੈ ਨਾ 골ਡ 골ਡ ਹੈ ਤੇ ਮੇਰੇ ਨਾਮ ਦੇ ਹੋਰ ਜੋ ਵੀ ਹੈ ਉਹ ਤੁਸੀਂ ਮੈਨੂੰ ਭੇਜ ਦਿਓ ਮਨੂੰ ਇੱਥੇ ਪੈਸਿਆਂ ਦੀ ਲੋੜ ਹੈ ਇੱਕ ਬੇਟੀ ਆਪਣੀ ਮਾਂ ਨੂੰ ਕਹਿ ਰਹੀ ਆ ਫਿਰ ਇਹ ਕਹਿ ਰਹੀ ਹੈ ਕਿ ਜੀ ਤੁਸੀਂ ਜੇਕਰ ਉਹ ਚੀਜ਼ ਕਰਨੀ ਹੈ ਨਾ ਤੁਸੀਂ ਕੀ ਕਹਿੰਦੇ ਹੋ ਹੁਣ ਬੜੇ ਪਿਆਰ ਨਾਲ ਕੀ ਕਹਿੰਦੇ ਉਹਨ ਮਨਾ ਕਿ ਮੈਂ ਨਹੀਂ ਪੈਜਦੀ ਹੋਗੇ ਤਾਂ ਫਿਰ ਮੈਂ ਕੀ ਕਰਾਂਗੀ ਮਤਲਬ ਯੂ ਅੰਡਰਸਟੈਂਡ ਵਾਟ ਆਈ ਮੀਨ ਮਾਂ ਵਿਚਾਰੀ ਚੁੱਪ ਮਤਲਬ ਕੀ ਉਹਨੂੰ ਤਮ ਕੀ ਦਿੱਤੀ ਜਾ ਰਹੀ ਹੈ ਕਿ ਜੇ ਤੂੰ ਨਹੀਂ ਪੈਜ ਦੇਂਗੀ ਫਿਰ ਮੈਂ ਪਹਿਲੀ ਜੋ ਵੀ ਕਰਾਂਗੀ ਉਸ ਲਈ ਜ਼ਿੰਮੇਵਾਰ ਤੂੰ ਹੈ ਮਾਂ ਨੂੰ ਆਪਣੇ ਇੱਕ ਬੇਟੀ ਗੱਲ ਕਰ ਰਹੀ ਹੈ ਮਾਂ ਦਾ ਤਾਂ ਮਰਨ ਹੋ ਗਿਆ ਬਈ ਮਰਨ ਉਹ ਤੇ ਮਤਲਬ ਖਤਮ ਹੋ ਗਈ ਮੇਰੇ ਕੋ ਜਦੋਂ ਬੈਠੇ ਮੈਂ ਗੱਲਾਂ ਮੈਂ ਦੇਖੀਆਂ ਯਾਰ ਮਾਰ ਦੋ ਇਹਰ ਕੇ ਬੱਚੇ ਨੂੰ ਐਸੇ ਬੱਚੇ ਨਾਲ ਕੀ ਕਰਨਾ ਚਾਹੀਦਾ ਬਾਈ ਛੱਡ ਦੇਣਾ ਚਾਹੀਦਾ ਜੋ ਦਿਲ ਕਰਦਾ ਕਰ ਉਹ ਕਰੋ ਉਹ ਬੇਸਿਕਲੀ ਹੋກ ਹੀ ਰਿਹਾ ਬਲੈਕਮੇਲਿੰਗ ਹੋ ਰਹੀ ਹੈ ਨਾ ਤੁਸੀਂ ਜੇ ਇਹ ਨਹੀਂ ਕਰੋਗੇ ਮੈਂ ਕਰਾਂਗਾ ਉਹਨੂੰ ਕੋ ਕਰ ਲੈ ਜਾ ਕਰਕੇ ਦੇਖ ਮੇਰੀ ਮਮਾਏ ਗੱਲ ਕਹਿੰਦੇ ਹੁੰਦੇ ਸੀ ਮੈਂ ਛੋਟੇ ਜੋ ਕਰਕੇ ਦੇਖ ਲੈ ਕੀ ਕਰੂੰਗੀ ਕੀ ਕਰੂੰਗੀ ਪੁੱਟਾ ਜਿੱਦਾਂ ਕੰਮ ਕਰੇਗੀ ਕਰ ਲੈ ਕਿਰਾਂ ਨੁਕਸਾਨ ਹੋਗਾ ਤੇਰਾ ਕਰਨ ਨੂੰ ਤੂੰ ਜਿੱਤੇ ਵਹਿਣਾ ਬੂਣਾ ਆਪਣੇ ਬੁੱਤੇ ਫਿਰ ਆਪਣੇ ਲਈ ਕਲੇਸ਼ ਕਰ ਲੈ ਬਿਗ ਡੀ ਜਵਾਗ ਦੀ ਜੇ ਬਲੈਕਮੇਲਿੰਗ ਤੇ ਮਾਪਿ ਉੱਥਰ ਗਏ ਤੇ ਉਹ ਗਏ ਔਲਾਦ ਕੇ ਦੁਸ਼ਮਨ ਬਹੁਤ چھوٹਾ ਹੀਗਾ ਸ਼ਕਤੁਰਗਨ ਸਿਨਾ ਦੀ ਪਿੱਕਚਰ ਹੈ ਸਹੀ ਹੈ ਮੁੰਡੇ ਨੂੰ ਸਪੋਇਲ ਕੀਤਾ ਕੁੜੀ ਨਾਲ ਅਫੇਅਰ ਹੋਇਆ ਤੇ ਉਹ ਕੁੜੀ ਨੇ ਐਟ ધ ਐਂਡ ਪੇ ਉਹਦੀ ਸਾਰੀ ਜਾਇਦਾਦ ਉਹ ਖੜਪਲੀ ਤੇ ਮੁੰਡਾ ਵੀ ਘਰੋਂ ਕੱਢਤਾ ਤਾਂ ਟੈਕਨੀਕਲੀ ਜਿਹੜੇ ਮਾਪਿ ਆਪਣੇ ਬੱਚਿਆਂ ਦੇ ਹੱਥੋਂ ਮਜਬੂਰ ਹੋ ਜਾਂਦੇ ਹਨ ਬਲੈਕਮੇਲ ਹੋ ਜਾਂਦੇ ਹਨ ਉਹਨਾਂ ਦੀਆਂ ਆਪਣੀਆਂ ਗਲਤੀਆਂ ਹੈ ਕਿ ਉਹਨਾਂ ਨੇ ਪੁੱਚੂ ਪੁੱਚੂ ਕਰਕੇ ਬੱਚੇ ਪਾਲੇ ਉਹ ਆਈ ਲਵ ਯੂ ਪੁੱਤੂ ਆਈ ਲਵ ਯੂ ਪੁੱਤੂ ਆਈ ਲਵ ਯੂ ਪੁੱਤੂ ਸਾਡੇ ਬੁੜੇ ਨੇ ਸਾਨੂੰ ਪੂਰੀ ਜ਼ਿੰਦਗੀ ਚ ਆਈ ਲਵ ਯੂ ਨਹੀਂ ਕਿਹਾ ਯਾਰ ਇੱਕ ਵਾਰੀ ਨਹੀਂ ਆਈ ਲਵ ਯੂ ਕਿਹਾ ਨਾ ਉਹ ਮਾਪਿਆਂ ਦੀਆਂ ਗਾਣਾਂ ਹੀ ਪੈਂਦੀਆਂ ਸੀ ਕੁਝ ਵੀ ਹੋ ਜਾਏ ਤੇ ਇਹੀ ਡਰ ਹੁੰਦਾ ਸੀ ਕਿ ਵੀ ਭਰਾਵਾ ਬੱਦ ਡੈਡੀ ਆਗੇ ਸਕੂਟਰ ਖੜਾ ਆਈ ਬਸ ਸਾਰੀਆਂ ਚੀਜ਼ਾਂ ਠੀਕ ਹੈ ਨਾ ਤੇ ਅੱਜ ਦਾ ਜਾ ਕੇ ਇਦਾਂ ਲੱਤ ਚੱਕ ਕੇ ਬੈਠਾ ਹੂਗਾ ਹੈਲੋ ਹਾਊ ਆਰ ਯੂ ਹਾਊ ਵਾਸ ਯੋਰ ਡੇ ਤੇਰੀ ਓਏ ਪੈਰੀ ਪੈਣਾ ਕਿੰਨੇ ਕਰਨਾ ਓਏ ਹੋਏ ਮਤਲਬ ਦੇਖ ਕੇ ਲੱਗਦਾ ਨਹੀਂ ਕਿ ਤੁਸੀਂ ਅੰਦਰੋਂ ਗੁਰਿੰਦਰ ਭੱਟੀ ਸਾਹਿਬ ਇਹ ਕੁਝ ਚੱਕੀ ਫਿਰਦੇ ਨੇ ਨਹੀਂ ਮੈਂ ਚੱਕੀ ਚੁੱਕੀ ਮੈਂ ਕੁਝ ਨਹੀਂ ਫਿਰਦਾ ਮੈਂ ਤੇ ਐਕਸਪੀਰੀਐਂਸਸ ਦਾ ਬਹੁਤ ਵਧੀਆ ਚੀਜ਼ਾਂ ਬਈ ਕੀ ਇਹ ਮੈਂ ਆਪਣੀਆਂ ਅੱਖਾਂ ਨਾਲ ਦੇਖਦਾ ਕੀ ਯਾਰ ਮਤਲਬ ਕਿ ਤੁਸੀਂ ਫਿਰ ਕੱਲ ਨੂੰ ਬਲੇਮ ਨਹੀਂ ਕਰ ਸਕਦੇ ਤੇ ਜੋ ਬੱਚਾ ਬਲੈਕਮੇਲ ਕਰੇਗਾ ਤੁਸੀਂ ਉਹਨੂੰ ਤੁਸੀਂ ਵੀ ਉਰੇ ਸਾਹਮਣੇ ਹੀ ਹਰਕਤਾਂ ਕੀਤੀਆਂ ਕਿਸੇ ਨਾ ਕਿਸੇ ਦੇ ਨਾਲ ਆਪਣੇ ਰਿਸ਼ਤੇਦਾਰਾਂ ਦੇ ਨਾਲ ਜਾਂ ਆਪਣੇ ਹੋਰ ਲੋਕਾਂ ਦੇ ਨਾਲ ਤਦੇ ਉਹ ਤੁਹਾਨੂੰ ਕਰਕੇ ਵਿਹਾਰ ਰਿਹਾ ਹੈ ਬਿਲਕੁਲ ਤੋ ਉਹ ਵੀ ਤੁਸੀਂ ਜੇਕਰ ਅੱਜ ਵੀ ਆਪਣੀ ਗਲਤੀ ਸਮਝ ਲੋਣਾ ਤੇ ਅੱਜ ਵੀ ਸਟੈਂਡ ਲੈ ਲਓ ਉਹ ਫਿਰ ਵਾਟ ਇਫ ਸ਼ੀ ਡਾਈਜ਼ ਮੈਂ ਕਹਿੰਦਾ ਜਦਨ ਜੰਮੀ ਉਦਨ ਮਰਨ ਦਾ ਟਾਈਮ ਲੈ ਕੇ ਆਈ ਸੀ ਯਾਰ ਆਪਾਂ ਕਹਿੰਨੇ ਆ ਨਾ ਸੌਂ ਨਹੀਂ ਲੈ ਸਕਦੇ ਔਰੇ ਬਿਨਾ ਫਿਰ ਅਮਲ ਵੀ ਕਰੋ ਯਾਰ ਉਸ ਚੀਜ਼ ਤੇ ਕਿ ਨਹੀਂ ਸੌਂ ਲੈ ਸਕਦੇ ਤੁਸੀਂ ਔਰੇ ਬਿਨਾ ਜੋ ਹੋਣਾ ਔਰੀ ਰਜਾ ਨਾ ਹੋਣਾ ਤੇ ਬਿਉਰੀ ਰਜਾ ਚ ਜੀਓ ਕਿਵੇਂ ਨਾ ਫਿਰ ਉਹ ਜਿੰਦੇ ਕਿਉਂ ਨਹੀਂ ਤੁਸੀਂ ਬਈ ਬਹੁਤ ਮਜ਼ਾ ਆ ਰਿਹਾ ਤੁਹਾਡੇ ਨਾਲ ਗੱਲਬਾਤ ਕਰਕੇ ਲਾਈਕਵਾਇਜ਼ ਯਾਰ ਮਤਲਬ ਇਹ ਇੰਨਾ ਨਹੀਂ ਹੁੰਦਾ ਮਤਲਬ ਮੈਂ ਨਾ ਕੈਮਰਾ ਪਹਿਲੀ ਵਾਰ ਮੈਂ ਕੈਮਰੇ ਨੂੰ ਲੰਡਨ ਚ ਫੇਸ ਕੀਤਾ ਮੇਜਰ ਸੰਧੂ ਨੇ ਮੈਨੂੰ ਪਹਿਲੀ ਵਾਰੀ ਕੈਮਰੇ ਦੇ ਸਾਹਮਣੇ ਬਿਠਾਇਆ ਬਾਹਰ ਸਨੋ ਪੈ ਰਹੀ ਸੀ ਮੈਂ ਅੰਦਰ ਸ਼ਰਟ ਭਿੱਜ ਗਈ ਸੀ ਮੇਰੇ ਅੰਦਰ ਕਹਿੰਦਾ ਕੈਮਰਾ ਨੇ ਇਹ ਸਾਹਮਣੇ ਲੋਕ ਬੈਠੇ ਹੋਏ ਆ ਤੋ ਉਹਨਾਂ ਨਾਲ ਗੱਲ ਕਰ ਰਿਹਾ ਔਰ ਅੱਖਾਂ ਜੱਖਾਂ ਪਾ ਕੇ ਗੱਲ ਕਰਨੀ ਉਸ ਦਿਨ ਤੋਂ ਹੀ ਕੈਮਰੇ ਨਾਲ ਪਿਆਰ ਹੋ ਗਿਆ ਬਹੁਤ ਮਜ਼ਾ ਆ ਰਿਹਾ ਹੈ ਭਾਈ ਉਹ ਲਾਈਕਵਾਇਸ ਮਤਲਬ ਇਟਸ ਲਾਈਕ ਕਿ ਵੀ ਯਾਰ ਆਪਣੇ ਪਰਿਵਾਰ ਨਾਲ ਗੱਲ ਕਰ ਰਹੇ ਆ ਇੰਨਾ ਖੁੱਲ ਕੇ ਪਹਿਲੀ ਵਾਰੀ ਬੋਲ ਰਹੇ ਹੋ ਬਈ ਤੁਸੀਂ ਕਿ ਅਕਸਰ ਇਹ ਡਿਪੈਂਡ ਕਰਦਾ ਹੈ ਸਾਹਮਣੇ ਵਾਲਾ ਕੁਐਸਚਨ ਕਿਦਾਂ ਦਾ ਪੁੱਛ ਰਿਹਾ ਹੈ ਮਤਲਬ ਉਹ ਹੀ ਕਿਹਾ ਕਿ ਓਕੇ ਜੀ ਬਾਹਰ ਜਾਣਾ ਜੀ ਕੀ ਚਾਹੀਦਾ ਹੈ ਜੀ ਉਹ ਚਾਹੀਦਾ ਜੀ ਇਹਨਾਂ ਮਤਲਬ ਆਪ ਨੂੰ ਵੀ ਇਹ ਲੱਗਦਾ ਹੁੰਦਾ ਯਾਰ ਬੱਸ ਕਰੀਏ ਹੁਣ ਮਤਲਬ ਲੱਗ ਗਿਆ ਦੁਨੀਆ ਨੂੰ ਪਤਾ ਕਿ ਮਿਨੀਮਮ ਕੁਆਲਿਫਿਕੇਸ਼ਨ ਭਰਾਵਾ 12ਵੀਂ ਚਾਹੀਦੀ 6 ਮਹੀਨੇ ਚਾਹੀਦੇ ਆ ਹੋਰ ਮਤਲਬ ਉਹ ਆਪ ਵੀ ਪ੍ਰਮੋਸ਼ਨ ਕਰਨ ਲੱਗੇ ਹੁੰਦਾ ਯਾਰ ਮਤਲਬ ਕਿੰਨੀ ਵਾਰੀ ਸੇਮ ਚੀਜ਼ ਮੈਂ ਵੱਖਰੇ ਵੱਖਰੇ ਕੱਪੜਿਆਂ 'ਚ ਬੋਲਦਾ ਮਤਲਬ देयर ਹਾਸ ਟੂ ਬੀ एवरीथिंग एवरीਡੇ ਸਮਥਿੰਗ ਨਿਊ ਸਮ ਨਿਊ 스ਪਾਰਕ ਥੈਨ ਮਤਲਬ ਉਹ ਘਰਜੰਦਾ ਸਵਾਦ ਆਂਦਾ ਉਹ ਜੇ ਮੇਰੇ ਕੋ ਕੰਟੈਂਟ ਨਹੀਂ ਹੈ ਮੇਰੇ ਇੰਡਸਟਰੀ 'ਚ ਮੇਰੇ ਕੋ ਬੁੱਲ ਨਹੀਂ ਮੈਂ ਨਹੀਂ ਬੋਲਦਾ ਨਾ ਕਿ ਤੁਸੀਂ ਬੋਲ ਦੋ ਮੇਰੇ ਕੋ ਕੰਟੈਂਟ ਆਏਗਾ ਕੁਝ ਚੇਂਜ ਹੋਏਗਾ ਤੀ ਮੈਂ ਬੋਲਾਂਗਾ ਆਦਰਵਾਇਜ਼ ਨਹੀਂ ਬੋਲਾਂਗਾ ਭਾਈ ਤੁਸੀਂ ਬਹੁਤ ਵਧੀਆ ਗੱਲ ਕਰ ਰਹੇ ਸੀ ਟਾਪਿਕ ਤੇ ਕਿ ਇੱਕ ਬੱਚੀ ਆਪਣੀ ਕਿਵੇਂ ਪੇਰੈਂਟਸ ਨੂੰ ਬਲੈਕਮੇਲ ਕਰਦੀ ਮੈਂ ਬੱਚਿਆਂ ਪੱਖੋਂ ਇਹ ਸਵਾਲ ਰੱਖਣਾ ਚਾਹਨਾ ਕਿ ਜਦੋਂ ਬੱਚਾ ਕਿਸੇ ਪ੍ਰੋਬਲਮ 'ਚ ਹੈ ਆਪਾਂ ਕਹਿੰਦੇ ਕਿ ਅਕਸਰ ਉਹਨੂੰ ਗੱਲ ਕਰਨੀ ਚਾਹੀਦੀ ਹੈ ਅੰਦਰ ਅੰਦਰ ਉਹਨੂੰ ਕੁੜਨਾ ਨਹੀਂ ਚਾਹੀਦਾ ਜਿਵੇਂ ਸੁਪੋਜ਼ ਕੋਈ ਬੱਚਾ ਸੁਸਾਇਸਾਈਡ ਕਰ ਲੈਂਦਾ ਆਪਾਂ ਅਕਸਰ ਕਹਿ ਦਿੰਦੇ ਕਿ ਯਾਰ ਇਹ ਇੰਨਾ ਭਰਿਆ ਹੋਇਆ ਸੀ ਇਹਨੇ ਸ਼ੇਅਰ ਕਿਉਂ ਨਹੀਂ ਕੀਤਾ ਪਰ ਜੇ ਸ਼ੇਅਰ ਕਰ ਲੈਂਦਾ ਫਿਰ ਆਪਾਂ ਕਹਿੰਨੇ ਯਾਰ ਇਸ ਤੋਂ ਬਿਹਤਰ ਤੂੰ ਫਿਰ ਮਰੀ ਜਾ ਫਿਰ ਉਹ ਬੱਚਾ ਅਸਲ 'ਚ ਉਹਨੂੰ ਪਤਾ ਕਿੱਦਾਂ ਲੱਗੇ ਕਿ ਉਹ ਗਲਤ ਕਿੱਥੇ ਹੈ ਸਹੀ ਕਿੱਥੇ ਇਮਹਾਲ ਹੋਣਾ ਚਾਹੀਦਾ ਕਿ ਬੱਚੇ ਕੋ ਰਾਈਟ ਹੋਣਾ ਚਾਹੀਦਾ ਆਪਣੀ ਗੱਲ ਰੱਖਣ ਦਾ ਮੈਂ بیٹے ਨਾਲ ਤੁਹਾਡੇ ਕੋਲ ਆਇਆ ਦਿਵਾਲੀ ਤੇ ਤੇ ਮੈਂ ਮਿੰਟੂ ਵੀਰੇ ਕੋ ਗਿਆ ਉੱਥੇ ਮਨੁੱਖਤਾ ਦੀ ਸੇਵਾ ਉੱਥੇ ਗਿਆ ਉਹ 13 ਸਾਲ ਦਾ ਬੱਚਾ ਹੈ ਤੇ 13 ਸਾਲਾ ਦਾ ਬੱਚਾ ਮਾਈ ਅੰਗਰਸਨ ਤੇ ਉਹ ਵਾਪਸ ਆਇਆ ਤੇ ਮੈਨੂੰ ਸੀਗਾ ਕਿ ਇਹ ਕੈਨੇਡਾ ਤੋਂ ਆਇਆ ਮੈਂ ਇਹ ਹਿਲ ਜੂ ਅੱਛਾ ਇਹ ਦੇਖਦਾ ਰਿਹਾ ਕਿ ਵੀ ਉਹਨਾਂ ਨੇ ਜ਼ੂਮ ਕਰਕੇ ਦਿਖਾਇਆ ਇਦਾਂ ਕੀੜੇ ਪਏ ਇਦਾਂ ਸੰਗਲ ਨਾ ਬੰਨਿਆ ਐਂਡ ਆਲ ਸਾਰਿਆਂ ਦੀਆਂ ਸਟੋਰੀਆਂ ਉਹਨੇ 2 2.5 ਘੰਟੇ ਲਾ ਕੇ ਚੰਗੀ ਤਰ੍ਹਾਂ ਸੁਣੀ ਵਾਪਸ ਆਇਆ ਮੈਂ ਕਿਹਾ ਇਹ ਰੋਏਗਾ ਉਹਨੇ ਇਹ ਰੋਇਆ ਨਹੀਂ ਚੁੱਪ ਬੈਠਾ ਮੈਂ ਕਿਹਾ ਯੈਸ ਹਾਊ ਪੀਪਲ ਕੈਨ ਬੀ ਸੋ ਕਰੂਅਲ ਆਈ ਕੋ ਕੁਐਸਚਨ ਪੁੱਛਿਆ ਉਹਨੇ ਮੈਂ ਕਿਹਾ ਇਟ ਡਿਪੈਂਡ ਟੂ ਥਿੰਗਸ ਕਹਿੰਦਾ ਕੀ ਮੈਂ ਕਹਾਂ 1 ਆਪ ਬ੍ਰਿੰਗਿੰਗ ਸੈਕੰਡ ਸਿਚੁਏਸ਼ਨਸ ਐਂਡ ਸਰਕਮਸਟਾਂਸਸ ਕਿੰਦਾ ਐਗਜ਼ਾਮਪਲ ਦੋ ਮੈਂ ਕਹਾਂ ਐਗਜ਼ਾਮਪਲ ਇਹ ਹੈ ਕਿ ਇਕਾ ਆਪ ਬ੍ਰਿੰਗਿੰਗ ਕਿ ਤੁਸੀਂ ਇਹ ਵਾਇਲੈਂਸ ਦੇਖੀ ਆਪਣੇ ਬਚਪਨ ਚ ਐਂ ਤੁਹਾਨੂੰ ਲੱਗਾ ਕਿ 올 men's are bastard ਕਿ ਤੁਹਾਡੇ ਫਾਦਰ ਨੇ ਤੁਹਾਡੀ ਅੱਖਾਂ ਦੇ ਸਾਹਮਣੇ ਤੁਹਾਡੀ ਮਾਂ ਨੂੰ ਕੁੱਟਿਆ ਐਂ ਰੋਜ਼ ਕੁੱਟਿਆ ਸ਼ਰਾਬ ਪੀ ਪੀ ਕੇ ਕੁੱਟਿਆ ਜੋ ਸੀ ਪਿਕਚਰਾਂ ਚ ਵੀ ਦੇਖਦੇ ਆ ਐਨ ਕੁੜੀ ਦਾ ਦਿਮਾਗਵੰਦ ਨੋਲਮੈਂਸਰ ਬਾਸਟਰਡ ਹੁਣ ਉਹ ਅਕਰੈਂਸ ਬਣ ਗਈ ਫਿਲਟਰ ਆ ਗਿਆ ਪੱਕਾ ਨੋਲਮੈਂਸਰ ਬਾਸਟਰਡ ਹੁਣ ਦੂਸਰੀ ਏਰੇ ਵਿੱਚ ਆ ਗਈ ਹੋਰ ਸਿਚੁਏਸ਼ਨ ਆਂਦੀ ਹੈ ਕਿ ਬਚਪਨ ਚ ਤੁਸੀਂ ਆਪਣੀ ਦਿਲ ਦੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਥੋੜੀ ਛੇਤਰਪ੍ਰੇਡ ਹੋ ਗਈ ਤੁਸੀਂ ਆਪਣੀ ਧਾਰਨਾ ਬਣਾ ਲਈ ਇਹ ਕਰ ਦੇਣਾ ਇਹ ਗੱਲਾਂ ਨਹੀਂ ਡਿਸਕਸ ਕਰੀ ਤੀਜੀ ਸਿਚੁਏਸ਼ਨ ਆ ਗਈ ਕਿ ਤੁਸੀਂ ਆਪਣੇ ਫਾਦਰ ਨਾਲ ਜਦੋਂ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੁਹਾਨੂੰ ਚਪੇੜਾ ਮਈਆ ਗੱਲ ਹੀ ਕਰਨੀ ਛੱਡਤੀ ਜਵਾਨੀ ਖੋਲਣੀ ਸਾਡੇ ਅੱਗੇ ਹਰ ਕੁੜੀ ਇਸ ਤੇ ਉਹਰਾ ਪਿਓ ਪਹਿਲਾ ਹੀਰੋ ਹੈ ਹਮ ਜਦੋਂ ਪਿਓ ਤੋਂ ਉਹਨੂੰ ਹੀਰੋ ਨਹੀਂ ਉਹ ਉਹ ਐਕਸੈਪਟੇਬਿਲਟੀ ਮਿਲਦੀ ਥੈਨ ਔਰੀ ਜ਼ਿੰਦਗੀ ਜਿਹੜਾ ਪਹਿਲਾ ਮੁੰਡਾ ਹੁੰਦਾ ਉਹ ਹੀਰੋ ਬੰਦਾ ਹੈ ਬਿਲਕੁਲ ਐਗਜ਼ੈਕਟਲੀ ਜਦੋਂ ਪਿਓ ਤੋਂ ਵੀ ਦੁਰਲੰਤ ਪੈ ਜੇ ਜਾਂ ਸਪੋਰਟ ਨਾ ਮਿਲੇ ਜਾਂ ਉਹ ਮੁੰਡੇ ਤੋਂ ਵੀ ਉਹ ਹੋ ਜੇ ਫਿਰ ਉਹ ਕੁੜੀ ਖਤਮ ਹੋ ਜਾਂਦੀ ਹੈ ਫਿਰ ਉਹ ਜੋ ਕਰਦੀ ਉਹ ਕਰਦੀ ਹੈ ਦੁੱਧ ਪੁਆਇੰਟ ਇਜ਼ ਅਪ ਬ੍ਰਿੰਗਿੰਗ ਸਿਚੁਏਸ਼ਨ ਐਂਡ ਸਰਕਮਸਟਾਂਸਸ ਇਹ تین ਚੀਜ਼ਾਂ ਵੱਖਰੀਆਂ ਵੱਖਰੀਆਂ ਦੂ ਇਕੱਠੀਆਂ ਕਹਿ ਲੈਣਾ ਸਿਚੁਏਸ਼ਨ ਐਂਡ ਸਰਕਮਸਟਾਂਸਸ ਤੇ ਅਪ ਬ੍ਰਿੰਗਿੰਗ ਬੱਚਿਆਂ ਨੂੰ ਉਹ ਸਪੇਸ ਘਰ ਚ ਮਿਲਣੀ ਚਾਹੀਦੀ ਕਿ ਵੀ ਜਿਹੜੇ ਜੋ ਆ ਕਰਕੇ ਜੋ ਉਹਨਾਂ ਦਾ ਦਿਲ ਰੱਖ ਸਕਣ ਔਰ ਆਪਣੀ ਜਨਰੇਸ਼ਨ ਨੂੰ ਜਿਹੀ ਸਾਡੀ ਜਨਰੇਸ਼ਨ ਹੈ ਸਾਡੇ ਕੋਲ ਮਾਦਾ ਪੇਸ਼ੈਂਸ ਹੋਣੇ ਚਾਹੀਦੇ ਇਹ ਜੋ ਵੀ ਬੋਲ ਰਿਹਾ ਇਹਨੂੰ ਸੁਣ ਲਓ ਐਂਡ ਰਿਸਪੌਂਡ ਕਰੋ ਅੱਜ ਦੀ ਜਨਰੇਸ਼ਨ ਵਿਦ ਐਗਜ਼ਾਮਪਲਸ ਤੇ ਉਹ ਕਰਦੀ ਹੈ ਉਹ ਕਹਾਵਤਾਂ ਤੇ ਨਹੀਂ ਮਜ਼ਾ ਆ ਗਿਆ ਇਹ ਗੱਲ ਸੁਣ ਕੇ ਉਹ ਕਹਾਵਤਾਂ ਤੇ ਪਤਾ ਕਿਉਂ ਨਹੀਂ ਕਹਿੰਦੀ ਕਹਿੰਦਾ ਜੀ ਨਾਚ ਨਾ ਜਾਣੇ ਆਂਗਣ ਢੇੜਾ ਕਹਿੰਦਾ ਇਸਕਾ ਮਤਲਬ ਕੀ ਹੈ ਇਹ ਇਸਕਾ ਮਤਲਬ ਹੈ ਕਿ ਅੰਗੂਰ ਖਟਿਆ ਹੱਥ ਨਾ ਪਹੁੰਚੇ ਤੂੰ ਗੋੜੀ ਕਿਤਾ ਇਹ ਕਿਸ ਨੇ ਲਿਖੀ ਹੈ ਕਿ ਇਹ ਬਜ਼ੁਰਗੋ ਨੇ ਲਿਖੀ ਹੈ ਕਿਤਾ ਜਿਸ ਨੇ ਲਿਖੀ ਹੈ ਉਹ ਆਪ ਜਾਣਦੇ ਹੋ ਉਸਕੋ रिलेशन है आपका उसके साथ कोई नहीं यार जिसको जानते नहीं जिसके साथ रिलेशन नहीं उसने कोई चीज बोली है उसको आपने बिलीव मान लिया क्योंकि बाकी दुनिया भी वही मान रही है वाह बिल्कुल सही गल यार तेरे गलती तो लॉजिक है लॉजिक <laughs> मैं का पक्कावता हूं तेरे अकॉर्डिंग बनाने हैं 10 की करना प्रैक्टिकल गल करो हूं जे मैं उठे कहंदा यार तू ना चुप करके बैठ जा जूतियां ना खायों उन्हें कहना खसमन खाओ ये सारे बड़े पागल है ਇਹਨਾਂ ਨੇ ਕਰਨੀ ਤੇ ਆਪਣੀ ਹੈ ਸਾਡੀ ਥੋੜੀ ਸੁਣਨੀ ਹੈ ਇਹਨਾਂ ਅੱਗੇ ਪਾਪਾ ਜੀ ਪਾਪਾ ਜੀ ਪਾਪਾ ਜੀ ਕਰਦੇ ਰੋ ਜਦੋਂ ਇਹ ਜਾਣਗੇ ਫਿਰ दारू ਦੀ ਬੋਤਲ ਖੋਲ੍ਹਾਂਗੇ ਟਕਾ ਕੇ ਸਹੀ ਗੱਲ ਫਿਰ ਸਿਕਟਾ ਵੀ ਪੀਅੰਗੇ ਤੇ ਲਾਈਨਾਂ ਵੀ ਖਿੱਚਾਂਗੇ ਇਹੀ ਹੋ ਰਿਹਾ ਅੱਜ ਬੱਚਾ ਇੱਥੋਂ ਜਿਹੜਾ ਕਹਿੰਦਾ ਫੈਸ਼ਨ ਮਜਬੂਰੀ ਉਹ ਅੱਦਿਆਂ ਦੀ ਤੇ ਮਜਬੂਰੀ ਮੈਂ ਦੇਖਦਾ ਕਿ ਭਰਾਵਾ ਮੈਂ ਮਰ ਜਾਣਾ ਮੈਨੂੰ ਇੱਥੋਂ ਭੇਜ ਦੋ ਅਬੜਾ ਮਾਰ ਦੋ ਮੈਨੂੰ ਭੇਜ ਦੋ ਮੈਨੂੰ ਇੱਥੋਂ ਉੱਥੇ ਇਤੋਂ 에어ਪੋਰਟ ਤੋਂ ਅੰਦਰ ਵੱੜ ਕੇ ਮੁੜ ਕੇ ਨਹੀਂ ਤੱਕਦੇ ਨਹੀਂ ਤੱਕਦੇ ਕਿ ਹੁਣ ਆਜ਼ਾਦੀ ਮਿਲ ਰਹੀ ਹੈ ਹੁਣ ਸਾਡੀ ਜ਼ਿੰਦਗੀ ਹੋ ਗਈ ਕਿ ਕਦੀ ਮੇਰੇ ਘਰੇ ਆ ਕੇ ਜੀ ਫੱਫੜ ਨੇ ਕੁਛ ਕਹਿ ਤਾ ਕਦੀ ਮਾਸੀ ਨੇ ਕਹਿ ਤਾ ਕਦੀ ਭੂਆ ਆ ਗਈ ਉਹ ਕਦੀ ਆ ਫਲਾਣੀ ਆ ਗਈ ਉਹ ਪਿੰਡ ਦੀ ਉਹ ਦਾਦੀ ਦੀ ਸਹੇਲੀ ਆ ਗਈ ਉਹ ਕਦੀ ਕੋਸ਼ ਆ ਗਿਆ ਸਾਡੇ ਦੇ ਘਰੇ ਸਿਆਪਾ ਹੀ ਪਿਆ ਰਹਿੰਦਾ ਕਿ ਵੀ ਤੁਹਾਡੇ ਘਰੇ ਧੀ ਨੇ ਜਨਮ ਮਿਲੇ ਲਿਆ ਤੇ ਪਤਾ ਨਹੀਂ ਕੀ ਸਿਆਪਾ ਹੀ ਪਾਲਿਆ ਜੇ ਕਿ ਜੇ ਮੈਂ ਦੁੱਧ ਲੈਣ ਵੀ ਚਲ ਗਈ ਮਾਰੀ ਮੇਰੀ ਚੁੰਨੀ ਦਾ ਸੀ ਉਹਰਾ ਵੀ ਮੇਰੇ ਘਰੇ ਲੰਬਾ ਆ ਗਿਆ ਕਹਿੰਦੇ ਜੇ ਤੁਹਾਡਾ ਬੱਚਾ ਤੁਹਾਡਾ ਬੱਚਾ ਤੁਹਾਡੇ ਅੱਗੇ ਮੂੰਹ ਚਲਾਵੇ ਨਾ ਤੇ ਉਹ ਸਭ ਤੋਂ ਵੱਡਾ ਕਸੂਰ ਮਾਂ ਦਾ ਹੈ ਕਿਉਂਕਿ ਉਹਨੇ ਪਰਵਰਿਸ਼ੁੱਧ ਨਹੀਂ ਦਿੱਤੀ ਕਿਉਂਕਿ ਜੇ ਮਾਂ ਪਰਵਰਿਸ਼ ਤੇਰੀ ਪਰ ਬਈ ਕੋਈ ਮਾਂ ਗਲਤ ਪਰਵਰਿਸ਼ਤਾ ਨਹੀਂ ਦਿੰਦੀ ਆਪਣੇ ਬੱਚੇ ਨੂੰ ਇਟਸ ਨਾਟ ਦੈਟ ਕਿ ਪਰਵਰਿਸ਼ ਤੇ ਕੋਈ ਵੀ ਗਲਤ ਨਹੀਂ ਦਿੰਦਾ ਕਿਹੜਾ ਮਾਂ-ਬਾਪ ਆਪਣੇ ਬੱਚੇ ਨੂੰ ਗਲਤ ਪਰਵਰਿਸ਼ ਦਿੰਦਾ ਹੁਣ ਇਹਨੂੰ ਕਨੈਕਟ ਕਰਦੇ ਹਾਂ ਨਾ ਸਿਚੁਏਸ਼ਨ ਐਂਡ ਸਰਕਮਸਟੈਂਸਸ ਹੁਣ ਜਦੋਂ ਮੀਆਂ ਬੀਬੀ ਉਹ ਕੁੱਤੇ ਬਿੱਲੇ ਇਕਨ ਲੜੀ ਜਾਂਦੇ ਪਿਆ ਤੇ ਘਰ ਚ ਯੂ ਇੰਗਲਿਸ਼ ਗੱਲਾਂ ਹੋ ਰਹੀਆਂ ਇਹ ਪੰਜਾਬੀ ਚਲਦੀਆਂ ਆ ਜੋ ਤੇਰੀ ਤਿੱਦੀ ਤੇਰੀ ਭੈਣ ਦੀ ਚੱਲੇਗੀ ਤੇ ਭਈ ਉਹ ਦੇਖਦੇ ਰਹਿ ਜਾਂ ਹੀ ਨਾ ਉਹ ਵੀ ਉੱਥੇ ਹੀ ਸਿਕਰੇ ਉਹ ਵੀ ਪਰਵਰਿਸ਼ ਹੈ ਤੇ ਦੂਜਾ ਕੀ ਹੁੰਦਾ ਕਿਉਂਕਿ ਬੇਬੀ ਯੂ ਸਲੀਪ ਚਲ ਆਪ ਡਰਾਈਵ ਤੇ ਚਲੀਏ ਪਹਿਲੇ ਵਿਆਹ ਤੋਂ ਪਹਿਲੇ ਵੀ ਤਾਂ ਕੋਨੇ ਤੇ ਗੱਡੀ ਲਾ ਕੇ ਆਸ਼ਕੀ ਮਾਰਦੇ ਸੀ ਉਦੋਂ ਤੇ ਬੜਾ ਬੇਬੀ ਬੇਬੀ ਹੁੰਦਾ ਸੀ ਤੇ ਅੱਜ ਗੱਡੀ ਕੋਨੇ ਤੇ ਲਾ ਕੇ ਇਹਰਾ ਕੁੱਟਕਟਾ ਪੱਕ ਕਰ ਲੋ ਬਰਾਵਾ ਕਰੋ ਬਾਹਰ ਜਾ ਕੇ ਕਰੋ ਆਪਣੇ ਮਾਪਿਆਂ ਨੂੰ ਹੀ ਆਪਣੇ ਬੱਚਿਆਂ ਨੂੰ ਕਿਉਂ ਸਫਰ ਕਰਾ ਰਹੇ ਹੋ ਅੱਛਾ ਫੇਰਾ ਇੰਦੀ ਡਿਵੋਰਸ ਦੀ ਗੱਲ ਬੜਿਆਂ ਦੇ ਡਿਵੋਰਸ ਓਕੇ ਬਈ ਡਿਵੋਰਸ ਯੂ ਆਰ ਗਿਵਿੰਗ ਅ ਡਿਵੋਰਸ ਟੂ ਯਰ ਸਪਾਊਸ ਨੋਟ ਟੂ ਯਰ ਚਿਲड्रन ਕਦੀ ਸੁਣਿਆ ਕਹਿੰਦਾ ਕਿ ਆਈ ਏਮ ਡਿਵੋਰਸਿੰਗ ਮਾਈ ਚਿਲड्रन ਡਿਵੋਰਸ ਤੇ ਮੀਆਂ ਬੀਬੀ ਚੋ ਹੈ ਨਾ ਡਿਵੋਰਸ ਮਾਪਿਓ ਦੇ ਨਾਲ ਕਿੱਥੇ ਹੋਇਆ ਇਹ ਬੱਚੇ ਨਾ ਕਿੱਥੇ ਹੋਇਆ ਬਟ ਸਫਰ ਇਹ ਦੋ ਪਾਰਟੀਆਂ ਕਰਦੀ ਹੈ ਡਿਵੋਰਸ ਤੋਂ ਬਾਅਦ ਕੁੜੀ ਨੂੰ ਕਿਹਾ ਜਾਂਦਾ ਕਿ ਚੱਲਾ ਯਾਰ ਆਪਾਂ ਤੇਰੀ ਉਮਰ ਕੀ ਹੈ ਲੱਬਲਾ ਹੋਰ ਮੁੰਡਾ ਅਹੀਂ ਲੱਭ ਕੇ ਦਿੰਨੇ ਆ ਤਾਂ ਲਬਣਾ ਫਿਰ 40 45 ਸਾਲ ਚ ਫਿਰ ਕਿਦਾਂ ਉਹਦਾਂ ਦਾ ਹੀ ਜਿਹੜੀ ਬੋਟੀ ਮਰ ਗਈ ਹੋਊਗੀ ਕੋਈ 20 ਸਾਲਾਂ ਦਾ ਮੁੰਡਾ ਤੇ ਲੱਭਣੋ ਰਿਆ ਅੱਛਾ ਮੁੰਡਾ ਜੇ ਹੋਊਗਾ ਡਿਵੋਰਸ ਉਹ ਕੋਈ ਨਹੀਂ ਬੰਦੇ ਨਾਤੇ ਕੋੜੇ ਹੁੰਦੇ ਕੋਈ ਗੱਲ ਨਹੀਂ ਕੋਈ ਨਹੀਂ ਫਰਕ ਤਾਂ ਕਈ ਦੰਦ ਵੀ ਹੁੰਦੇ ਉਹ ਕੋਈ ਨਹੀਂ ਜਿੱਥੇ ਜਨਾਨੀ ਛੱਡੀ ਉੱਥੇ ਬੱਚੇ ਵੀ ਛੱਡ ਫੇਰ ਆ ਜਾਣਗੇ ਆਪਾਂ ਹੀ ਜੰਮੇ ਸੋ ਇਹ ਜਿਹੜੀਆਂ ਤੁਹਾਡੀਆਂ ਸਾਈਟੋਕਸਿਨ ਇਹ ਦਿਮਾਗ ਪੋਲਿਊਟ ਕਰਦੀਆਂ ਇੱਥੋਂ ਹੀ ਕਹਿੰਦੇ ਆਪਨਾ ਸਰਕਲ ਬਹੁਤ ਵਾਈਜ਼ਲੀ ਚੁਣੋ ਔਰ ਆਪਣੇ ਦਿਲ ਦੀ ਗੱਲ ਜੰਨਾ ਕਰ ਰਹੇ ਹੋ ਬਹੁਤ ਵਾਈਜ਼ਲੀ ਕਰੋ Because you are an average of 10 people you spend your most of time with. So, and you don't correct it, and you so, get you say, okay, fine, he is your father. Whatever is the problem is between us. It has nothing to do with you. why you are spoiling your relation and i will not let your relationship spoil with anyone else but utte garj ki hundi hai main nahi tenu bachya da muh dekhan dena bilkul tadap tenu vi pata lagge ki bachya da muh ki bachya da muh ki hunda and hun muh word aya more pyar badi thin line hai pyar bande nu energy denda kikk denda o aya mila ਲਵ ਕੁੜੀ ਨਾਲ ਵੀ ਹੋ ਸਕਦਾ ਬੱਚੇ ਨਾਲ ਵੀ ਹੋ ਸਕਦਾ ਪੇਰੈਂਟਸ ਨਾਲ ਵੀ ਹੋ ਸਕਦਾ ਪ੍ਰਮਾਤਮਾ ਨਾਲ ਵੀ ਹੋ ਸਕਦਾ ਮਾਈਕ ਨਾਲ ਵੀ ਹੋ ਸਕਦਾ ਕਿੰਨੇ ਕਿਸੇ ਨਾਲ ਵੀ ਹੋ ਸਕਦਾ ਮੋਹ ਤਾਨੂੰ ਹੰਕਾਰ ਦਿੰਦਾ ਮੈਂ ਇਹਰੇ ਲਈ ਕਰਕੇ ਰਹਿਣਾ ਮੇਰਾ ਸਟੈਂਡ ਹੈ ਉਹ ਲੁਕਿੰਗ ਗੁੱਡ ਦੀ ਬਿਮਾਰੀ ਹੈ ਔਰ ਮੋਹ ਹੈ ਔਰ ਸਿਰ ਚੜ ਕੇ ਬੋਲਦਾ ਔਰ ਉਹ ਸਪੋਇਲ ਕਰਦਾ ਸਿਕਰੇ ਆ ਬਾਈ ਮੈਂ ਤੁਹਾਡੇ ਕੋਲ ਬਹੁਤ ਖੁਸ਼ ਬਹੁਤ ਮਜ਼ਾ ਆ ਬਾਈ ਤੁਹਾਡੇ ਨਾਲ ਗੱਲਬਾਤ ਕਰਕੇ ਥੈਂਕ ਯੂ ਸੋ ਮੱਚ ਤੁਸੀਂ ਪਰ ਆਪਾਂ ਨੂੰ ਟਾਈਮ ਦਿੰਦੇ ਰਹਿ ਕਰੋ ਬਾਈ ਬੁਲੰਦੇ ਰਿਹਾ ਕਰੋ ਸਰ ਥੈਂਕ ਯੂ ਸੋ ਮਚ ਬਾਦੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਹੋਵੇਗਾ ਤੇ ਬਾਕੀ ਜੇ ਕੋਈ ਪੱਟੀ ਸਾਹਿਬ ਨੂੰ ਤੁਹਾਡੇ ਕੋਈ ਕੁਐਸਚਨਸ ਨੇ ਤਾਂ ਤੁਸੀਂ ਕਮੈਂਟ ਕਰ ਸਕਦੇ ਮੈਂ ਦੂਜੇ ਪੋਡਕਾਸਟ ਰੱਖੂਗਾ ਜਰੂਰ ਤੇ ਪਰਸਨਲੀ ਮੈਨੂੰ ਸਭ ਤੋਂ ਪਹਿਲਾ ਵੀਅਰ ਮੈਂ ਆ ਇਸ ਪੋਡਕਾਸਟ ਦਾ ਮੈਨੂੰ ਬਹੁਤ ਵਧੀਆ ਲੱਗੇ ਥੈਂਕ ਯੂ ਸੋ ਮਚ ਥੈਂਕ ਯੂ ਜੀ ਥੈਂਕ ਯੂ